ਮੇਰੀ ਧੀ ਨੇ ਮੈਨੂੰ ਵਿਜ਼ਿਟਰ ਵੀਜ਼ਾ ਤੇ ਕੈਨੇਡਾ ਸੱਦ ਲਿਆ। ਮੇਰਾ ਵੀਜ਼ਾ 10 ਸਾਲਾਂ ਦਾ ਸੀ, ਪਰ ਮੈਂ 22 ਦਿਨਾਂ ਬਾਅਦ ਹੀ ਕੈਨੇਡਾ ਤੋਂ ਵਾਪਸ ਆ ਗਈ। ਵਾਪਸ ਆ ਕੇ ਮੈਂ ਧੀ ਨੂੰ ਵੀ ਕਹਿਤਾ ਕਿ ਸਭ ਕੁਝ ਛੱਡ ਕੇ ਤੂੰ ਕੈਨੇਡਾ ਤੋਂ ਵਾਪਸ ਆ ਜਾ। ਆਖਿਰ ਅਜਿਹਾ ਕੀ ਵਾਪਰਿਆ ਕੈਨੇਡਾ 'ਚ ਜੋ ਇਹ ਫੈਸਲਾ ਲੈਣਾ ਪਿਆ? ਜਿਵੇਂ ਗਾਵਾਂ, ਮੱਝਾਂ, ਸੂਰ, ਇਹਨਾਂ ਦਾ ਮੀਟ ਕੱਟਿਆ ਜਾਂਦਾ, ਕੱਚਾ ਮੀਟ ਹੁੰਦਾ ਹਨਾ, ਤੇ ਉਹਨਾਂ ਨੂੰ ਆਪਾਂ ਪੈਕ ਕਰਨਾ ਹੁੰਦਾ, ਉਹਦੀ ਪੈਕੇਜਿੰਗ ਦਾ ਕੰਮ ਹੁੰਦਾ ਹਨਾ। ਉਹਦੇ 'ਚ ਟੈਂਪਰੇਚਰ -30 ਰੱਖਦੇ ਅੰਦਰ, ਤਾਂ ਮੇਰੇ ਪੈਰਾਂ ਦੇ ਜਿਹੜੇ ਨੌ ਸੀਗੇ ਉਹ ਨੀਲੇ ਹੋ ਗਏ, ਬਿਮਾਰ ਹੋ ਗਈ ਹਨਾ। ਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਛੁੱਟੀ ਚਾਹੀਦੀ ਹੈ, ਵੀ ਮੈਂ ਕੰਮ ਨਹੀਂ ਕਰ ਸਕਦੀ ਹੈਗੀ। ਉਹ ਕਹਿੰਦੇ ਕੋਈ ਗੱਲ ਨਹੀਂ, ਤੂੰ ਨਹੀਂ ਆਉਣਾ ਸੀ, ਕਿਸੇ ਹੋਰ ਨੂੰ ਰੱਖ ਲਾਂਗੇ। ਇੰਨੀ ਕੁ ਜ਼ਿਆਦਾ ਬਿਮਾਰ ਹੋ ਗਈ, ਮੈਂ ਖੜੀ ਖੜੀ ਡਿੱਗ ਜਾਂਦੀ ਸੀਗੀ ਹਨਾ, ਤੇ ਵਾਸ਼ਰੂਮ ਦੇ ਵਿੱਚ ਮਤਲਬ ਕਿ ਮੈਂ 3-3, 4-4 ਘੰਟੇ ਪਈ ਰਹੀ ਹਾਂ ਬੇਹੋਸ਼, ਤੇ ਮੈਨੂੰ ਕੋਈ ਚੱਕਰ ਨਹੀਂ ਆਇਆ ਹੈਗਾ। ਸੜਕਾਂ 'ਤੇ ਮੈਂ ਤੁਰੀ ਫਿਰਨਾ, ਮੈਂ ਰਾਤ ਨੂੰ ਮਤਲਬ ਉੱਥੇ ਲੇਕ ਹੈਗੀ ਹਨਾ, ਉਹਦੇ ਕਿਨਾਰੇ ਚਲੀ ਜਾਣਾ, ਉੱਥੇ ਮੈਂ ਮਤਲਬ ਇਕੱਲੀ ਨੇ ਬੈਠੀ ਰਹਿਣਾ ਗੱਡੀ ਦੇ ਵਿੱਚ, ਮੈਂ ਰੋਈ ਜਾਣਾ 4-4, 5-5 ਘੰਟੇ ਬੈਠ ਕੇ। ਮੈਂ ਸਿਰਫ ਰੋਂਦੀ ਸੀਗੀ, ਮੈਂ ਘਰੇ ਨਹੀਂ ਆਉਂਦੀ ਸੀਗੀ ਹਨਾ, ਕਿਸੇ ਕੋਲ ਟਾਈਮ ਨਹੀਂ ਸੀ ਮੇਰੀ ਗੱਲ ਸੁਣਨ ਦਾ। ਉਸ ਦਿਨ ਮੈਨੂੰ ਇੰਨਾ ਹੋਇਆ ਕਿ ਮੈਂ ਲੇਕ ਦੇ ਕਿਨਾਰੇ ਬੈਠੀ ਸੀ, ਮੈਂ ਉਹਦੇ 'ਚ ਛਾਲ ਮਾਰ ਜਾ। ਫਿਰ ਮੈਂ ਮੰਮੀ ਨੂੰ ਫੋਨ ਲਾਇਆ ਰੋਂਦੇ ਰੋਂਦੇ ਵੀ ਤੁਸੀਂ ਇੱਥੇ ਆ ਜਾਓ। ਇਹਨੇ ਬਾਹਰ ਜਾ ਕੇ ਤੁਹਾਨੂੰ ਪੈਸੇ ਨਹੀਂ ਭੇਜੇ? ਨਾ ਨਾ ਜੀ, 1 ਪੰਜੀ ਵੀ ਨਹੀਂ 10,000 ਰੁਪਏ ਵੀ ਨਹੀਂ ਕਦੇ ਪਾਇਆ ਇਹਨੇ। ਲਾ ਕੇ ਕਿੰਨੀ ਭੇਜੀ ਸੀ ਇਹ? ਘੱਟੋ ਘੱਟ ਜੀ 22-23 ਲੱਖ ਰੁਪਈਆ ਇਹ 'ਤੇ ਲੱਗ ਗਿਆ ਸੀਗਾ। ਇਹ ਇੱਕ ਦਿਨ ਮੈਨੂੰ ਗੁੱਸੇ 'ਚ ਵੀ ਬੋਲੀ, ਮੈਂ ਕਿਹਾ ਪ੍ਰੀਤ ਮੇਰਾ ਆਪਰੇਸ਼ਨ ਹੋਣਾ ਵੀ, ਮੇਰੇ ਕੋਲ ਪੈਸੇ ਨਹੀਂ ਹੈਗੇ, ਪੁੱਤ ਵੀ ਮੈਂ ਤੁਹਾਨੂੰ ਬਾਅਦ 'ਚ ਪਾ ਦੂੰਗੀ, ਮੈਂ ਰੱਖਦੀ ਨਹੀਂ ਹੈਗੀ। ਕਹਿੰਦੀ ਮੰਮੀ ਉਰੇ ਕਿਹੜਾ ਝਾੜ ਆਉਣ ਲੱਗਦੇ ਨੇ, ਕਹਿੰਦੀ ਤੁਸੀਂ ਆ ਕੇ ਦੇਖੋ ਉਰੇ। ਤੁਹਾਨੂੰ ਉਦੋਂ ਆਪਣੀ ਧੀ 'ਤੇ ਗੁੱਸਾ ਵੀ ਆਇਆ ਜਦੋਂ ਤੁਸੀਂ ਇਹਨੂੰ? ਗੁੱਸਾ ਵੀ ਮੈਂ ਬੁਲਾਈ ਵੀ ਨਹੀਂ ਸਾਲ ਭਰ। ਅੱਛਾ, ਮੈਂ ਸਾਲ ਭਰ ਇਹ ਬੁਲਾਈ ਵੀ ਨਹੀਂ। ਕਿਉਂ? ਵੈਸੇ ਹੀ ਬਸ ਵੀ ਹੁਣ ਇੰਨਾ ਜ਼ਿਆਦਾ ਕਰਜ਼ਾ ਚੜ੍ਹਾ ਕੇ ਗਈ ਹੈ, ਜੇ ਤੈਨੂੰ ਕੁਛ ਕਹਿੰਦੇ ਆ ਤਾਂ ਤੂੰ ਕਹਿੰਦੀ ਇੱਥੇ ਕਿਹੜਾ ਝਾੜਾ ਹੋਣ ਲੱਗਦੇ ਨੇ, ਕਹਿੰਦੀ ਰਹੀ ਹੈ। ਮੈਂ ਕਿਹਾ ਵੀ ਤੂੰ ਕੀ ਕਰਦੀ ਹੈ, ਇਹਨੇ ਵੀਡੀਓ ਕਾਲ ਕਰੀ, ਮੈਂ ਕਿਹਾ ਕੂੜਾ ਚੱਕੀ ਜਾਂਦੀ ਹੈ ਉਰੇ, ਤਾਂ ਤੂੰ ਭਾਂਡਾ ਨਹੀਂ ਤੀ ਚੱਕਦੀ। ਮੈਨੂੰ ਕਹੇਗੀ ਮੈਂ ਚੱਲ ਤੂੰ ਮੇਰਾ ਵੀਜ਼ਾ ਲਵਾ, ਮੈਂ ਦੇਖਦੀ ਹਾਂ ਇੱਥੇ ਕਿੱਦਾਂ ਦਾ ਮਾਹੌਲ ਹੈਗਾ। ਜਦੋਂ ਉੱਥੇ ਜਾ ਕੇ ਉਤਰੀ ਮੈਨੂੰ ਇਹ ਲੱਗੇ ਵੀ ਮੈਂ ਕਿੱਥੇ ਆ ਗਈ, ਇਹ ਤਾਂ ਬੱਸ ਵੀ ਨਹੀਂ ਵਾਪਸ ਜਾਂਦੀ ਹੈਗੀ। ਮਤਲਬ ਕਿ ਇੱਕ ਮੇਰੀ ਫਰੈਂਡ ਸੀਗੀ ਜਿਹੜੀ ਨਾਲ ਉੱਥੇ ਰਹਿੰਦੀ ਸੀਗੀ, ਕਹਿੰਦੀ ਵੀ ਤੂੰ ਕਿਵੇਂ ਆ ਗਈ, ਵੀ ਵੈਸੇ ਤਾਂ ਤੂੰ ਇੰਡੀਆ ਹੀ ਚਲੀ ਜਾ, ਵੀ ਠੀਕ ਰਹੂਗਾ। ਮੈਂ ਕਿਹਾ ਵੀ ਕਿਉਂ? ਕਹਿੰਦੀ ਵੀ ਨਹੀਂ ਉਰੇ ਮਾਹੌਲ ਠੀਕ ਨਹੀਂ ਹੈਗਾ। ਕਹਿੰਦੀ ਵੀ ਉਰੇ ਵੀ ਮੇਰੀ ਮਜਬੂਰੀ ਦਾ ਨਜਾਇਜ਼ ਫਾਇਦਾ ਵੀ ਚੱਕਿਆ ਗਿਆ, ਵੀ ਜਿੱਥੇ ਜਿਹੜੇ ਓਨਰ ਦੇ ਥੱਲੇ ਮੈਂ ਕੰਮ ਕਰਦੀ ਹਾਂ, ਵੀ ਧੱਕਾ ਵੀ ਹੁੰਦਾ, ਜ਼ਬਰਦਸਤੀ ਵੀ ਹੁੰਦੀ ਹੈ, ਵੀ ਹੋਰ ਕਿਤੇ ਮੈਨੂੰ ਕੰਮ ਵੀ ਨਹੀਂ ਮਿਲਦਾ ਹਨਾ, ਵੀ ਉੱਥੇ ਕੁੜੀਆਂ ਜਾ ਕੇ ਮਜਬੂਰ ਹੋ ਜਾਂਦੀਆਂ ਨੇ। ਉਹ ਕਹਿੰਦੀ ਨਾ ਹੁਣ ਮੈਂ ਵਾਪਸ ਜਾ ਸਕਦੀ ਹਾਂ, ਵੀ ਨਾ ਹੀ ਮੈਂ ਉਰੇ ਰਹਿ ਸਕਦੀ ਹਾਂ। ਕਈ ਵਾਰੀ ਤਾਂ ਕੁੜੀ ਮੇਰੇ ਕੋਲ ਰੋਈ ਵੀ ਆ ਵੀ ਮੇਰਾ ਐਂ ਜੀ ਕਰਦਾ ਵੀ ਮੈਂ ਮਰ ਜਾਵਾਂ। ਮਤਲਬ ਕਿ ਵੀ ਮੈਂ ਜਿੱਥੇ ਰਹਿੰਦੀ ਸੀ ਪੀਜੀ 'ਚ, ਉਹ ਕੁੜੀ ਰਾਤ ਨੂੰ ਆ ਕੇ ਕੰਧਾਂ 'ਚ ਟੱਕਰਾਂ ਮਾਰਦੀ ਸੀ, ਰੋਂਦੀ ਸੀ। ਠੀਕ ਹੈ, ਇੱਕ ਕੁੜੀ, ਮੈਂ ਕਹਿੰਦੀ ਹਾਂ ਵੀ ਸਾਰੀਆਂ ਕੁੜੀਆਂ ਦੀ ਗੱਲ ਨਹੀਂ ਕਰਦੀ, ਪਰ ਜੋ ਕੁੜੀਆਂ ਮੈਂ ਦੇਖੀਆਂ ਨੇ ਵੀ ਉੱਥੇ ਕੁੜੀਆਂ ਸੇਫ ਨਹੀਂ ਹੈਗੀਆਂ। ਮੈਂ ਬੈਠੀ ਜਦੋਂ ਕੋਈ ਅੰਗਰੇਜ਼ ਆਇਆ, ਉਹ ਕਹਿ ਰਿਹਾ ਵੀ ਵੀ ਬਾਕੀ ਕੁੜੀਆਂ 'ਚ ਉਹਨਾਂ 'ਚੋਂ ਕੋਈ ਮਰਜ਼ੀ ਸਿਲੈਕਟ ਕਰ ਲਓ ਮਸਾਜ ਕਰਨ ਨੂੰ, ਕਹਿੰਦੇ ਵੀ ਨਹੀਂ, ਮਤਲਬ ਕਿ ਵੀ ਉਹ ਜਿਹੜੀ ਬਲੈਕ ਕਲਰ ਵਾਲੀ ਕੁੜੀ ਬੈਠੀ ਹੈ, ਬਲੈਕ ਕਲਰ ਸੂਟ ਪਾਇਆ, ਵੀ ਉਹਨੂੰ ਹੀ ਭੇਜੋ ਤੁਸੀਂ। ਤੁਹਾਨੂੰ ਕਹਿੰਦਾ ਸੀ? ਮੈਨੂੰ ਕਹਿੰਦਾ ਸੀਗਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਮੈਨੂੰ ਸਾਰੇ ਕੰਮ ਆਉਂਦੇ ਨੇ, ਪਰ ਮੈਨੂੰ ਮਸਾਜ ਮਸੂਜ ਨਹੀਂ ਆਉਂਦੀ, ਵੀ ਤੁਹਾਨੂੰ ਪਹਿਲਾਂ ਦੱਸਿਆ ਹਨਾ। ਉਹ ਕਹਿੰਦੀ ਵੀ ਤੈਨੂੰ $400 ਦੇਊਗਾ, ਤੈਨੂੰ ਕੀ ਮਾੜਾ? ਮੈਂ ਕਿਹਾ ਵੀ ਮੈਨੂੰ $400 ਕਿਉਂ ਦੇਊਗਾ? ਕਹਿੰਦੀ ਵੀ ਤੂੰ ਉਹਨੂੰ ਪਸੰਦ ਆ ਗਈ, ਵੀ ਪੰਜਾਬੀ ਕੁੜੀਆਂ ਨੂੰ ਲਾਈਕ ਕਰਦੇ ਨੇ, ਵੀ ਇਹਨਾਂ ਨੂੰ ਸੋਹਣੀਆਂ ਲੱਗਦੀਆਂ ਨੇ, ਵਧੀਆ ਲੱਗਦੀਆਂ ਨੇਗੀਆਂ, ਠੀਕ ਹੈ ਨਾ, ਵੀ ਤੁਸੀਂ ਜਾਓ ਅੰਦਰ। ਮੈਂ ਕਿਹਾ ਵੀ ਮੈਂ ਨਹੀਂ ਜਾਣਾ ਹੈਗਾ। ਉਹ ਪੰਜਾਬੀ ਕੁੜੀਆਂ ਨਾਲ ਧੱਕਾ ਵੀ ਹੁੰਦਾ ਉੱਥੇ, ਨਹੀਂ ਦੱਸਦੀਆਂ, ਜਿਹੜੀਆਂ ਕੁੜੀਆਂ ਗਰੀਬ ਘਰਾਂ ਨੂੰ ਬਿਲੋਂਗ ਕਰਦੀਆਂ ਨੇ, ਜਿਨ੍ਹਾਂ ਦੇ ਪਿੱਛੇ ਪੈਸੇ ਭੇਜਣ ਨੂੰ ਹੈ ਨਹੀਂ, ਫੀਸਾਂ ਵੀ ਕੱਢਣੀਆਂ ਨੇ, ਜਿਨ੍ਹਾਂ ਨੇ ਕੰਮ ਵੀ ਕਰਨਾ, ਖਰਚਾ ਵੀ ਹਨਾ, ਉਹ ਕਰਦੀਆਂ ਨੇ ਸਾਰਾ ਕੁਛ। ਮੇਰੇ ਨਾਲ ਖੁਦ ਕੁੜੀਆਂ ਰਹੀਆਂ ਨੇ 5-6 ਉੱਥੇ, ਜਿਹੜੀਆਂ ਇਹ ਰੋਂਦੀਆਂ ਵੀ ਰਹੀਆਂ ਨੇ ਵੀ ਦੀਦੀ ਅਸੀਂ ਬੜੀਆਂ ਮਜਬੂਰ ਆਉਂਦੇ, ਛੋਟੀ ਛੋਟੀ ਏਜ ਦੀਆਂ ਕੁੜੀਆਂ ਉੱਥੇ। ਮੈਂ ਆਪਦੀ ਬੇਟੀ ਤੋਂ ਚੋਰੀ ਟਿਕਟ ਕਰਵਾ ਲਈ, ਰਾਤ ਨੂੰ ਮੈਂ ਟਿਕਟ ਕਰਵਾਈ, ਸ਼ਾਮ ਦੀ ਮੇਰੀ ਫਲਾਈਟ ਸੀਗੀ, ਠੀਕ ਹੈ, ਮੈਂ 28 ਤਰੀਕ ਨੂੰ ਅੰਮ੍ਰਿਤਸਰ ਵਾਲੀ ਫਲਾਈਟ ਲੈ ਕੇ ਇੱਥੇ ਆ ਗਈ। ਇਹਨੂੰ ਇੱਥੇ ਆ ਕੇ ਮੈਂ ਸਾਰੀ ਗੱਲਬਾਤ ਦੱਸੀ, 10 ਸਾਲ ਦਾ ਵੀਜ਼ਾ ਹੈਗਾ, ਮੈਂ ਰਹਿ ਸਕਦੀ ਸੀ ਉੱਥੇ, ਆਪਾਂ ਕੈਨੇਡਾ ਨੂੰ ਉੱਡਦੇ ਹਾਂ, ਪੈਸੇ ਲਾ ਕੇ ਆਪਣਾ ਕੈਨੇਡਾ ਦਾ ਬਣਿਆ। ਕਹਿੰਦਾ ਵੀ ਤੇਰਾ ਫ੍ਰੀ 'ਚ ਬਣੇ, ਤੂੰ ਰਹਿੰਦੀ ਕਿਉਂ ਨਹੀਂ? ਕਿਉਂਕਿ ਮੈਂ ਉੱਥੋਂ ਦੇ ਹਾਲਾਤ ਦੇਖੇ ਨੇ, ਆਪਣੇ ਵਰਗਾ ਉੱਥੇ ਨਹੀਂ ਕਲਚਰ ਹੈਗਾ। ਜਦੋਂ ਤੁਸੀਂ ਇੰਨਾ ਕੁਛ ਸਾਰਾ ਕੁਛ ਦੇਖ ਲਿਆ, ਤੁਹਾਡੀ ਧੀ ਵੀ ਕੈਨੇਡਾ 'ਚ ਸੀ, ਤੁਸੀਂ ਇਹਦੇ ਕੋਲੇ ਸੀ, ਤੁਸੀਂ ਇਹਨੂੰ ਨਹੀਂ ਆਖਿਆ ਵੀ ਤੂੰ ਚੱਕ ਆਪਦਾ ਝੋਲਾ ਆਪਾਂ ਚੱਲੀਏ? ਮੈਂ ਕਿਹਾ ਸੀ ਇਹਨੂੰ ਵੀ ਇੰਡੀਆ ਵਾਪਸ ਆ ਜਾ,
ਮੈਨੂੰ ਬਾਅਦ 'ਚ ਵੀ ਆਉਂਦੀ ਵੀ ਮੈਂ ਇਹਨੂੰ ਕਹਿੰਦੀ ਰਹੀ ਵੀ ਤੂੰ ਆ ਜਾ, ਕਹਿੰਦੀ ਮੰਮੀ ਮੇਰੀਆਂ ਹਜੇ ਵੀ ਮੈਂ ਗੱਡੀ ਲੈ ਲਈ ਉਹਦੀਆਂ ਕਿਸ਼ਤਾਂ ਨਹੀਂ ਮੁੜਨੀਆਂ ਹੈਗੀਆਂ, ਵੀ ਸਾਰਾ ਖਰਚਾ ਮੇਰੇ ਗਲ ਪੈ ਜੂ, ਵੀ ਆਪਣੇ ਪਹਿਲੀ ਕਰਜ਼ਾ ਬਹੁਤ ਚੱਕਿਆ ਹੋਇਆ, ਮੈਂ ਤੈਨੂੰ ਕਹਿੰਦੀ ਹਾਂ ਵੀ ਜਿਹੜਾ ਹੈਗਾ ਆਪਦਾ ਨਿਬੇੜ ਕੇ ਆ ਜਾ, ਵੀ ਉੱਥੇ ਜਾਣਾ ਨਹੀਂ ਵਾਪਸ, ਦੋ ਵਕਤ ਦੀ ਰੋਟੀ ਖਾਣੀ ਆਪਾਂ ਨੂੰ ਮਿਲਦੀ ਹੈ ਬਸ, ਠੀਕ ਹੈ। ਤੁਸੀਂ ਫਿਰ ਭੇਜੀ ਕਿਉਂ ਜੀ ਤੁਹਾਨੂੰ ਇੰਨਾ? ਭੇਜੀ ਤਾਂ ਗਲਤ ਫਹਿਮੀ 'ਚ ਭੇਜੀ ਨਾ, ਲੋਕਾਂ ਦੇ ਮਗਰ ਲੱਗ ਲੱਗ ਕੇ ਵੀ ਉੱਥੇ ਬੜਾ ਕੁਛ, ਇਹਦਾ ਫਿਊਚਰ ਬਣ ਜੂਗਾ ਜੀ, ਇਹ ਕਰ ਲੂਗੇ, ਉਹ ਕਰ ਲੂ, ਪਤਾ ਹੀ ਨਹੀਂ ਸੀ ਉੱਥੇ ਇਹੋ ਜਿਹਾ ਕੁਛ ਹੁੰਦਾ ਗਾ। ਜੇ ਪਤਾ ਹੁੰਦਾ ਤਾਂ ਆਪਾਂ ਇੰਨਾ ਪੈਸਾ ਖਰਾਬ ਕਰਕੇ ਉਰੀ ਨਾ ਕੁਛ ਖੋਲ ਲਓ, ਜਿਹੜਾ ਪੈਸਾ ਇੱਥੇ ਖਰਾਬ ਕਰਿਆ। ਬੇਟਾ ਕਹਿੰਦਾ ਮੈਂ ਕੈਨੇਡਾ ਜਾਣਾ, ਮੈਂ ਕਿਹਾ ਵੀ ਜਾਣਾ ਨਹੀਂ ਉਰੇ, ਆਪਾਂ ਜ਼ਮੀਨ ਲੈ ਲਾਂਗੇ, ਖੇਤੀ ਕਰ ਲਾਂਗੇ, ਪਰ ਬਾਹਰ ਨਹੀਂ ਜਾਣਾ ਹੈਗਾ, ਠੀਕ ਹੈ ਨਾ। ਇੱਕ ਕੁੜੀ ਚਾਰ ਚਾਰ ਮੁੰਡਿਆਂ ਨਾਲ ਗੱਲ ਕਰਦੀ ਹੈ ਜਿਹਨੂੰ ਕੰਮ ਨਹੀਂ ਮਿਲਦਾ, ਠੀਕ ਹੈ ਨਾ। ਫਿਰ ਉਹ ਖਰਚੇ ਵੀ ਕੱਢਦੀ ਹੈ ਆਪਦੇ, ਉਹ ਆਪਦੇ ਘਰੇ ਵੀ ਭੇਜਦੀ ਹੈ, ਪਰ ਘਰਦੇ ਉਹਨੂੰ ਮੋੜ ਕੇ ਨਹੀਂ ਪੁੱਛਦੇ ਵੀ ਤੇਰੀ ਕਿਤੇ ਜੌਬ ਤਾਂ ਲੱਗੀ, ਤੂੰ ਪੈਸਾ ਤੋਰਦੀ ਕਿੱਥੋਂ, ਇਹ ਕਮਾਈ ਕਿੱਥੋਂ। ਹਾਂ, ਆਪਾਂ ਇੰਡੀਆ 'ਚ ਬੇਟੀ ਨੂੰ ਪੁੱਛਦੇ ਹਾਂ ਵੀ ਤੇਰੇ ਕੋਲ ਪੈਸੇ ਆਏ ਕਿੱਥੋਂ, ਬਿਲਕੁਲ। ਬੰਦਾ ਵੀ ਜਨਾਨੀ ਨੂੰ ਪੁੱਛਦਾ ਵੀ ਤੇਰੀ ਜੇਬ 'ਚ ਪੈਸੇ ਆਏ, ਬੰਦਾ ਕਮਾਉਂਦਾ, ਬੰਦਾ ਲੈ ਕੇ ਆਉਂਦਾ। ਉੱਥੇ ਆਪਾਂ ਬੇਟੀ ਨੂੰ ਕੰਮ ਲਈ ਤੋਰ ਰਹੇ ਹਾਂ, ਬੇਟੀ ਤੋਂ ਆਪਾਂ ਪੈਸੇ ਮੰਗਾ ਰਹੇ ਹਾਂ ਵੀ ਤੂੰ ਕਮਾਉਂਦੀ ਕਿਉਂ ਨਹੀਂ। ਬੇਟੀ ਨੂੰ ਇਹ ਵੀ ਪੁੱਛੋ ਵੀ ਤੂੰ ਕਰਦੀ ਕੀ ਆ ਉੱਥੇ, ਕੋਈ ਸਰਕਾਰੀ ਜੌਬ ਤਾਂ ਉਹਦੀ ਲੱਗੀ ਨਹੀਂ ਜਾਂਦੀ ਦੀ ਵੀ ਇੰਨਾ ਇੰਨਾ ਪੈਸਾ ਆਉਣ ਲੱਗ ਗਿਆ ਉਹਦੇ ਕੋਲੇ। ਇੱਥੇ ਕਹਿ ਦੇ ਵੀ ਕੋਈ ਭਾਂਡਾ ਚੱਕ ਕੇ ਬਣਾ ਦੇ, ਕਹਿੰਦੇ ਸਾਨੂੰ ਫਲਾਣੇ ਦੇ ਸਾਹਮਣੇ ਕਹਿ ਕੇ ਉਹ ਦਿੱਤਾ ਤੁਸੀਂ ਨੇ, ਹੁਣ ਮੇਰੇ ਹੀ ਬੇਟਾ ਲਾ ਲਓ, ਜੇ ਹੁਣ ਉਹਨਾਂ ਨੇ ਕਹਾਂ ਵੀ ਬੱਬੂ ਤੂੰ ਆਪ ਚਾਹ ਬਣਾ ਲਾ, ਕਹੂ ਕਿਸ ਦੇ ਸਾਹਮਣੇ ਕਿਉਂ ਕਿਹਾ ਮੈਨੂੰ। ਉੱਥੇ ਜਾ ਕੇ ਸਾਰਾ ਕੁਛ ਕਰਦੇ ਨੇ, ਨਾਲੇ ਪੈਸਾ ਆਪਣਾ ਬਰਬਾਦੀ, ਸਰੀਰ ਖਰਾਬ, ਨਾਲੇ ਕੁਛ ਬਣਨਾ ਨਹੀਂ ਕਰਨਾ ਨਹੀਂ, ਕਾਹਦੇ ਚੱਕਰ 'ਚ, ਪੀ ਆਰ ਦੇ ਚੱਕਰ 'ਚ। ਸਹੀ ਗੱਲ, ਬੱਚੇ ਉੱਥੇ ਘਰੇ ਕਹਿੰਦੇ ਵੀ ਨੇ ਸਾਡਾ ਜੀਣ ਲੱਗਦਾ ਸੀ ਵਾਪਸ ਆ ਜਾਈਏ, ਮਾਂ ਬਾਪ ਕਹਿੰਦੇ ਨਹੀਂ ਪੁੱਤ ਹੋਰ ਰਹਿ ਜਾਓ, ਹੋਰ ਰਹਿ ਜਾਓ, ਮੈਂ ਆਪ ਮਾਵਾਂ ਸੁਣੀਆਂ ਨੇ ਕੁੜੀਆਂ ਦੀਆਂ ਬੋਲਦੀਆਂ, ਨਹੀਂ ਪੁੱਤ ਕੋਈ ਗੱਲ ਨਹੀਂ ਲੱਗ ਜੂਗਾ ਜੀ, ਸਾਨੂੰ ਤੂੰ ਫੋਨ ਕਰ ਲਿਆ ਕਰ, ਐਵੇਂ ਕਰਨ ਲੱਗ ਜਾਂਦੇ ਨੇ ਉਹ। ਐਂ ਨਹੀਂ ਨਾ ਦੇਖਦੇ ਬੱਚਾ ਕਹਿ ਕਿਉਂ ਰਿਹਾ, ਉਹਨੂੰ ਤਾਂ ਵੀ ਊਂ ਨਹੀਂ ਜੀ ਲੱਗਦਾ, ਕੋਈ ਅਟੈਕ ਨਾਲ ਨਹੀਂ ਉਹਨਾਂ ਦੀ ਉਹ ਹੁੰਦੀ, ਕੁਛ ਨਹੀਂ ਹੁੰਦਾ, ਉਧਰਲੀਆਂ ਸਰਕਾਰਾਂ ਨੇ ਸਭ ਇਹ ਉਹ ਬਣਾਇਆ ਹੋਇਆ, ਉੱਧਰ ਬੱਚਾ ਆਤਮ ਹੱਤਿਆ ਹੀ ਕਰਦਾ, ਇੰਨਾ ਜ਼ਿਆਦਾ ਡਿਪਰੈਸ਼ਨ 'ਚ ਆ ਜਾਂਦਾ ਬੱਚਾ, ਕਿਉਂਕਿ ਬੇਟੀ ਦੇ ਅੱਖਾਂ ਦੇ ਆਲੇ ਦੁਆਲੇ ਤੁਸੀਂ ਘੇਰੇ ਦੇਖੇ ਨੇ, ਮੈਨੂੰ ਹਜੇ ਵੀ ਪੁੱਛ ਰਹੀ ਹਾਂ ਵੀ ਤੈਨੂੰ ਕੋਈ ਡਿਪਰੈਸ਼ਨ ਆ, ਇਹ ਮੈਨੂੰ ਹਜੇ ਵੀ ਨਹੀਂ ਦੱਸ ਰਹੀ। ਅੱਛਾ, ਫਿਰ ਉਹ ਬੱਚੇ ਸੁਸਾਈਡ ਕਰਦੇ? ਹਾਂ, ਸੁਸਾਈਡ ਕਰਦੇ ਨੇ, ਫਿਰ ਉਹ ਤਾਂ ਮਰਨ ਤੋਂ ਇਲਾਵਾ ਉਹਨਾਂ ਦਾ ਕੋਈ ਹੱਲ ਨਹੀਂ, ਪਿੱਛੇ ਉਹ ਮੁੜ ਨਹੀਂ ਸਕਦੇ, ਠੀਕ ਹੈ ਨਾ, ਅੱਗੇ ਵਾਲੀ ਜ਼ਿੰਦਗੀ ਉੱਥੇ ਕੁਛ ਹੈ ਨਹੀਂ। ਫਿਰ ਇਹ ਪਹਿਲਾਂ ਤਾਂ ਭੈਣੇ ਇਹ ਜਾਂਦਾ ਕਿ ਉੱਥੇ ਹਾਰਟ ਅਟੈਕ ਹੋ ਗਏ ਬੱਚੇ ਨੂੰ। ਹੁਣ ਇੱਕ ਪਿੱਛੇ ਕੇਸ ਆਇਆ ਸੀਗਾ, ਕਹਿੰਦੇ ਵੀ ਕੁੜੀ ਨੇ ਨਾਇਗਰਾ ਫਾਲ ਦੇ ਵਿੱਚ ਛਾਲ ਮਾਰੀ, ਪਰ ਉਹਨੂੰ ਉਹਨਾਂ ਨੇ ਡਿਕਲੇਅਰ ਕੀਤਾ ਵੀ ਉਹਦਾ ਪੈਰ ਸਲਿੱਪ ਹੋ ਗਿਆ, ਉਹ 'ਚ ਡਿੱਗ ਗਈ ਅਤੇ ਉਹਦੀ ਡੈਥ ਹੋ ਗਈ, ਹੈ ਨਾ। ਪਰ ਕੁੜੀ ਦੇ ਬਾਅਦ 'ਚ ਸਟੋਰੀਆਂ ਸਾਹਮਣੇ ਆਈਆਂ ਸੀਗੀਆਂ ਕਿ ਉਹ ਕੰਮ 'ਤੇ ਉਹਨੂੰ ਹਰਾਸਮੈਂਟ ਕੀਤੀ ਜਾ ਰਹੀ ਸੀਗੀ, ਹੈ ਨਾ। ਉਸ ਤੋਂ ਬਾਅਦ ਉਹ ਹਰਾਸ ਹੋ ਕੇ ਘਰੇ ਤੋਂ ਪੈਸੇ ਭੇਜੇ ਨਹੀਂ ਜਾ ਰਹੇ ਸੀਗੇ, ਕੰਮ ਉਹਦਾ ਛੁੱਟ ਗਿਆ ਸੀਗਾ, ਅਤੇ ਇੰਨੀ ਕੁ ਜ਼ਿਆਦਾ ਡਿਪਰੈਸ਼ਨ 'ਚ ਚਲੀ ਗਈ ਸੀਗੀ ਕਿ ਉਹਦੇ ਦੋਸਤਾਂ ਨਾਲ ਗਈ ਸੀਗੀ ਨਾਇਗਰਾ ਫਾਲ ਘੁੰਮਣ, ਅਤੇ ਉੱਥੋਂ ਉਹ ਸੁਸਾਈਡ ਕਰ ਲਈ ਸੀ, ਜੰਪ ਕਰਤਾ ਸੀਗਾ। ਮੈਨੂੰ ਇੱਦਾਂ ਲੱਗਦਾ ਸੀਗਾ, ਹੈ ਨਾ, ਵੀ ਮਤਲਬ ਜਿਹੜਾ ਉਹ ਕੈਨੇਡਾ, ਉਹ ਫੋਟੋ ਵਾਲਾ ਕੈਨੇਡਾ ਹੀ ਆ, ਹੈ ਨਾ, ਵੀ ਉੱਥੇ ਜਾ ਕੇ ਸਾਰੇ ਚਿੱਲ ਕਰਦੇ ਆਗੇ ਵੀ ਮੇਰੀ ਲਾਈਫ ਵੀ ਇੱਦਾਂ ਹੋ ਜਾਊਗੀ, ਵੈਲ ਸੈਟਲਡ ਹੋ ਜਾਵਾਂਗੇ, ਘਰਦਿਆਂ ਨੂੰ ਵੀ ਇੱਦਾਂ ਲੱਗਦਾ ਹੁੰਦਾ, ਹੈ ਨਾ, ਵੀ ਸਾਡਾ ਬੱਚਾ ਬਾਹਰ ਜਾਊਗਾ ਤੇ ਸੈੱਟ ਹੋ ਜਾਊਗਾ, ਡਾਲਰਾਂ ਦੇ ਵਿੱਚ ਕਮਾਊਗਾ, ਹੈ ਨਾ। ਅਤੇ ਫਿਰ ਉਦੋਂ ਇੱਦਾਂ ਸੀਗਾ ਵੀ ਚਲੇ ਜਾਈਏ, ਹੈ ਨਾ, ਅਤੇ ਮੈਂ ਆਇਲਸ ਕੀਤੀ, ਹੈ ਨਾ, ਅਤੇ ਵੀਜ਼ਾ ਲੱਗਿਆ ਮੇਰਾ, ਵੀਜ਼ਾ ਮਤਲਬ ਪਹਿਲਾਂ ਲੱਗ ਗਿਆ ਸੀ, ਪਰ ਮੈਂ ਆਪਦਾ ਕੋਰਸ ਲਾਈਕ ਡੈਫਰ ਕਰਾ ਲਿਆ ਸੀਗਾ। 2021 ਦੇ ਵਿੱਚ ਮੈਂ ਦਸੰਬਰ ਦੇ ਵਿੱਚ ਚਲੀ ਗਈ ਸੀਗੀ, 25 ਦਸੰਬਰ ਨੂੰ ਮੇਰੀ ਫਲਾਈਟ ਸੀਗੀ, ਉੱਥੇ ਮੈਂ ਲੈਂਡ ਕੀਤਾ, ਤਾਂ ਉੱਥੇ ਮੇਰੀ ਕੋਈ ਜਾਣ ਪਛਾਣ ਨਹੀਂ ਸੀਗੀ ਕਿਸੇ ਨਾਲ ਵੀ, ਮੈਂ ਕਿਸੇ ਰਿਸ਼ਤੇਦਾਰ ਕੋਲ ਨਹੀਂ ਗਈ, ਕਿਸੇ ਦੋਸਤ ਕੋਲ ਨਹੀਂ ਗਈ ਹੈਗੀ, ਤਾਂ ਮੈਂ ਇੱਥੋਂ ਹੀ ਆਪਣਾ ਜਿਵੇਂ ਰੂਮ ਬੁੱਕ ਕਰਕੇ ਗਈ ਸੀ, ਇੱਥੋਂ ਹੀ ਮੈਂ ਰਾਈਡ ਬੁੱਕ ਕਰਕੇ ਗਈ ਸੀ, ਕਿਉਂਕਿ ਉੱਥੇ ਨਾ ਤਾਂ ਮੇਰੇ ਕੋਲ ਕੋਈ ਅੱਗੇ ਰੂਮ ਚੈੱਕ ਕਰਨ ਵਾਲਾ ਸੀਗਾ, ਜਿਹੜੇ ਏਰੀਏ ਦੇ ਵਿੱਚ ਮੈਂ ਆਪਦਾ ਕਾਲਜ ਲਿਆ ਸੀ, ਬੈਲਵਿਲ ਇੱਕ ਛੋਟਾ ਜਿਹਾ ਟਾਊਨ ਹੈ, ਹੈ ਨਾ, ਉੱਥੇ ਲੋਇਲਿਸਟ ਕਾਲਜ ਆ ਮੇਰੀ, ਉਹਦੇ 'ਚ ਐਡਮਿਸ਼ਨ ਹੋਈ, ਹੈ ਨਾ। ਹਾਂ, 20 ਸਾਲ ਦੀ ਉਮਰ ਦੇ ਵਿੱਚ ਗਈ ਸੀਗੀ ਮੈਂ, ਅਤੇ ਜਦੋਂ ਮੈਂ ਉੱਥੇ ਗਈ ਦੇਖਿਆ ਵੀ, ਹੈ ਨਾ, ਵੀ ਅਤੇ ਉੱਥੇ ਕਿਉਂਕਿ ਇੱਕ ਤਾਂ ਉਹ ਬੱਚੇ ਜਿਹਨਾਂ ਨੂੰ ਆਪਾਂ ਜਾਣਦੇ ਹੀ ਨਹੀਂ ਹੈਗੇ, ਕੁੜੀਆਂ ਪੰਜਾਬੀ ਸੀਗੀਆਂ, ਪਰ ਹੈ ਨਾ ਪਹਿਲੇ ਜਾਂਦੇ ਤਾਂ ਉਹਨਾਂ ਨੇ ਮੈਨੂੰ ਬੁਲਾਇਆ ਹੀ ਨਹੀਂ, ਕੋਈ ਕੰਮ 'ਤੇ ਗਿਆ ਸੀ, ਕੋਈ ਕਿਤੇ ਗਿਆ ਸੀ, ਕਿਸੇ ਦੀ ਨੀਂਦ ਨਹੀਂ ਪੂਰੀ ਹੋਈ ਸੀ, ਕੁਛ ਵੀ ਸੀਗੇ, ਕਿਉਂਕਿ ਮੇਰੇ ਤੋਂ ਪਹਿਲਾਂ ਦੀ ਆਈਆਂ ਹੋਈਆਂ ਸੀ, ਕੋਈ 4 ਮਹੀਨੇ ਹੋ ਗਏ ਸੀ, ਕੋਈ 6 ਮਹੀਨੇ ਹੋ ਗਏ ਸੀਗੇ, ਹੈ ਨਾ। ਅਤੇ ਉਹਨੇ ਪਹਿਲੇ ਦਿਨ ਤਾਂ ਮੈਨੂੰ ਬੁਲਾਇਆ ਹੀ ਨਹੀਂ ਹੈਗਾ, 2-3 ਦਿਨ ਤਾਂ ਮੈਂ ਅੰਦਰ ਹੀ ਪਈ ਰਹੀ, ਹੈ ਨਾ, ਮਤਲਬ ਜਿਹੜੇ ਮੇਰੇ ਸਾਰੇ ਕੰਮ ਸੀਗੇ ਕੋਈ ਮੇਰੇ ਨਾਲ ਕਰਾਉਣ ਨਹੀਂ ਗਿਆ ਹੈਗਾ, ਕੋਈ ਸਿਮ ਲੈਣਾ ਹੁੰਦਾ ਜਾਂ ਆਪਣੇ ਸਿਮ ਲੈਣਾ ਹੁੰਦਾ ਕੁਛ ਵੀ, ਹੈ ਨਾ,
ਤਾਂ ਉੱਥੇ ਮੈਂ ਫਿਰ ਫਿਰ ਕੇ ਰੋਡਾਂ ਦੇ ਉੱਤੇ ਮਤਲਬ ਹੈ ਨਾ ਖੁਦ ਗੂਗਲ ਮੈਪ ਲਾ ਲਾ ਕੇ ਹੈ ਨਾ, ਪਹਿਲਾਂ ਤਾਂ ਸਿਮ ਹੀ ਨਹੀਂ ਸੀਗਾ, ਕੋਈ ਤੁਹਾਨੂੰ ਉੱਥੇ ਕੰਮ ਨਹੀਂ ਦਵਾਊਗਾ, ਤੁਹਾਨੂੰ ਆਪ ਹੀ ਕਰਨਾ ਪੈਣਾ। ਤੁਸੀਂ ਸਿਫਾਰਿਸ਼ਾਂ ਕਰੀਆਂ ਕੰਮ ਦੀਆਂ? ਮੈਂ ਮਤਲਬ ਬਹੁਤ ਜਗ੍ਹਾ 'ਤੇ ਕੰਮ ਅਪਲਾਈ ਕੀਤਾ ਹੈ ਨਾ, ਪਰ ਮੈਨੂੰ ਇੱਦਾਂ ਸੀਗਾ ਮੈਂ ਮੀਟ ਫੈਕਟਰੀ ਦੇ ਵਿੱਚ ਅਪਲਾਈ ਕੀਤਾ, ਮੇਰੇ ਜਿਹੜਾ ਸਕੈਜੂਲ ਸੀਗਾ ਮੈਚ ਕਰਦਾ ਸੀਗਾ, ਤੇ ਮੈਨੂੰ ਮਤਲਬ ਕੰਮ ਮਿਲ ਗਿਆ ਉੱਥੇ 10-15 ਦਿਨਾਂ ਬਾਅਦ ਹੈ ਨਾ। ਮੀਟ ਫੈਕਟਰੀ? ਮੀਟ ਫੈਕਟਰੀ ਦੇ ਵਿੱਚ ਜਿੱਥੇ ਮਤਲਬ ਜਿਵੇਂ ਗਾਵਾਂ, ਮੱਝਾਂ, ਸੂਰ ਇਹਨਾਂ ਦਾ ਮੀਟ ਕੱਟਿਆ ਜਾਂਦਾ, ਕੱਚਾ ਮੀਟ ਹੁੰਦਾ ਹੈ ਨਾ, ਅਤੇ ਉਹਨਾਂ ਨੂੰ ਆਪਾਂ ਪੈਕ ਕਰਨਾ ਹੁੰਦਾ, ਉਹਦੀ ਪੈਕਿੰਗ ਦਾ ਕੰਮ ਹੁੰਦਾ ਹੈ ਨਾ, ਉਹਦੇ 'ਚ ਟੈਂਪਰੇਚਰ -30 ਰੱਖਦੇ ਅੰਦਰ। ਅਤੇ ਹੁਣ ਇੱਕ ਤਾਂ ਰੋ ਮੀਟ ਸੀਗਾ, ਮੈਂ ਵੈਜੀਟੇਰੀਅਨ ਹਾਂ, ਮੈਂ ਕਦੇ ਨੋਨ ਵੈਜ ਖਾਧਾ ਨਹੀਂ ਹੈਗਾ ਹੈ ਨਾ, ਉੱਥੇ ਇੱਕ ਤਾਂ ਸਮੈਲ ਉੱਦਾਂ ਦੀ ਹੈ ਨਾ, ਅਤੇ ਆਪਾਂ ਕਦੇ ਕੰਮ ਨਹੀਂ ਕੀਤਾ, ਇੱਕ ਉਹਦਾ ਟੈਂਪਰੇਚਰ ਇੰਨਾ ਡਾਊਨ ਸੀਗਾ ਹੈ ਨਾ, ਅਤੇ ਇੱਕ ਪਹਿਲਾਂ ਪਹਿਲਾਂ ਮਤਲਬ ਹੈ ਨਾ ਵੀ ਠੀਕ ਸੀਗਾ, ਪਹਿਲੇ ਦਿਨ ਮੈਨੂੰ ਪੈਕੇਜਿੰਗ ਦੇ ਵਿੱਚ ਲਾਇਆ ਹੈ ਨਾ, ਉਹਨਾਂ ਨੇ ਬੋਕਸ ਪੈਕ ਕਰਨੇ ਸੀਗੇ ਉਸ ਦਿਨ, ਸਹੀ ਸੀਗਾ। ਨੈਕਸਟ ਡੇ ਉਹਨਾਂ ਨੇ ਮੇਰੀ ਸ਼ਿਫਟ ਪਾਈ ਜਿੱਥੇ ਰੋ ਮੀਟ ਪੈਕ ਹੁੰਦਾ ਗਾ ਹੈ ਨਾ, ਤਾਂ ਕੱਟਿਆ ਜਾਂਦਾ, ਕੱਟਿਆ ਹੋਇਆ ਪੀਸ ਹੈ ਨਾ ਵੀ ਆਪਾਂ ਹੱਥਾਂ ਨਾਲ ਪੈਕ ਕਰਨਾ ਆ, ਤਾਂ ਜਦੋਂ ਪੀਸ ਹੱਥ 'ਚ ਫੜ ਕੇ ਪੈਕ ਕਰ ਰਹੇ ਸੀਗੇ ਨਾ, ਤਾਂ ਉੱਥੇ ਲਾਈਕ ਜਿਵੇਂ ਆਪਾਂ ਨੂੰ ਉਲਟੀਆਂ ਲੱਗ ਜਾਂਦੀਆਂ ਨੇ ਹੈ ਨਾ। ਤੁਹਾਨੂੰ ਉਲਟੀਆਂ ਲੱਗ? ਉਲਟੀਆਂ ਲੱਗੀਆਂ ਨਹੀਂ, ਪਰ ਮੇਰਾ ਮਤਲਬ ਇੱਦਾਂ ਹੈ ਨਾ ਦਿਮਾਗ ਦੇ ਵਿੱਚੋਂ ਫਿੱਟ ਹੋ ਗਿਆ ਵੀ ਇੱਦਾਂ ਇੱਦਾਂ ਹੋ ਰਿਹਾ ਹੈ ਨਾ, ਜਾਂ ਫਿਰ ਜਿਵੇਂ ਸਮੈਲ ਹੈਗੀ ਹੈ ਨਾ ਉਹ ਪ੍ਰੋਬਲਮ ਕ੍ਰੀਏਟ ਕਰਨ ਲੱਗ ਗਈ ਹੈ ਨਾ, ਅਤੇ ਟੈਂਪਰੇਚਰ ਡਾਊਨ ਹੋਣ ਕਰਕੇ, ਕਿਉਂਕਿ ਇੱਕਦਮ ਆਪਾਂ ਇੱਧਰੋਂ ਹੈ ਨਾ ਦੂਸਰੇ ਟੈਂਪਰੇਚਰ ਜਾਂਦੇ ਹਾਂ ਹੈ ਨਾ, ਤਾਂ ਮੇਰੇ ਪੈਰਾਂ ਦੇ ਜਿਹੜੇ ਨੌ ਸੀਗੇ ਉਹ ਨੀਲੇ ਹੋ ਗਏ ਉੱਥੇ ਕੰਮ ਕਰਦੇ, ਕਿਉਂਕਿ ਫਲੋਰ ਇੰਨਾ ਜ਼ਿਆਦਾ ਠੰਡਾ ਹੁੰਦਾ ਸੀਗਾ। ਫਿਰ ਮੈਂ ਉਹਦੇ ਨਾਲ ਚੱਲਦੇ ਚੱਲਦੇ ਹੈ ਨਾ ਕੰਮ ਲੱਭਿਆ, ਮਤਲਬ ਹੌਲੀ ਹੌਲੀ ਕਿਸੇ ਦੇ ਕਿਸੇ ਨਾ ਕਿਸੇ ਦੇ ਥਰੂ, ਉੱਥੇ ਵਟਸਐਪ ਗਰੁੱਪਸ ਬਣੇ ਹੋਏ ਨੇਗੇ, ਆਪਾਂ ਉਹਦੇ 'ਚ ਪਾ ਦੇਣਾ ਵੀ ਮੈਨੂੰ ਪਾਰਟ ਟਾਈਮ ਜੋਬ ਚਾਹੀਦਾ ਇੱਦਾਂ ਉੱਦਾਂ ਹੈ ਨਾ। ਇੱਕ ਦਿਨ ਮੰਮੀ ਦੀ ਵੀਡੀਓ ਕਾਲ ਆਈ ਕੰਮ 'ਤੇ, ਉਦੋਂ ਮੈਂ ਭਾਂਡੇ ਮਾਂਜ ਰਹੀ ਸੀਗੀ, ਮੈਂ ਮੇਰੀ ਮੰਮੀ ਨੂੰ ਕਦੇ ਰੋਂਦੇ ਨਹੀਂ ਦੇਖਿਆ ਸੀਗਾ ਹੈ ਨਾ, ਅਤੇ ਜਦੋਂ ਮੈਂ ਮਾਂਜ ਰਹੀ ਸੀਗੀ ਮੈਂ ਭੁੱਲ ਭੁਲੇਖੇ ਕਿਤੇ ਫੋਨ ਚੱਕ ਲਈ ਵੀਡੀਓ ਕਾਲ, ਮੈਂ ਚੱਕਦੀ ਨਹੀਂ ਹੁੰਦੀ ਸੀਗੀ ਹੈ ਨਾ, ਅਤੇ ਕਿਸੇ ਹੋਟਲ 'ਤੇ ਮਾਂਜ ਰਹੀ ਸੀ? ਕਿਸੇ ਹੋਟਲ 'ਤੇ ਹੈ ਨਾ, ਅਤੇ ਜਦੋਂ ਮੈਂ ਭਾਂਡੇ ਮਾਂਜ ਰਹੀ ਸੀਗੀ ਅਤੇ ਮੰਮੀ ਨੇ ਮਤਲਬ ਮੈਨੂੰ ਦੇਖਿਆ ਹੈ ਨਾ, ਮੰਮੀ ਕਹਿੰਦੇ ਕੀ ਕਰਦੇ? ਮੈਂ ਕਿਹਾ ਕੁਛ ਨਹੀਂ ਵੀ ਮੈਂ ਕੰਮ 'ਤੇ ਸੀਗੀ, ਭਾਂਡੇ ਮਾਂਜ ਰਹੀ ਸੀ, ਯੂਜਲੀ ਆਪਣੇ ਮੂੰਹ 'ਚੋਂ ਨਿਕਲ ਜਾਂਦਾ ਜਦੋਂ ਆਪਾਂ ਨੂੰ ਟਾਈਮ ਹੋ ਜਾਂਦਾ ਹੈ ਨਾ, ਅਤੇ ਜਦੋਂ ਮੰਮੀ ਨੇ ਦੇਖਿਆ ਮੰਮੀ ਰੋਣ ਲੱਗ ਗਏ, ਮੈਨੂੰ ਬੋਲੇ ਨਹੀਂ ਹੈਗੇ, ਮੈਨੂੰ ਕਹਿੰਦੇ ਕੱਲ ਚੱਲ ਕੋਈ ਗੱਲ ਨਹੀਂ ਤੂੰ ਕੰਮ ਕਰ ਲਾ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਅਤੇ ਬਾਅਦ 'ਚ ਵੀ ਮੇਰੇ ਨਾਲ ਇੱਦਾਂ ਦੀ ਕੋਈ ਗੱਲ ਨਹੀਂ ਕੀਤੀ ਹੈਗੀ, ਪਰ ਉਹ ਗੱਲ ਮੈਨੂੰ ਉਦੋਂ ਫੀਲ ਨਹੀਂ ਹੋਈ ਹੈਗੀ ਹੈ ਨਾ, ਮੈਨੂੰ ਉਹ ਬਾਅਦ 'ਚ ਅਹਿਸਾਸ ਹੋਇਆ ਜਦੋਂ ਮੰਮੀ ਉੱਥੇ ਖੁਦ ਆ ਕੇ ਵਾਪਸ ਚਲੇ ਗਏ। ਫਿਰ ਉਸ ਤੋਂ ਬਾਅਦ ਥੋੜ੍ਹਾ ਟਾਈਮ ਇੱਦਾਂ ਹੀ ਲੰਘ ਗਿਆ ਹੈ ਨਾ, ਸਟੱਡੀ ਵੀ ਚੱਲਦੀ ਰਹੀ ਨਾਲ ਨਾਲ ਹੈ ਨਾ, ਵੀ ਮੈਂ ਕੰਮ ਕਾਰ ਵੀ ਹੁੰਦਾ ਰਿਹਾ। ਫਿਰ ਉਸ ਤੋਂ ਬਾਅਦ ਮੈਨੂੰ ਇੱਕ ਜਗ੍ਹਾ 'ਤੇ ਕੰਮ ਮਿਲਿਆ, ਉੱਥੇ ਸੀਗਾ ਜਿਵੇਂ ਰੈਸਟੋਰੇਸ਼ਨ ਦਾ ਕੰਮ, ਉੱਥੇ ਵੈਸੇ ਤਾਂ ਮੇਰਾ ਲਾਈਕ ਐਜ਼ ਆ ਪ੍ਰੋਡਕਸ਼ਨ ਮੈਨੇਜਰ ਮੈਂ ਕੰਮ ਕਰਦੀ ਸੀਗੀ ਹੈ ਨਾ, ਸਾਰਿਆਂ ਨੂੰ ਮੈਨੇਜ ਕਰਦੀ ਸੀਗੀ ਵੀ ਆਪਾਂ ਐਟ ਸਾਈਟ ਕੰਮ ਕਰਨਾ ਹੁੰਦਾ ਸੀ। ਰੈਸਟੋਰੇਸ਼ਨ ਦੇ ਵਿੱਚ ਇੱਦਾਂ ਹੁੰਦਾ ਵੀ ਜਿਵੇਂ ਕਿਸੇ ਘਰ ਦੇ ਵਿੱਚ ਅੱਗ ਲੱਗ ਗਈ ਜਾਂ ਫਿਰ ਕੋਈ ਪਾਣੀ ਆ ਗਿਆ, ਉਹ ਸੀਵਰੇਜ ਵਾਲਾ ਵੀ ਹੋ ਸਕਦਾ, ਕੋਈ ਪਾਣੀ ਵੀ ਹੋ ਸਕਦਾ ਹੈ ਨਾ, ਤਾਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਖਰਾਬ ਹੋਈਆਂ ਨੇ ਇੰਸ਼ੋਰੈਂਸ ਕੰਪਨੀ ਦੇ ਥਰੂ, ਆਪਾਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਰੀਸਟੋਰ ਮਤਲਬ ਉਹਨਾਂ ਦੀ ਸਫਾਈ ਕਰਕੇ ਜਾਂ ਉਹਨਾਂ ਨੂੰ ਕਲੀਨ ਕਰਕੇ ਜਿਹੜੀ ਉਹਨਾਂ ਨੂੰ ਆਪਾਂ ਵਾਪਸ ਦੇ ਸਕਦੇ ਹਾਂ, ਆਪਾਂ ਉਹਨਾਂ ਨੂੰ ਵਾਪਸ ਦੇਣੀਆਂ ਹੁੰਦੀਆਂ ਸੀਗੀਆਂ, ਬਾਕੀ ਤਾਂ ਆਪਾਂ ਉਹਨਾਂ ਨੂੰ ਕਲੇਮ ਦੇਣਾ ਹੁੰਦਾ ਸੀਗਾ। ਤਾਂ ਇੱਕ ਵਾਰ ਕੀ ਹੋਇਆ, ਇੱਕ ਮਤਲਬ ਉੱਥੇ ਬਹੁਤ ਜਿਵੇਂ ਹੁਣ ਕੋਈ ਆਪਾਂ ਘਰ ਦਾ ਸੀਵਰੇਜ ਖਰਾਬ ਹੋ ਗਿਆ ਅਤੇ ਥੱਲੇ ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਹੈ ਨਾ, ਤਾਂ ਉਹਦੇ ਵਿੱਚ ਜਾ ਕੇ ਵੀ ਤੁਹਾਨੂੰ ਕੰਮ ਕਰਨਾ ਪੈਂਦਾ ਸੀਗਾ ਵੀ ਉਹ ਤੁਸੀਂ ਉਹਦੇ 'ਚੋਂ ਸਾਰਾ ਸਮਾਨ ਪਿੱਕ ਕਰਨਾ ਸੀਵਰੇਜ, ਅਤੇ ਉਹ ਡਰੇਨੇਜ ਸਿਸਟਮ ਦੇ ਵਿੱਚ ਜਾ ਕੇ ਆਪਣੇ ਹੈ ਨਾ, ਚੱਲ ਆਪਣੇ ਸ਼ੂਜ਼ ਵਗੈਰਾ ਪਾਏ ਹੁੰਦੇ ਆ, ਪਰ ਫਿਰ ਵੀ ਉਸ ਜਗ੍ਹਾ 'ਤੇ ਜਿੱਥੇ ਇੰਨੀ ਸਮੈਲ ਆ ਹੈ ਨਾ, ਇੰਨਾ ਗੰਦਾ ਮਾਹੌਲ ਆ ਹੈ ਨਾ, ਕੰਮ ਕਰਨਾ ਸਿਰਫ ਪੈਸੇ ਲਈ ਤਾਂ ਕਿ ਆਪਾਂ ਫੀਸਾਂ ਕੱਢ ਸਕੀਏ। ਤੁਸੀਂ ਕਰਿਆ ਇਹ ਕੰਮ? ਹਾਂ ਮੈਂ ਕਰਿਆ। ਅਤੇ ਫਿਰ ਇੱਕ ਦਿਨ ਕੀ ਹੋਇਆ ਸੀ, ਘਰ ਦੇ ਵਿੱਚ ਅੱਗ ਲੱਗੀ ਹੋਈ ਸੀਗੀ ਸਾਰੇ ਕਿਤੇ, ਮਤਲਬ ਧੂੰਆਂ ਧੂੰਆਂ ਸਾਰਾ ਮਤਲਬ ਘਰ ਕਾਲਾ ਸੀਗਾ, ਅਤੇ ਉਹ ਘਰ ਦੀ ਇਨਵੈਂਟਰੀ ਕਰਨੀ ਸੀ ਵੀ ਕਿਹੜੀ ਚੀਜ਼ ਹੈ ਨਾ, ਵੀ ਕਿੰਨੀ ਕੁਆਂਟਿਟੀ ਦੇ ਵਿੱਚ ਕਿਹੜੀ ਚੀਜ਼ ਖਰਾਬ ਹੋਈ ਆ ਹੈ ਨਾ, ਉਹ ਇਕੱਲੀ ਇਕੱਲੀ ਚੀਜ਼ ਮੈਂ ਇੱਦਾਂ ਚੱਕ ਚੱਕ ਕੇ ਦੇਖ ਰਹੀ ਸੀਗੀ ਹੈ ਨਾ। ਅਤੇ ਉਸ ਤੋਂ ਬਾਅਦ ਕੀ ਹੋਇਆ, ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ ਕਿਉਂਕਿ ਜਿਹੜੇ ਕਣ ਸੀਗੇ ਧੂੰਏ ਦੇ ਸਾਰੇ ਮੇਰੇ ਅੰਦਰ ਚਲੇ ਗਏ, ਉਸ ਤੋਂ ਬਾਅਦ ਮੈਂ ਮਤਲਬ ਬਿਮਾਰ ਹੋ ਗਈ ਹੈ ਨਾ, ਅਤੇ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਛੁੱਟੀ ਚਾਹੀਦੀ ਹੈ ਵੀ ਮੈਂ ਕੰਮ ਨਹੀਂ ਕਰ ਸਕਦੀ ਹੈਗੀ, ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਨਹੀਂ ਆਉਣਾ ਸੀ ਕਿਸੇ ਹੋਰ ਨੂੰ ਰੱਖ ਲਵਾਂਗੇ।
ਮਤਲਬ ਉਹਨਾਂ ਨੂੰ ਬੰਦੇ ਦੀ ਹੈਲਥ ਨਾਲ ਕੋਈ ਉਹ ਨਹੀਂ ਹੈਗਾ ਵੀ ਹਨਾ ਤੁਸੀਂ ਮਰੋ ਖਪੋ ਵੀ ਸਾਨੂੰ ਸਾਡਾ ਕੰਮ ਚਾਹੀਦਾ। ਕਹਿੰਦੇ ਤੂੰ ਨਹੀਂ ਆਉਣਾ ਸੀ ਕਿਸੇ ਹੋਰ ਨੂੰ ਬੁਲਾ ਲਾਂਗੇ। ਫਿਰ ਇੱਦਾਂ ਹੋਇਆ ਵੀ ਮੈਂ ਉੱਥੇ ਇੰਨੀ ਕੁ ਜ਼ਿਆਦਾ ਬਿਮਾਰ ਹੋ ਗਈ, ਮੈਂ ਖੜੀ ਖੜੀ ਡਿੱਗ ਜਾਂਦੀ ਸੀਗੀ ਹਨਾ, ਤੇ ਵਾਸ਼ਰੂਮ ਦੇ ਵਿੱਚ ਮਤਲਬ ਮੈਂ ਤਿੰਨ ਤਿੰਨ ਚਾਰ ਚਾਰ ਘੰਟੇ ਪਈ ਰਹੀ ਹਾਂ ਬੇਹੋਸ਼, ਤੇ ਮੈਨੂੰ ਕੋਈ ਚੱਕਰ ਨਹੀਂ ਆਇਆ ਹੈਗਾ ਹਨਾ। ਸਾਹ ਦੀ ਪ੍ਰੋਬਲਮ ਨਾਲ? ਸਾਹ ਦੀ ਪ੍ਰੋਬਲਮ ਹੋਈ, ਉਸ ਤੋਂ ਬਾਅਦ ਮੈਂ ਮਤਲਬ ਮੇਰੇ ਗਲੇ ਦੇ ਵਿੱਚ ਕੁਛ ਹੋ ਗਿਆ ਕਿਉਂਕਿ ਉੱਥੇ ਕੋਈ ਇੱਦਾਂ ਦਾ ਸੀਗਾ ਹਨਾ ਜਿਹਦੇ ਕਰਕੇ ਮਤਲਬ ਮੈਂ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀਗੀ। ਮੈਂ ਉਹਨਾਂ ਨੂੰ ਦੱਸਿਆ ਵੀ ਮੇਰੇ ਮਤਲਬ ਇੱਦਾਂ ਦਾ ਕਰਕੇ ਮੂੰਹ ਦੇ ਵਿੱਚ ਸਾਰੇ ਛਾਲੇ ਹੋ ਗਏ ਹਨਾ, ਵੀ ਮੇਰੇ ਤੋਂ ਨਾ ਤਾਂ ਕੁਛ ਖਾਧਾ ਜਾ ਰਿਹਾ ਨਾ ਪੀਤਾ ਜਾ ਰਿਹਾ ਹੈਗਾ, ਤਾਂ ਉਹ ਉਹਨਾਂ ਨੇ ਉਸ ਚੀਜ਼ ਨੂੰ ਇਗਨੋਰ ਕਰਤਾ ਹਨਾ। ਤੇ ਮੈਂ ਜਦੋਂ ਕੁਛ ਜ਼ਿਆਦਾ ਹੀ ਬਿਮਾਰ ਹੋ ਗਈ ਤਾਂ ਮੈਂ ਘਰੇ ਰਹਿ ਗਈ ਹਨਾ, ਘਰੇ ਰਹੀ ਚਾਰ ਪੰਜ ਦਿਨ ਮਤਲਬ ਬੈੱਡ ਤੇ ਪਈ ਰਹੀ, ਕਿਸੇ ਦੂਜੇ ਬੰਦੇ ਨੇ ਪਾਣੀ ਦਾ ਗਲਾਸ ਨਹੀਂ ਪੁੱਛਿਆ ਹੈਗਾ। ਉਸ ਤੋਂ ਬਾਅਦ ਹਨਾ ਜਦੋਂ ਪਾਣੀ ਦਾ ਗਲਾਸ ਨਹੀਂ ਪੁੱਛਿਆ ਤੇ ਉਧਰੋਂ ਮੰਮੀ ਹੋਣੀ ਮੈਨੂੰ ਫੋਨ ਕਰਨ ਲੱਗ ਗਏ ਹਨਾ ਵੀ ਇੱਦਾਂ ਦਾ ਕਰਕੇ ਘਰੇ ਪੈਸਿਆਂ ਦੀ ਲੋੜ ਆ। ਉਸ ਟਾਈਮ ਤੇ ਚਲੋ ਮੰਮੀ ਦਾ ਆਪਰੇਟ ਹੋਣਾ ਸੀਗਾ ਹਨਾ, ਤੇ ਉਸ ਟਾਈਮ ਮੇਰੇ ਕੋਲ ਵੀ ਪੈਸੇ ਨਹੀਂ ਸੀਗੇ ਕਿਉਂਕਿ ਉਹ ਟਾਈਮ ਇੱਦਾਂ ਦਾ ਸੀ ਜਦੋਂ ਮੈਂ ਸਾਰੀਆਂ ਫੀਸਾਂ ਭਰਤੀਆਂ ਸੀਗੀਆਂ, ਉਸ ਤੋਂ ਬਾਅਦ ਮੇਰਾ ਕੰਮ ਛੁੱਟਿਆ ਸੀਗਾ, ਉਸ ਲਈ ਥੋੜ੍ਹੇ ਦਿਨ ਪਹਿਲਾਂ ਹੀ ਮੈਂ ਸਾਰੀਆਂ ਫੀਸਾਂ ਭਰੀਆਂ ਸੀਗੀਆਂ, ਤੇ ਮੇਰੇ ਕੋਲ ਇੰਨੇ ਕੁ ਪੈਸੇ ਸੀਗੇ ਵੀ ਜਿੱਦਣ ਮੈਂ ਸਿਰਫ ਮੈਂ ਅਗਲੇ ਮਹੀਨੇ ਦਾ ਰੈਂਟ ਤੇ ਆਪਦੇ ਖਾਣ ਪੀਣ ਜੋਗਾ ਕਰ ਸਕਾਂ, ਵੀ ਉਹ ਤੋਂ ਐਕਸਟਰਾ ਮੇਰੇ ਕੋਲ ਪੈਸੇ ਨਹੀਂ ਸੀਗੇ ਤੇ ਨਾ ਮੈਂ ਕੰਮ ਕਰ ਸਕਦੀ ਸੀ ਕਿਉਂਕਿ ਇੰਨੀ ਬਿਮਾਰ ਹੋ ਗਈ ਸੀ ਮੈਂ, ਤੇ GIC ਬੰਦ ਹੋ ਗਈ ਸੀ ਉਸ ਟਾਈਮ ਤੇ। ਫਿਰ ਮਤਲਬ ਮੈਂ ਬਹੁਤ ਟਾਈਮ ਤੱਕ ਦੱਸੀਆਂ ਨਹੀਂ ਹੈਗੀਆਂ ਘਰੇ ਗੱਲਾਂ ਵੀ ਮੈਂ ਬਿਮਾਰ ਹਾਂ ਜਾਂ ਕੁਛ ਹੋਰ ਹਾਂ ਹਨਾ। ਫਿਰ ਉਹ ਖਰਚੇ ਲਈ ਪੈਸੇ ਕਿੱਥੋਂ ਆਉਂਦੇ ਰਹੇ? ਕਿਉਂਕਿ ਉਹ GIC ਆ ਰਹੀ ਸੀਗੀ ਨਾ, ਤੇ ਫਿਰ ਮੈਨੂੰ ਇੱਦਾਂ ਲੱਗਿਆ ਵੀ ਮੈਂ ਘਰੋਂ ਪੈਸੇ ਮੰਗਾ, ਫਿਰ ਮੰਮੀ ਨੇ ਮੈਨੂੰ ਥੋੜ੍ਹੇ ਜਿਹੇ ਪੈਸੇ ਪਵਾਏ ਹਨਾ, ਫਿਰ ਇਹਨਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਕੋਈ ਗੜਬੜ ਆ ਹਨਾ। ਫਿਰ ਇੱਦਾਂ ਹੋਇਆ ਹਨਾ ਵੀ ਜਦੋਂ ਮੈਂ ਜ਼ਿਆਦਾ ਬਿਮਾਰ ਹੋ ਗਈ ਤੇ ਮਤਲਬ ਫਿਰ ਮਤਲਬ ਇੱਦਾਂ ਹੋਣ ਲੱਗ ਗਏ, ਮੈਂ ਕੰਧਾਂ 'ਚ ਟੱਕਰਾਂ ਮਾਰਨ ਵਾਲਾ ਕੰਮ ਸੀਗਾ, ਫਿਰ ਮੈਂ ਰੋਣਾ ਹਨਾ, ਫਿਰ ਮੈਂ ਮੰਮੀ ਨੂੰ ਫੋਨ ਲਾਇਆ ਰੋਂਦੇ ਰੋਂਦੇ ਵੀ ਤੁਸੀਂ ਇੱਥੇ ਆ ਜਾਓ ਵੀ ਜਾਂ ਮੈਂ ਉੱਥੇ ਆ ਜਾਂਦੀ ਹਾਂ ਹਨਾ, ਮੇਰੇ ਉੱਥੇ ਆਉਣ ਵਾਲਾ ਕੋਈ ਸੀਨ ਨਹੀਂ ਸੀ ਕਿਉਂਕਿ ਮੈਂ ਉੱਥੇ ਗਈ ਸੀਗੀ ਹਨਾ। ਤੇ ਫਿਰ ਮੰਮੀ ਕਹਿੰਦੇ ਵੀ ਚੱਲ ਕੋਈ ਗੱਲ ਨਹੀਂ ਮੈਂ ਤੇਰੇ ਕੋਲ ਆ ਜਾਂਦੀ ਵੀ ਤੂੰ ਵੀਜ਼ਾ ਅਪਲਾਈ ਕਰ। ਚਲੋ ਮੈਂ ਵੀਜ਼ਾ ਅਪਲਾਈ ਕੀਤਾ 7-8 ਦਿਨਾਂ ਬਾਅਦ ਹਨਾ, ਮੰਮੀ ਉੱਥੇ ਆ ਗਏ ਹਨਾ। ਅੱਛਾ ਅੱਛਾ, ਤੁਸੀਂ ਉੱਥੇ ਗਏ ਜਦੋਂ ਪਹਿਲੇ ਦਿਨ? ਹਾਂਜੀ। ਉਦੋਂ ਕਹੇ ਜੇ ਹਾਲਾਤ ਤੁਸੀਂ ਦੇਖਦੇ ਹੋ? ਉਰੋਂ ਵੀ ਭੇਜਣ ਦਾ ਕਾਰਨ ਇਹ ਸੀ, ਤੁਹਾਨੂੰ ਪਤਾ ਇੰਡੀਆ 'ਚ ਜੋਬ ਤਾਂ ਮਿਲਦੀ ਨਹੀਂ ਹੈਗੀ ਹਨਾ, ਜੇ ਆਪਣੇ ਸਰਕਾਰਾਂ ਚੰਗੀਆਂ ਹੋਣ ਤਾਂ ਬੱਚੇ ਉਰੀ ਕੰਮ ਕਰਨ, ਆਪਾਂ ਬਾਹਰ ਕਿਉਂ ਤੋਰੀਏ? ਆਪਾਂ ਘਰ ਦੇ ਹਾਲਾਤ ਦੇਖਦੇ ਹੋਏ ਆਪਾਂ ਨੂੰ ਐਂ ਵੀ ਬਾਹਰ ਬਹੁਤ ਕੁਛ ਹੈ ਵੀ ਅਸੀਂ ਐਂ ਕਰ ਲਾਂਗੇ, ਬੱਚੇ ਸੈੱਟ ਹੋ ਜਾਣਗੇ, ਵੀ ਚਲੋ ਸਾਡੀ ਜ਼ਿੰਦਗੀ ਤੋਂ ਜੋ ਹੈਗੀ ਬੱਚੇ ਅੱਗੇ ਸੈੱਟ ਹੋ ਜਾਣਗੇ। ਹੁਣ ਭੇਜੀ ਤਾਂ ਗੁੜੀ ਐਂ ਸੀ ਵੀ ਚਲੋ ਉੱਧਰ ਸੈਟਿੰਗ ਹੋ ਜੂਗੀ ਵੀ ਆਪਦਾ ਕੁਛ, ਚਲ ਆਪਦੇ ਪੈਰਾਂ 'ਤੇ ਸਟੈਂਡ ਹੋ ਜਾਣਗੇ, ਪਰ ਜਦੋਂ ਵੀ ਇਹਦੇ ਨਾਲ ਗੱਲ ਕਰਨੀ, ਮੰਮੀ ਮੈਂ ਹਜੇ ਫਿਰ ਕਰਦੀ ਹਾਂ ਗੱਲ ਤੁਹਾਡੇ ਨਾਲ, ਜੇ ਮੈਨੂੰ ਪੁੱਛਣਾ ਵੀ ਪ੍ਰੀਤ ਕੋਈ ਪ੍ਰੋਬਲਮ ਤਾਂ ਨਹੀਂ, ਮੰਮੀ ਮੈਂ ਕਰਦੀ ਹਾਂ ਤੇਰੇ ਨਾਲ ਗੱਲ ਹਨਾ, ਬੱਚਿਆਂ ਦਾ ਜਿਵੇਂ ਬਿਹੇਵੀਅਰ ਨਹੀਂ ਬਦਲ ਜਾਂਦਾ ਮਾਂ ਬਾਪ ਨਾਲੋਂ, ਵੀ ਮੈਂ ਕਰਦੀ ਹਾਂ ਜੇ ਮੈਨੂੰ ਪੁੱਛਣਾ ਵੀ ਕੋਈ ਟੈਨਸ਼ਨ ਆ, ਕਹਿੰਦੀ ਨਾ ਮੰਮੀ ਮੈਂ ਕਰਦੀ ਹਾਂ ਗੱਲ। ਮੈਂ ਇੱਕ ਦਿਨ ਮੰਨ ਲਓ ਵੀ ਇਹਦੇ ਨਾਲ ਮੈਂ 1.5-2 ਘੰਟੇ ਗੱਲ ਕਰੀ, ਮੈਂ ਕਿਹਾ ਵੀ ਤੂੰ ਕੀ ਕਰਦੀ ਹੈ, ਇਹਨੇ ਵੀਡੀਓ ਕਾਲ ਕਰੀ, ਮੈਂ ਕਿਹਾ ਨਹੀਂ ਕੂੜਾ ਚੱਕੀ ਜਾਣੀ ਆ ਉਰੇ ਤਾਂ ਤੂੰ ਭਾਂਡਾ ਨਹੀਂ ਦੀ ਚੱਕਦੀ, ਠੀਕ ਹੈ? ਕਹਿੰਦੀ ਮੰਮੀ ਮਜਬੂਰੀ ਹੈ, ਕਹਿੰਦੀ ਕਰਨਾ ਪੈਂਦਾ। ਫਿਰ ਕਹਿੰਦੀ ਤੁਹਾਨੂੰ ਪਤਾ ਇੱਥੇ ਤਾਂ ਕੋਈ ਦਿੰਦਾ ਨਹੀਂ ਹੈਗਾ ਖਾਣ ਨੂੰ, ਕਹਿੰਦੀ ਤੁਸੀਂ ਆਓਗੇ ਤੁਹਾਨੂੰ ਉਦੋਂ ਪਤਾ ਲੱਗੂਗਾ। ਮੈਨੂੰ ਕਹੇਗੀ ਮੈਂ ਚੱਲ ਤੂੰ ਮੇਰਾ ਵੀਜ਼ਾ ਲਵਾ, ਮੈਂ ਦੇਖਦੀ ਹਾਂ ਇੱਥੋਂ ਕਿੱਦਾਂ ਦਾ ਮਾਹੌਲ ਹੈਗਾ, ਉਰੇ ਤਾਂ ਤੁਸੀਂ ਪਾਣੀ ਦਾ ਗਲਾਸ ਨਹੀਂ ਦੀ ਪੀਂਦੇ, ਮੈਂ ਕਹਿੰਦਾ ਇੱਥੇ ਵੀ ਤਾਂ ਕੂੜਾ ਚੱਕਦੀ ਹੋਈ ਆ। ਇਹਨਾਂ ਨੇ ਚੱਲ ਆਈ, ਇਹਨੂੰ ਕੋਈ ਪ੍ਰੋਬਲਮ ਆਈ, ਇਹ ਮੈਨੂੰ ਕੋਈ ਰੋਂਦੀ ਰਹੀ, ਮੈਂ 1-2 ਵਾਰੀ ਪੈਸੇ ਵੀ ਪਵਾਏ, ਮੇਰੀ ਸਿਸਟਰ ਨੇ ਵੀ ਪਵਾਏ, ਮੈਂ ਹੋਰ ਨੌਨ ਸੀ ਜਿਹੜੇ ਉਹਨਾਂ ਤੋਂ ਵੀ ਪਵਾਏ ਹਨਾ। ਇਹਨੇ ਤੁਹਾਨੂੰ ਇਹਨੇ ਬਾਹਰ ਜਾ ਕੇ ਤੁਹਾਨੂੰ ਪੈਸੇ ਨਹੀਂ ਭੇਜੇ? ਨਾ ਨਾ ਜੀ, 1-5 ਵੀ ਨਹੀਂ, 10,000 ਰੁਪਏ ਵੀ ਨਹੀਂ ਕਦੇ ਪਾਇਆ ਇਹਨੇ। ਲਾ ਕੇ ਕਿੰਨੀ ਭੇਜੀ ਸੀ ਇਹ? ਘੱਟੋ ਘੱਟ ਜੀ 22-23 ਲੱਖ ਰੁਪਇਆ ਇਹ 'ਤੇ ਲੱਗ ਗਿਆ ਸੀਗਾ। ਭੇਜੇ ਕਿੰਨੇ? ਭੇਜਿਆ ਮੈਂ ਹੀ ਸੀ ਜੀ। ਭੇਜੇ ਕਿੰਨੇ? ਭੇਜੇ ਨੇ 1 ਰੁਪਿਆ ਨਹੀਂ ਭੇਜਿਆ ਇੱਥੋਂ ਜੀ, 10 ਰੁਪਏ ਵੀ ਨਹੀਂ ਭੇਜੇ ਨੇ ਕਦੇ। ਮੈਂ ਇਹਨੂੰ ਕਿਹਾ ਹੀ ਨਹੀਂ ਕਿਉਂਕਿ ਪਹਿਲਾਂ ਰੋਣ ਲੱਗ ਜਾਂਦੀ ਸੀਗੀ। ਇਹ ਇੱਕ ਦਿਨ ਮੈਨੂੰ ਗੁੱਸੇ 'ਚ ਵੀ ਬੋਲੀ, ਮੈਂ ਕਿਹਾ ਪ੍ਰੀਤ ਮੇਰਾ ਆਪਰੇਸ਼ਨ ਹੋਣਾ ਵੀ ਮੇਰੇ ਕੋਲ ਪੈਸੇ ਨਹੀਂ ਹੈਗੇ ਪੁੱਤ, ਵੀ ਮੈਂ ਤੈਨੂੰ ਬਾਅਦ 'ਚ ਪਾ ਦੂੰਗੀ, ਮੈਂ ਰੱਖਦੀ ਨਹੀਂ ਹੈਗੀ। ਕਹਿੰਦੀ ਮੰਮੀ ਉਰੇ ਕਿਹੜਾ ਝਾੜਾਂ ਨਾਲ ਲੱਗਦੇ ਨੇ? ਕਹਿੰਦੀ ਤੁਸੀਂ ਆ ਕੇ ਦੇਖੋ ਉਰੇ। ਕਹਿੰਦੀ ਤੁਹਾਨੂੰ ਲੱਗਦਾ ਹੈ ਇੱਥੇ ਬੈਠਿਆਂ ਨੂੰ ਵੀ ਉਰੇ ਪੈਸੇ ਝਾੜਾਂ ਨਾਲ ਲੱਗਦੇ ਨੇ? ਕਹਿੰਦੀ ਉਰੇ ਝਾੜਾਂ ਨਾਲ ਨਹੀਂ ਲੱਗਦੇ। ਕਹਿੰਦੀ ਤੁਹਾਨੂੰ ਉਰੇ ਆ ਕੇ ਪਤਾ ਲੱਗੂਗਾ ਵੀ ਕੀ ਮਾਹੌਲ ਹੈ। ਕਹਿੰਦੀ ਉਰੇ ਪੈਸੇ ਕਮਾਉਣੇ ਬਹੁਤ ਔਖੇ ਨੇਗੇ। ਜਦ ਮੈਂ ਇਹਨਾਂ ਕੋਲੇ ਗਈ, ਮੰਨ ਲਓ ਪਹਿਲਾਂ ਤਾਂ ਮੈਂ ਉਰੋਂ ਹੀ ਗਈ, ਮੇਰੀ ਲੈ ਲਓ ਮਤਲਬ ਕਿ ਹੈਗੀ ਸੀ ਹਾਂਗਕਾਂਗ ਦੀ ਸਟੇ, ਠੀਕ ਹੈ? ਜਹਾਜ਼ ਦੇ ਵਿੱਚ ਵੀ ਤੁਹਾਨੂੰ ਦੱਸ ਦਿੰਦੇ ਵੀ ਕਿੱਦਾਂ ਦਾ ਮਾਹੌਲ ਆ, ਮੇਰੇ ਕੋਲ ਡੋਲਰ ਸੀਗੇ,
ਠੀਕ ਹੈ, ਮੈਂ ਐਕਸਟਰਾ ਪਾਏ ਹੋਏ ਸੀ ਵੀ ਰਾਹ 'ਚ ਕੋਈ ਰਸਤੇ 'ਚ ਲੋੜ ਪੈ ਜਾਂਦੀ ਹੈ। ਮੈਂ ਹੋਂਗਕੋਂਗ ਉਤਰੀ, ਉੱਥੇ ਮੈਨੂੰ ਨੀਂਦ ਆਈ, ਠੀਕ ਹੈ ਨਾ, ਮੈਂ ਸਿਰਹਾਣੇ ਰੱਖ ਕੇ ਪਰਸ ਪਈ ਰਹੀ, ਉੱਥੇ ਮੈਨੂੰ ਡੋਲਰ ਹੀ ਗੈਪ ਹੋ ਗਏ ਮੇਰੇ, ਠੀਕ ਹੈ, ਮੈਂ ਦੇਖਾਂ ਵੀ ਇਹੀ ਡੋਲਰ ਸੀ ਮੇਰੇ ਕੋਲ, ਵੀ ਮੈਂ ਮਤਲਬ ਕਿ ਚੇਂਜ ਵੀ ਨਹੀਂ ਕਰਵਾਏ, ਹੁਣ ਇੰਨੀ ਨੌਲੇਜ ਵੀ ਨਹੀਂ ਹੁੰਦੀ, ਬੰਦਾ ਪਹਿਲੀ ਵਾਰ ਜਾਂਦਾ। ਚਲੋ ਜੀ, ਉੱਥੇ ਆਪਣੇ ਇੱਕ ਪੰਜਾਬੀ ਹੈਗੀਆਂ ਸੀ, ਕੁੜੀਆਂ ਵੀ ਸੀ, ਮੁੰਡੇ ਵੀ ਸੀ, ਸੁਨਾਮ ਕਨੀ ਦੇ ਵੀ ਸੀਗੇ, ਸਾਰੇ ਸੀ ਸਾਡੇ ਨਾਲ, ਠੀਕ ਹੈ, ਬਾਕੀ ਸਾਰੇ ਉਹੀ ਸੀਗੇ ਜਿਨ੍ਹਾਂ ਦੀ ਆਪਾਂ ਨੂੰ ਭਾਸ਼ਾ ਨਹੀਂ ਸਮਝ ਆਉਂਦੀ ਹੈਗੀ, ਹੈ ਨਾ। ਅਤੇ ਉੱਥੇ ਜਦੋਂ ਅਸੀਂ ਉੱਤਰੇ, ਸਾਡੀ 7 ਘੰਟੇ ਦੀ ਸਟੇ ਸੀਗੀ, ਚਲੋ ਖਾਇਆ ਪੀਆ ਉੱਥੇ, ਸਭ ਨੇ ਆਪਦੀ ਆਪਦੀ ਮਜਬੂਰੀ ਦੱਸੀ ਵੀ ਮੈਂ ਚੱਲਿਆ ਚੱਲਿਆ ਚੱਲਿਆ, ਮੈਂ ਕਿਹਾ ਵੀ ਮੈਂ ਤਾਂ ਆਪਦੀ ਬੇਟੀ ਕੋਲ ਚੱਲਿਆ, ਕਹਿੰਦੇ ਅੱਛਾ ਤੁਹਾਡੀ ਬੇਟੀ ਆ ਉੱਧਰ, ਮੈਂ ਕਿਹਾ ਹਾਂਜੀ ਮੇਰੀ ਬੇਟੀ ਆ, ਮੈਂ ਬੇਟੀ ਕੋਲ ਚੱਲੀ ਹਾਂ ਵੀ ਉਹ ਬਿਮਾਰ ਆ ਗਈ। ਜਦੋਂ ਉੱਥੇ ਜਾ ਕੇ ਉੱਤਰੀ, ਮੈਨੂੰ ਇਹ ਲੱਗੇ ਵੀ ਮੈਂ ਕਿੱਥੇ ਆ ਗਈ, ਉਹ ਤਾਂ ਬੱਸ ਵੀ ਨਹੀਂ ਵਾਪਸ ਜਾਂਦੀ ਹੈਗੀ, ਮਤਲਬ ਕਿ ਉੱਥੇ ਵੀ ਜਦੋਂ ਆਪਾਂ ਉੱਤਰਦੇ ਹਾਂ, ਇਹ ਥੋੜੂ ਹੈ ਵੀ ਕੋਈ ਉੱਥੇ ਆਪਾਂ ਨੂੰ ਅੰਦਰ ਲੰਘਣ ਦੇ ਦੂਗਾ, ਜਾਂ ਆਪਣਾ ਬੱਸ ਸਟੈਂਡ ਆਪਾਂ ਬੱਸ ਉੱਤਰ ਗਏ ਚੜ੍ਹ ਗਏ ਜਾਂ ਕੋਈ ਸਵਾਲ ਜਵਾਬ ਨਹੀਂ ਹੋਏ। ਇਹ ਇੰਡੀਆ 'ਚ ਤਾਂ ਉਹ ਆ ਸਕਦੇ ਨੇ ਆਸਾਨੀ ਨਾਲ, ਆਪਾਂ ਉਹਨਾਂ ਦੇ ਦੇਸ਼ 'ਚ ਆਸਾਨੀ ਨਾਲ ਨਹੀਂ ਜਾ ਸਕਦੇ। ਜਦੋਂ ਹੋਂਗਕੋਂਗ ਤੋਂ ਅਸੀਂ ਚੱਲੇ, ਉਹ ਨਾਲ ਕੁੜੀਆਂ ਸੀ ਜਿਹੜੀਆਂ, ਉਹ ਕਹਿੰਦੀ ਵੀ ਅਸੀਂ ਬਾਥਰੂਮ ਕਰਨਾ, ਅਸੀਂ ਉੱਥੇ ਚੱਲੀਆਂ ਗਈਆਂ। ਮੈਨੂੰ ਕਹਿੰਦੀ ਆਂਟੀ ਤੁਹਾਡੇ ਕੋਲ ਕੋਈ ਲਿਕਵਿਡ ਹੈਗਾ ਲਾਉਣ ਨੂੰ ਵੀ ਹੱਥਾਂ 'ਤੇ? ਮੈਂ ਕਿਹਾ ਵੀ ਨਾ, ਮੇਰਾ ਤਾਂ ਪਰਸ ਉੱਥੇ ਪਿਆ ਹੈਗਾ ਬੈਗ, ਮੈਂ ਤਾਂ ਸਾਰਾ ਕੁਛ ਉਹਦੇ ਵਿੱਚ ਪਾਇਆ ਹੋਇਆ। ਮੈਂ ਕੀ, ਉਹ ਕਹਿੰਦੀ ਚੂੜਾ ਪ੍ਰੋਬਲਮ ਕਰਦਾ ਵੀ ਮੈਂ ਤਾਰਦਾ ਇਹਨੂੰ, ਤਾਰਿਆ ਉਹਨੇ ਆਪਦੀ ਬੈਗ ਦੀ ਜੇਬ 'ਚ ਪਾਇਆ, ਠੀਕ ਹੈ, ਮਤਲਬ ਕਿ ਉਹ ਹੁਣ ਉਹਨੂੰ ਪਤਾ ਵੀ ਮੈਂ ਚੂੜਾ ਉਹਨਾਂ ਨੇ ਕਿਉਂ ਤਾਰੇ ਜਾਂ ਕਿਉਂ ਪਾਉਂਦੀਆਂ ਨੇ ਜਾਂ ਕਿਉਂ ਸਿੱਟਦੀਆਂ ਨੇ ਇੱਥੋਂ। ਉੱਥੇ ਜਾ ਕੇ ਉਹ ਕੀ ਕਰਦੀਆਂ ਨੇ ਜੀ, ਦੋ ਦੋ ਤਿੰਨ ਤਿੰਨ ਫਰੈਂਡ ਬਣੇ ਹੁੰਦੇ ਨੇ ਉਹਨਾਂ ਦੇ, ਮੈਂ ਆਪ ਆਪਦੇ ਅੱਖੀਂ ਦੇਖੇ ਨੇ ਜਿੱਥੇ ਮੈਂ ਰਹਿੰਦੀ ਰਹੀ ਹਾਂ, ਠੀਕ ਹੈ। ਉਹ ਕੁੜੀਆਂ ਨੇ ਦੋ ਦੋ ਤਿੰਨ ਤਿੰਨ ਫਰੈਂਡ ਬਣਾਏ ਨੇ। ਜਿਹੜਾ ਮੁੰਡਾ ਵਿਚਾਰਾ ਗੱਲ ਕਰਦਾ, ਉਹਨੂੰ ਕਹਿੰਦੇ ਨੇ ਅਸੀਂ ਤਾਂ ਕੰਮ 'ਤੇ ਹਾਂ ਜੀ, ਮੈਂ ਤੁਹਾਨੂੰ ਬਾਅਦ 'ਚ ਕਾਲ ਕਰਦੀ ਹਾਂ, ਮੈਂ ਬਿਜ਼ੀ ਹਾਂ, ਮੈਂ ਇਹ ਹਾਂ, ਮੈਂ ਉਹ ਹਾਂ। ਇੱਥੋਂ ਵਾਲੇ ਮੁੰਡਿਆਂ ਨੂੰ ਕਹਿੰਦੇ ਨੇ? ਹਾਂ, ਇੱਥੋਂ ਵਾਲੇ ਮੁੰਡਿਆਂ ਨੂੰ, ਜਿਨ੍ਹਾਂ ਨਾਲ ਮੈਰਿਜ ਕਰਾਈ ਹੋਈ ਹੈ। ਬਹੁਤ ਮੁੰਡੇ ਵੀ ਐਂ ਕਰਦੇ ਨੇ, ਠੀਕ ਹੈ ਨਾ, ਵੀ ਜਿਹੜੇ ਇੱਥੇ ਐਂ ਨਹੀਂ ਹੈਗਾ ਵੀ ਸਾਰੇ ਹੀ ਗਲਤ ਨੇ ਉੱਥੇ, ਜਿਹੜੇ ਜਿਹੜੇ ਤਾਂ ਵਧੀਆ ਪੜ੍ਹ ਲਿਖ ਕੇ ਗਏ ਨੇ ਉਹ, ਠੀਕ ਹੈ, ਕੁਛ ਬਣ ਕੇ ਗਏ ਨੇ, ਕੋਈ ਨਰਸਿੰਗ ਆ, ਜਿਹਨੂੰ ਜੋਬ ਮਿਲ ਗਈ ਉਹਨਾਂ ਦੀ ਜ਼ਿੰਦਗੀ ਹੈਗੀ ਹੈ ਵਧੀਆ। ਪਰ ਜਿਹੜੇ ਬੱਚੇ ਸਟੱਡੀ ਬੇਸ 'ਤੇ ਗਏ ਨੇ ਉਹਨਾਂ ਨੂੰ ਬਹੁਤ ਔਖਾ ਉੱਥੇ ਰਹਿਣਾ, ਠੀਕ ਹੈ ਨਾ। ਇਹ ਆਪਾਂ ਨੂੰ ਦਿਖਾਵਾ ਕਰਦੇ ਨੇ ਬੱਚੇ, ਮੇਰੀ ਬੇਟੀ ਲਾ ਲਓ, ਮੈਂ ਗਈ, ਮੇਰੇ ਕੋਲ 3 ਦਿਨਾਂ ਬਾਅਦ ਆਈ ਇਹ, ਠੀਕ ਹੈ, ਮੈਂ ਨਾ ਇਹਨੇ ਮੈਨੂੰ ਇਹ ਪੁੱਛਿਆ ਮੰਮੀ ਤੇਰੇ ਕੋਲ ਕੁਛ ਹੈਗਾ ਖਾਣ ਨੂੰ ਜਾਂ ਨਹੀਂ, ਨਾ ਇਹਨੇ ਮੈਨੂੰ ਐਂ ਦੱਸਿਆ ਮੇਰੇ ਕੋਲ ਪੈਸੇ ਨਹੀਂ, ਮੰਮੀ ਮੈਂ ਤੈਨੂੰ ਤਾਂ ਨਹੀਂ ਕਿਤੇ ਲੈ ਕੇ ਗਈ, ਇਹ ਮੈਨੂੰ ਕਿਤੇ ਘੁੰਮਣ ਫਿਰਨ ਨਹੀਂ ਲੈ ਕੇ ਗਈ, ਹੈ ਨਾ। ਉਨੇ ਦਿਨ ਕਿਤੇ ਨਹੀਂ ਲੱਗੀ, ਇਹਦੇ 2 ਫਰੈਂਡਾਂ ਰਹਿੰਦੀਆਂ ਸੀ ਨਾਲ, ਉਹ ਕਹਿੰਦੀ ਆਂਟੀ ਆਪਾਂ ਕੈਫੇ 'ਤੇ ਚੱਲੀਏ। ਮੈਂ ਕਿਹਾ ਵੀ ਨਹੀਂ, ਮੈਂ ਤਾਂ ਕੌਫੀ ਕੂਫੀ ਪੀਂਦੀ ਨਹੀਂ, ਮੈਨੂੰ ਤਾਂ ਚਾਹ ਵਧੀਆ ਘਰ ਦੀ ਹੀ ਲੱਗਦੀ ਆ, ਵੀ ਘਰ ਦੁੱਧ ਲਿਆਉਂਦੇ ਅਸੀਂ, ਦੁੱਧ ਲਿਆ ਉੱਥੇ, ਮੈਂ ਦੇਖਿਆ ਸਾਰਾ ਮਾਹੌਲ ਦੇਖਿਆ ਉੱਥੇ, ਜਿਹੜੀ ਆਪਣੇ ਪੰਜਾਬੀ ਕੁੜੀਆਂ ਨੇ ਉਹ ਮੇਜ਼ ਕਲੀਨ ਕਰਦੀਆਂ ਨੇ, ਸਾਫ਼ ਕਰਦੀਆਂ ਨੇ, ਭਾਂਡੇ ਚੱਕਦੀਆਂ ਨੇ ਉੱਥੇ, ਠੀਕ ਹੈ, ਸਾਰਾ ਕੰਮ ਆਪਣੇ ਪੰਜਾਬੀ ਕੁੜੀਆਂ ਕਰਦੀਆਂ ਨੇ ਜਿੰਨਾ ਵੀ ਹੈਗਾ। ਇੱਥੇ ਉਹ ਸ਼ੋਅ ਕਰਦੀਆਂ ਨੇ ਵੀ ਅਸੀਂ ਜੋਬ ਕਰਦੇ ਹਾਂ ਜੀ, ਅਸੀਂ ਆਹ ਕਰਦੇ ਹਾਂ, ਸਾਡੇ ਕੋਲ ਟਾਈਮ ਨਹੀਂ, ਕਿਉਂਕਿ ਦੱਸ ਉਹ ਤਾਂ ਨਹੀਂ ਸਕਦੀਆਂ, ਮਾਂ ਬਾਪ ਨੇ ਪੈਸੇ ਲਾਉਣ ਪਿੱਛੋਂ ਅਸੀਂ ਬੋਲਦੇ ਹਾਂ। ਜਿਵੇਂ ਹੁਣ ਆਪਣੀ ਬੇਟੀ ਨੂੰ ਮੈਂ ਬੋਲਦੀ ਸੀ ਵੀ ਅਸੀਂ ਤੈਨੂੰ ਇੰਨਾ ਪੈਸਾ ਲਾ ਕੇ ਤੁਰਿਆ ਵੀ ਤੂੰ ਕੀ ਕਰਿਆ ਉੱਧਰ ਜਾ ਕੇ, ਬੱਚੇ ਦੱਸਣ ਕੀ ਵੀ ਉੱਧਰ ਤਾਂ ਹਾਲਾਤ ਹੀ ਇਹੋ ਜਿਹੇ ਨੇ, ਪੈਸਾ ਉਨਾ ਕੀ ਬਣਦਾ ਜਿੰਨਾ ਕਿ ਬਸ ਖਾਂਦੇ ਨੇ ਉੱਥੇ, ਵੀ ਕਮਾਓ ਅਤੇ ਖਾਓ, ਉਦੋਂ ਵੱਧ ਐਕਸਟਰਾ ਇਕੱਲਾ ਬੱਚਾ ਨਹੀਂ ਜੋੜ ਸਕਦਾ। ਇਹਨਾਂ ਨੇ ਫੀਸਾਂ ਵੀ ਕੱਢਣੀਆਂ, ਖਰਚੇ ਵੀ ਕੱਢਣੇ, ਇਹਨਾਂ ਨੇ ਆਪਦੇ ਖਾਣਾ ਪੀਣਾ ਵੀ, 4-4 ਦਿਨ ਦਾ ਬੱਚੇ ਘਰੇ ਨਹੀਂ ਆਉਂਦੇ, ਰੋਟੀ ਕਿੱਥੋਂ ਖਾਣ, ਬੇਹੀਆਂ ਰੋਟੀਆਂ ਖਾਂਦੇ ਨੇ। ਜਿਹੜੇ ਮੁੰਡੇ ਵੀ ਉੱਥੇ ਆਂਟੀ ਮੈਂ ਭਾਂਡੇ ਮਾਂਜਦੀ ਰਹੀ ਹਾਂ, ਮੈਂ ਉਹਨਾਂ ਨੂੰ ਰੋਟੀ ਸਬਜ਼ੀ ਬਣਾ ਕੇ ਦੇ, ਭੁੱਖੇ ਮਰਦੇ ਸੀ ਵਿਚਾਰੇ, ਕਦੇ ਬ੍ਰੈਡ ਖਾ ਗਏ, ਕਦੇ ਆਮਲੇਟ ਖਾ ਗਏ, ਰੋਟੀ ਦਾ ਮੂੰਹ ਨਹੀਂ ਦੇਖਦੇ ਹਫ਼ਤਾ ਹਫ਼ਤਾ, ਨਹਾਉਂਦੇ ਤੱਕ ਨਹੀਂ ਹੈਗੇ ਉੱਥੇ ਬੱਚੇ। ਤੁਸੀਂ ਇਹ ਦੇਖੋ, ਮੈਂ ਉੱਥੋਂ ਬੇਟੀ ਕੋਲੋਂ ਅੱਕੀ ਹੋਈ, ਜਦੋਂ ਬੇਟੀ ਨੂੰ ਟਾਈਮ ਨਹੀਂ ਲੱਗਦਾ, ਲਾ ਲਓ ਵੀ ਇਹਦੇ ਕੋਲ ਪੈਸਾ ਨਹੀਂ ਸੀ, ਕੁਛ ਵੀ ਨਹੀਂ ਸੀ, ਮੈਂ ਇਹਦੇ ਕੋਲ ਬੈਲ ਵੈਲ ਤੋਂ ਟੋਰਾਂਟੋ ਚਲੀ ਆਈ ਆਪਦੇ, ਕੋਈ ਨੌਨ ਸੀਗੇ ਉਹਨਾਂ ਦੇ ਦਿਨ ਵੀ, ਮੈਂ ਕਿੰਨੇ ਕੁ ਦਿਨ ਉਹਨਾਂ ਦੇ ਘਰੇ ਬੈਠਦੀ, ਹੈ ਨਾ, ਵੀ ਮੈਨੂੰ ਮਨ ਨੂੰ ਉਬੜਾ ਚੁਬੜੀ ਲੱਗੀ ਵੀ ਸੀ ਵੀ ਮੈਂ ਗਲਤ ਕਰਿਆ, ਵੀ ਮੈਂ ਆਉਣਾ ਨਹੀਂ ਸੀਗਾ, ਵੀ ਚੱਲ ਬੇਟੀ ਤਾਂ ਪਰੇਸ਼ਾਨ ਹੈਗੀ ਸੀ, ਮੈਨੂੰ ਪਤਾ ਹੁੰਦਾ ਵੀ ਮੈਂ ਵੀ ਪੈਸੇ ਲੈ ਕੇ ਆਇਆ ਇਹਦੀ ਚਾਰ, ਹੁਣ ਮੈਂ ਵੀ ਆਪਦੇ 'ਤੇ ਖਰਚਾ ਕਰਕੇ ਗਈ, ਹੈ ਨਾ, ਟਿਕਟ ਵੀ ਕਰਵਾਈ, ਸਾਰਾ ਕੁਝ ਕਰਵਾਇਆ। ਜਦੋਂ ਮੈਂ ਉਹਦੇ ਅੰਕਲ ਕੇ ਘਰ ਗਈ, ਮੈਂ ਉਹਨਾਂ ਨੇ ਮੈਨੂੰ ਬੜੇ ਥਾਵੇਂ ਅਸੀਂ ਜੋਬ ਦੇਖ ਕੇ ਆਏ,
ਕੋਈ ਜੇ ਅਸੀਂ ਹੋਟਲ ਤੇ ਗਏ ਉਹ ਕਹਿੰਦੇ ਵੀ ਅਸੀਂ $8 ਦੇਵਾਂਗੇ ਵੀ ਹਜੇ ਕੰਮ ਨਹੀਂ ਹੈਗਾ ਇੱਥੇ ਤੁਸੀਂ ਆਪ ਦੇਖਣਗੇ ਹਾਂ ਆਪ ਦੇਖਣਗੇ ਆਪਦੇ ਵਾਸਤੇ ਤੇ ਜੇ ਅਸੀਂ ਕਿਤੇ ਹੋਰ ਗਏ ਕੱਪੜੇ ਵਾਲੀ ਸ਼ੋਪ ਤੇ ਵੀ ਮੈਨੂੰ ਬੁਟੀਕ ਦਾ ਕੰਮ ਆਉਂਦਾ ਕਹਿੰਦੇ ਨੇ ਸਾਡੇ ਕੋਲ ਹੈਗੇ ਨੇਗੇ ਜੀ ਸਾਡੇ ਕੋਲ ਹੈਗੇ ਨੇਗੇ ਵੀ ਇੱਥੇ ਕੰਮ ਇੰਨਾ ਸੌਖਾ ਨਹੀਂ ਮਿਲਦਾ ਹੈਗਾ ਵੀ ਜਿਵੇਂ ਤੁਸੀਂ ਸੋਚ ਦਿਓਗੇ ਫਿਰ ਅਸੀਂ ਕਿਤੇ ਗਏ ਮਤਲਬ ਕਿ ਮੌਲ ਸੀ ਕੋਈ ਬਣਿਆ ਹੋਇਆ ਉੱਥੇ ਗਏ ਉੱਥੇ ਵੀ ਕੱਪੜੇ ਦੀ ਸ਼ੋਪ ਵੀ ਉੱਥੇ ਲੱਗਣ ਵਾਸਤੇ ਉਹ ਕਹਿੰਦੇ ਵੀ ਨਹੀਂ ਵੀ ਅਸੀਂ ਤਾਂ ਸਾਡਾ ਤਾਂ ਕੰਮ ਹੀ ਮਸਾਂ ਚੱਲਦਾ ਵੀ ਇੱਥੇ ਤਾਂ ਇੱਕ ਇਹ ਆ ਵੀ ਹੁਣ ਭੁੱਖਮਾਰੀ ਵਾਲਾ ਕੰਮ ਹੋਇਆ ਪਿਆ ਵੀ ਸਾਡੀ ਆਪਦੀ ਰੋਟੀ ਮਸਾਂ ਚੱਲਦੀ ਹੈ ਦੁਕਾਨ ਦੇ ਕਿਰਾਏ ਵੀ ਸਾਨੂੰ ਪੈ ਰਹੇ ਨੇ ਵੀ ਤੁਹਾਨੂੰ ਦੇਖਣ ਨੂੰ ਇਹ ਚੀਜ਼ਾਂ ਲੱਗਦੀਆਂ ਨੇ ਫਿਰ ਮੈਂ ਘਰ ਆਈ ਇੱਕ ਮਤਲਬ ਕਿ ਫਿਰ ਉਹਨਾਂ ਨੇ ਕਿਸੇ ਨੌਨ ਨੇ ਉਹ ਕੁੜੀ ਕਹਿੰਦੀ ਚੱਲ ਮੈਂ ਲੱਗੀ ਹੋਈ ਸੀ ਵੀ ਤੁਹਾਨੂੰ ਉੱਥੇ ਲੈ ਜਾਂਦੀ ਹਾਂ ਉੱਥੇ ਮੈਨੂੰ ਸੈਲੂਨ 'ਚ ਲੈ ਗਈ ਕਹਿੰਦੀ ਤੁਹਾਨੂੰ ਕੰਮ ਆਉਂਦਾ ਮੈਂ ਕਿਹਾ ਹਾਂਜੀ ਆਉਂਦਾ ਗਾ ਉਹ ਕਹਿੰਦੇ ਵੀ ਤੁਸੀਂ ਸਾਰਾ ਕੰਮ ਸਿੱਖੇ ਹੋਏ ਵੀ ਸਾਡੇ ਇਹ ਕੰਮ ਨਹੀਂ ਚੱਲਦਾ ਵੀ ਜਿਹੜੇ ਤੁਸੀਂ ਸਿੱਖੇ ਹੋ ਵੀ ਸਾਡੇ ਹੋਰ ਹਿਸਾਬ ਨਾਲ ਚੱਲਦਾ ਤਾਂ ਉਹੀ ਹੈ ਪਰ ਉਹ ਪਾਗਲ ਬਣਾਉਂਦੇ ਨੇ 2-4 ਮਹੀਨੇ ਕੰਮ ਕਰਵਾ ਲੈਂਦੇ ਨੇ ਉਦੋਂ ਬਾਅਦ 'ਚ ਕਹਿੰਦੇ ਨੇ ਵੀ ਤੁਹਾਨੂੰ ਅਸੀਂ ਰੱਖਾਂਗੇ ਜੀ ਤੁਹਾਨੂੰ ਦੱਸਾਂਗੇ ਤੁਸੀਂ ਰਿਜ਼ਿਊਮ ਦੇਣ ਆਇਓ ਸਾਡੇ ਹਿਸਾਬ ਨਾਲ ਕੰਮ ਸਿੱਖੋ ਠੀਕ ਹੈ ਨਾ 2-4 ਮਹੀਨੇ ਉਹ ਫ੍ਰੀ 'ਚ ਕੰਮ ਕਰਵਾ ਲੈਂਦੇ ਨੇ ਉਦੋਂ ਬਾਅਦ 'ਚ ਬੰਦਾ ਕਿਤੇ ਹੋਰ ਰੱਖ ਲੈਂਦੇ ਨੇ ਕਿਸੇ ਨੂੰ ਉਹ ਫਿਰ ਕਿਤੇ ਹੋਰ ਕੰਮ ਲੱਭਣਾ ਪੈਂਦਾ ਉਹਨਾਂ ਨੂੰ ਨਹੀਂ ਜਦੋਂ ਤੁਸੀਂ ਉੱਥੇ ਸਲੂਨ ਤੇ ਜਦ ਮੈਂ ਦੂਸਰੀ ਵਾਰ ਫਿਰ ਸਲੂਨ ਤੇ ਗਈ ਕਿਸੇ ਤੇ ਹੋਰ ਕੰਮ ਕਰਨ ਵਾਸਤੇ ਹਾਂ ਕੰਮ ਕਰਨ ਵਾਸਤੇ ਉੱਥੇ ਮੰਨ ਲਓ ਵੀ ਜਿਵੇਂ ਹੁਣ ਆਪਾਂ ਬੈਠੇ ਹਾਂ ਹਨਾ ਵੀ ਆਪਣੇ ਪਿੰਡਾਂ ਦੇ ਆਪਾਂ ਨੇ ਤਾਂ ਹੁਣ ਹੋਰ ਮਾਹੌਲ ਆ ਰਹੇ ਉੱਥੇ ਮੈਂ ਉਹਨਾਂ ਨਾਲ ਪੁੱਛਣ ਲੱਗੀ ਵੀ ਤੁਸੀਂ ਕਿੱਥੋਂ ਉਹ ਮੈਨੂੰ ਪੁੱਛਣ ਲੱਗੀ ਉਹ ਕਹਿੰਦੀ ਵੀ ਮੈਂ ਬਰਨਾਲੇ ਤੋਂ ਇੱਕ ਕਹਿੰਦੀ ਮੈਂ ਸੰਗਰੂਰ ਤੋਂ ਆ ਹਨਾ ਐਵੇਂ ਗੱਲਾਂ ਕਰਨ ਲੱਗ ਗਈ ਅਤੇ ਉਹਨੇ ਜਿਹੜੀ ਓਨਰ ਸੀ ਉਹਨੇ ਦੇਖ ਲਿਆ ਉਹ ਕਹਿੰਦੀ ਵੀ ਆਪਸ ਮੈਂ ਗੱਲ ਨਹੀਂ ਕਰਨੀ ਹੈਗੀ ਤੁਸੀਂ ਨੇ ਵੀ ਇੱਥੇ ਅਲਾਊਡ ਨਹੀਂ ਹੈਗੀ ਵੀ ਤੁਸੀਂ ਸਵੇਰੇ ਜੋਬ 'ਤੇ ਨਹੀਂ ਆਉਣਾ ਮੈਂ ਜੋਬ 'ਤੇ ਨਹੀਂ ਗਈ ਫਿਰ ਮੈਂ ਦੂਜੀ ਜਗ੍ਹਾ 'ਤੇ ਫਿਰ ਜੋਬ ਦੇਖੀ ਹੈ ਨਾ ਵੀ ਉੱਥੇ ਮੈਂ ਵਿਹਲੀ ਬੈਠੀ ਵੀ ਕਿਉਂ ਮੈਂ ਰੋਟੀ ਰੋਟੀ ਲੈ ਕੇ ਗਈ ਉਹਨੇ ਮੈਨੂੰ ਜੈਸ ਕਰਤੀ ਦੇਖ ਕੇ ਸਾਰਾ ਕੰਮ ਦੇਖ ਕੇ ਹੈ ਨਾ ਦੂਸਰੇ ਜਦੋਂ ਦੇਖਿਆ ਵੀ ਇੱਥੇ ਮਾਹੌਲ ਕੀ ਹੈ ਮੇਰੇ ਬਲੈਕ ਕਲਰ ਦਾ ਸੂਟ ਪਾਇਆ ਮੈਂ ਮਤਲਬ ਕਿ ਬੈਠੀ ਹਾਂ ਹੈ ਨਾ ਚੇਅਰ 'ਤੇ 3 ਕੁੜੀਆਂ ਹੋਰ ਬੈਠੀਆਂ ਨੇ ਉਹ ਪਿੱਛੇ ਬਿਠਾਤੀਆਂ ਉਹਨੇ ਸੈਲੂਨ 'ਚ ਉਹ ਮਸਾਜ ਸੈਂਟਰ 'ਤੇ ਸੈਲੂਨ ਨਹੀਂ ਸੀ ਉਹਨਾਂ ਨੇ ਸੈਲੂਨ ਦਾ ਨਾਮ ਦਿੱਤਾ ਹੋਇਆ ਸੀ ਮਸਾਜ ਸੈਂਟਰ ਸੀ ਹਾਲਾਂਕਿ ਉੱਥੇ ਕੰਮ ਹੋਰ ਹੁੰਦੇ ਸੀਗੇ ਦਿਖਾਇਆ ਕੁਛ ਹੋਰ ਜਾਂਦਾ ਸੀਗਾ ਉੱਥੇ ਅੰਗਰੇਜ਼ ਆਉਂਦੇ ਨੇ ਕੁੜੀਆਂ ਮਸਾਜ ਕਰਦੀਆਂ ਨੇ ਅੰਦਰ ਟਿਪ ਦੇ ਜਾਂਦੇ ਨੇ ਬਾਹਰੇ ਦੇ ਜਾਂਦੇ ਨੇ ਹੈ ਨਾ ਪੰਜਾਬੀ ਕੁੜੀਆਂ ਨੂੰ ਰੱਖਿਆ ਹੋਇਆ ਜਿਨ੍ਹਾਂ ਦੀ ਮਜਬੂਰੀ ਬਣ ਜਾਂਦੀ ਹੈ ਉਹਨਾਂ ਨੂੰ ਤਾਂ ਕਰਨਾ ਹੀ ਪੈਣਾ ਜਿਨ੍ਹਾਂ ਦੀ ਨਹੀਂ ਮਜਬੂਰੀ ਉਹ ਸ਼ੌਂਕ ਨੂੰ ਵੀ ਤੁਰੀਆਂ ਫਿਰਦੀਆਂ ਨੇ ਉੱਥੇ ਅੱਛਾ ਤੁਸੀਂ ਦੱਸ ਦਿਓ ਵੀ ਤੁਹਾਡੇ 'ਤੇ ਵੀ ਇਹ ਸਵਾਲ ਹਾਂ ਇਹ ਮੈਂ ਬੈਠੀ ਜਦੋਂ ਕੋਈ ਅੰਗਰੇਜ਼ ਆਇਆ ਉਹ ਕਹਿ ਰਿਹਾ ਵੀ ਉਹ ਵੀ ਬਾਕੀ ਕੁੜੀਆਂ 'ਚ ਉਹਨਾਂ 'ਚੋਂ ਕੋਈ ਮਰਜ਼ੀ ਸਿਲੈਕਟ ਕਰ ਲਓ ਮਸਾਜ ਕਰਨ ਨੂੰ ਕਹਿੰਦੇ ਵੀ ਨਹੀਂ ਮਤਲਬ ਕਿ ਵੀ ਉਹ ਜਿਹੜੀ ਬਲੈਕ ਕਲਰ ਵਾਲੀ ਕੁੜੀ ਬੈਠੀ ਹੈ ਬਲੈਕ ਕਲਰ ਸੂਟ ਪਾਇਆ ਵੀ ਉਹਨੂੰ ਹੀ ਭੇਜੋ ਤੁਸੀਂ ਤੁਹਾਨੂੰ ਕਹਿੰਦਾ ਸੀ ਮੈਨੂੰ ਕਹਿੰਦਾ ਸੀਗਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਮੈਨੂੰ ਸਾਰੇ ਕੰਮ ਆਉਂਦੇ ਨੇ ਪਰ ਮੈਨੂੰ ਮਸਾਜ ਮਸੂਜ ਨਹੀਂ ਆਉਂਦੀ ਵੀ ਤੁਹਾਨੂੰ ਪਹਿਲਾਂ ਦੱਸਿਆ ਹੈ ਨਾ ਵੀ ਇੰਨਾ ਵੀ ਮੈਂ ਤਾਂ ਹਜੇ ਆਈ ਵੀ ਹੋਣੀ ਹੈ ਮੈਨੂੰ ਇੱਥੇ ਦਾ ਭੇਤ ਵੀ ਨਹੀਂ ਹੈਗਾ ਉਹ ਕਹਿੰਦੀ ਵੀ ਤੈਨੂੰ $400 ਦੇਊਗਾ ਤੈਨੂੰ ਕੀ ਮਾੜਾ ਮੈਂ ਕਿਹਾ ਵੀ ਮੈਨੂੰ $400 ਕਿਉਂ ਦੇਊਗਾ ਕਹਿੰਦੀ ਵੀ ਤੂੰ ਉਹਨੂੰ ਪਸੰਦ ਆ ਗਈ ਵੀ ਪੰਜਾਬੀ ਕੁੜੀਆਂ ਨੂੰ ਲਾਈਕ ਕਰਦੇ ਨੇ ਵੀ ਇਹਨਾਂ ਨੂੰ ਸੋਹਣੀਆਂ ਲੱਗਦੀਆਂ ਨੇ ਵਧੀਆ ਲੱਗਦੀਆਂ ਨੇਗੀਆਂ ਠੀਕ ਹੈ ਨਾ ਵੀ ਤੁਸੀਂ ਜਾਓ ਅੰਦਰ ਮੈਂ ਕਿਹਾ ਵੀ ਮੈਂ ਨਹੀਂ ਜਾਣਾ ਹੈਗਾ ਮੈਂ ਨਹੀਂ ਜਾਂਦੀ ਮੈਂ ਕਿਹਾ ਵੀ ਮੈਂ ਜਿਹੜੇ ਅੰਕਲ ਦੇ ਘਰ ਰਹਿੰਦੀ ਸੀ ਉਹਨਾਂ ਨੂੰ ਮੈਂ ਫੋਨ ਮਾਰਿਆ ਮੈਂ ਅੰਕਲ ਜੀ ਮੈਨੂੰ ਲੈ ਜਾਓ ਆ ਕੇ ਵੀ ਉਹ ਕਹਿੰਦੇ ਗੱਲ ਕੀ ਹੋ ਗਈ ਮੈਂ ਕਿਹਾ ਵੀ ਇੱਥੇ ਤਾਂ ਕੁਛ ਹੋਰ ਹੁੰਦਾ ਵੀ ਕਹਿੰਦੇ ਕੁਛ ਹੋਰ ਨੇ ਇਹਨਾਂ ਨੇ ਕਿਹਾ ਕੁਛ ਹੋਰ ਉਹ ਅੰਕਲ ਵਿਚਾਰੇ ਉਹਦੀ ਆਏ ਉਹ ਟੈਕਸੀ ਚਲਾਉਂਦੇ ਸੀਗੇ ਉਹਦੀ ਮੈਨੂੰ ਲੈ ਕੇ ਗਏ ਕੰਮ ਕੋਈ ਹੋਰ 2 ਨੰਬਰ ਦਾ ਹੁੰਦਾ ਸੀ ਉੱਥੇ 2 ਨੰਬਰ ਦਾ ਕੀ ਉੱਥੇ ਕੁੜੀਆਂ ਅੰਦਰ ਜਾਂਦੀਆਂ ਨੇਗੀਆਂ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਵੀ ਜੋ ਹੁੰਦਾ ਹੈ ਨਾ ਵੀ ਆਪਾਂ ਬੋਲ ਕੇ ਨਹੀਂ ਹੁਣ ਸੁਣਾ ਸਕਦੇ ਵੀ ਉਹਦੇ ਐਂ ਵੀ ਊਂ ਇਹਨਾਂ ਨੇ ਲਾ ਲਓ 2500 ਬਣ ਜੂਗਾ ਆਪਾਂ ਨੂੰ 2000 ਬਣ ਜੂਗਾ ਉੱਧਰ ਲਾ ਠੀਕ ਹੈ ਨਾ ਉਹਦੇ ਹਿਸਾਬ ਨਾਲ ਉਹ ਜ਼ਿਆਦਾ ਚਾਰਜ ਦੇ ਦਿੰਦੇ ਸੀ ਅੰਦਰ ਉਹ ਟਿਪ ਦੇ ਦਿੰਦੇ ਠੀਕ ਹੈ ਉੱਥੇ ਕੋਈ ਪਰਚਾ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਹੈਗਾ ਉਹ ਪੰਜਾਬੀ ਕੁੜੀਆਂ ਨਾਲ ਧੱਕਾ ਵੀ ਹੁੰਦਾ ਉੱਥੇ ਨਹੀਂ ਦੱਸਦੀਆਂ ਜਿਹੜੀਆਂ ਕੁੜੀਆਂ ਗਰੀਬ ਘਰਾਂ ਨੂੰ ਬਿਲੋਂਗ ਕਰਦੀਆਂ ਨੇ ਜਿਨ੍ਹਾਂ ਦੇ ਪਿੱਛੇ ਪੈਸੇ ਭੇਜਣ ਨੂੰ ਹੈ ਨਹੀਂ ਫੀਸਾਂ ਵੀ ਕੱਢਣੀਆਂ ਨੇ ਜਿਨ੍ਹਾਂ ਨੇ ਕੰਮ ਵੀ ਕਰਨਾ ਖਰਚਾ ਵੀ ਹੈ ਨਾ ਮੇਰੇ ਨਾਲ ਖੁਦ ਕੁੜੀਆਂ ਰਹੀਆਂ ਨੇ 5-6 ਉੱਥੇ ਜਿਹੜੀਆਂ ਇਹ ਰੋਂਦੀਆਂ ਵੀ ਰਹੀਆਂ ਨੇ ਵੀ ਦੀਦੀ ਅਸੀਂ ਬੜੀਆਂ ਮਜਬੂਰ ਆ ਉਹ ਛੋਟੀ ਛੋਟੀ ਏਜ ਦੀਆਂ ਕੁੜੀਆਂ ਉੱਥੇ
ਕਿਉਂਕਿ ਹਰ ਇੱਕ ਕੁੜੀ ਨੂੰ ਇਹ ਲੱਗਦਾ ਸੀ ਵੀ ਇਹ ਕਿਹੜਾ ਮੈਰਿਡ ਆ, ਵੀਜ਼ਾ ਇਹ ਐਵੇਂ ਵੀ ਇਹ ਵੀ ਮਤਲਬ ਕਿ ਵੀ ਸਟੱਡੀ ਵੇਸਤੀ ਆਈ ਆ ਉਰੇ ਜਾ, ਸਾਰੀਆਂ ਕੁੜੀਆਂ ਖੁੱਲ੍ਹ ਕੇ ਗੱਲ ਕਰਦੀਆਂ ਸੀ ਉੱਥੇ। ਕੀ ਦੱਸਿਆ ਉਹਨਾਂ ਨੇ ਤੁਹਾਨੂੰ? ਉਹਨਾਂ ਨੇ ਮੈਨੂੰ ਇਹੀ ਦੱਸਿਆ, ਇੱਕ ਕੁੜੀ ਮੋਗੇ ਸਾਈਡ ਦੀ ਸੀ ਮੇਰੇ ਨਾਲ ਲੱਗੀ ਹੋਈ ਸੀਗੀ, ਕਹਿੰਦੀ ਬਹੁਤ ਮਾੜੇ ਹਾਲਾਤ ਨੇ ਵੀ ਮੈਂ ਘਰੋਂ ਮਤਲਬ ਕਿ ਜਿਨ੍ਹਾਂ ਨੇ ਮੇਰੇ 'ਤੇ ਪੈਸੇ ਲਾਏ ਨੇਗੇ ਮੇਰੇ ਹਸਬੈਂਡ ਨੇ ਵੀ ਉਹ ਫੀਸਾਂ ਫੂਸਾਂ ਵੀ ਮੇਰੇ ਘਰਦਿਆਂ ਨੂੰ ਪਿੱਛੋਂ ਪਰੇਸ਼ਾਨ ਕਰਨਗੇ, ਕਹਿੰਦੀ ਹੁਣ ਮੇਰੇ ਘਰਦਿਆਂ ਨੂੰ ਵੀ ਪੈਸਾ ਚਾਹੀਦਾ, ਮੈਂ ਉਹਨਾਂ ਨੂੰ ਵੀ ਪੈਸੇ ਭੇਜਣੇ ਨੇ, ਮੇਰਾ ਹਸਬੈਂਡ ਵੀ ਮੈਨੂੰ ਫੋਨ ਕਰਦਾ ਵੀ ਪੈਸੇ, ਕਹਿੰਦੀ ਮੈਂ ਭੇਜਾਂ ਕਿੱਥੋਂ, ਉਰੇ ਤਾਂ ਮੈਨੂੰ ਕੰਮ ਹੀ ਨਹੀਂ ਮਿਲ ਰਿਹਾ। ਜਿਹੜੇ ਸੈਲੂਨ 'ਤੇ ਉਹ ਲੱਗੀ ਹੋਈ ਸੀ ਉਹ ਫਿਰ ਜਿਹੜੇ ਅੰਗਰੇਜ਼ ਲਾ ਲਓ ਕੋਈ ਆਪਣੇ ਪੰਜਾਬੀ ਮੁੰਡੇ ਲਾ ਲਓ, ਉੱਧਰ ਫਿਰ ਕੁੜੀਆਂ ਉੱਧਰ ਜਾਂਦੀਆਂ ਨੇ ਨਾਈਟ ਨੂੰ ਕਲੱਬਾਂ 'ਚ ਜਾਂਦੀਆਂ ਨੇ, ਜਿਹੜੀਆਂ ਕੁੜੀਆਂ ਉਰੇ ਆਜ਼ਾਦੀ ਨਹੀਂ ਦੇਖੀ ਹੈਗੀ, ਆਪਾਂ ਘਰੋਂ ਬਾਹਰ ਨਹੀਂ ਕੱਢੀਆਂ, ਉਹ ਕੁੜੀਆਂ ਉੱਧਰ ਆਜ਼ਾਦ ਵੀ ਹੈਗੀਆਂ ਨੇ। ਕੁਛ ਮਜਬੂਰੀ ਦੀਆਂ ਮਾਰੀਆਂ ਵੀ, ਕੁਛ ਮਜਬੂਰੀ ਦੀਆਂ ਮਾਰੀਆਂ ਲਾ ਲਓ, ਕੁਛ ਮਤਲਬ ਕਿ ਜਿਹੜੀਆਂ ਲਾ ਲਓ ਵੀ ਜਿਨ੍ਹਾਂ ਨੂੰ ਫੀਸਾਂ ਫੂਸਾਂ ਆਪਾਂ ਭਰੀ ਜਾਂਦੇ ਹਾਂ, ਕੁੜੀਆਂ ਨੂੰ ਦੇ ਜਾਂਦੇ ਹਾਂ ਖਰਚੇ, ਉਹ ਉੱਥੇ ਗੁਰਸ਼ਰਲੇ ਉਡਾਉਂਦੀਆਂ ਨੇ, ਉਹ ਘੁੰਮਦੀਆਂ ਫਿਰਦੀਆਂ ਨੇ ਐਸ਼, ਜਿਨ੍ਹਾਂ ਦੀ ਮਜਬੂਰੀ ਬਣ ਗਈ ਉਹ ਕੰਮ ਕਰਦੀਆਂ ਨੇ, ਫਿਰ ਉੱਥੇ ਕੁੜੀਆਂ ਨਸ਼ੇ ਕਰਦੀਆਂ ਨੇ, ਡਰਿੰਕ ਕਰਦੀਆਂ ਨੇ, ਕੋਈ ਨਸ਼ਾ ਨਹੀਂ ਛੱਡਦੀਆਂ। ਕੁਛ ਆਪਣੀਆਂ ਪੰਜਾਬੀ ਕੁੜੀਆਂ ਵੀ ਦੇਖੀਆਂ ਤੁਸੀਂ? ਹਾਂ, ਪੰਜਾਬੀ ਕੁੜੀਆਂ ਮੈਂ ਆਪ ਦੇਖੀਆਂ ਨੇ, ਮੇਰੇ ਨਾਲ ਰਹਿੰਦੀਆਂ ਰਹਿੰਦੀਆਂ ਉੱਥੇ। ਮੈਨੂੰ ਇਹ ਲੱਗੇ ਵੀ ਉੱਥੇ ਵੀ ਮੈਂ ਕਰਨ ਕੀ ਆਈ ਹਾਂ, ਵੀ ਲੋਕ ਇੱਥੇ ਕੁੜੀਆਂ ਨੂੰ, ਮੈਂ ਆਪਦੀ ਬੇਟੀ ਬਾਰੇ ਜਿੱਦਣ ਦੀ ਮਾਈ ਉਹਦੀ ਬੇਟੀ ਨੂੰ ਇਹ ਕਹਿੰਦੀ ਸੀ ਤੂੰ ਵਾਪਸ ਆ ਜਾ ਵੀ ਇੱਥੇ ਕੁਛ ਨਹੀਂ ਹੈਗਾ, ਕਿਉਂਕਿ ਬੱਚਾ ਨਹੀਂ ਦੱਸ ਸਕਦਾ ਹਨਾ, ਪਰ ਮੈਂ ਦੇਖ ਆਈ ਨਾ ਉੱਥੋਂ ਦੇ ਹਾਲਾਤ। ਹੁਣ ਜੇ ਕੋਈ ਬੰਦਾ ਮੇਰੇ ਨਾਲ ਫੋਨ 'ਤੇ ਗੱਲ ਕਰਦਾ ਰਿਸ਼ਤੇਦਾਰ, ਮੈਂ ਕਹਿੰਦੇ ਵੀ ਤੁਸੀਂ ਜਾਓ, ਤੁਹਾਨੂੰ ਫਿਰ ਪਤਾ ਲੱਗੂ ਵੀ ਤੂੰ ਕਿਉਂ ਵਾਪਸ ਆ ਗਈ। ਮੇਰੇ ਕੋਲ 10 ਸਾਲ ਦਾ ਵੀਜ਼ਾ ਹੈਗਾ, ਮੈਂ ਰਹਿ ਸਕਦੀ ਸੀ ਉੱਥੇ, ਆਪਾਂ ਕੈਨੇਡਾ ਨੂੰ ਉੱਡਦੇ ਹਾਂ ਪੈਸੇ ਲਾ ਕੇ, ਆਪਣਾ ਕੈਨੇਡਾ ਦਾ ਬਣਿਆ, ਕਹਿੰਦਾ ਵੀ ਤੇਰਾ ਫ੍ਰੀ 'ਚ ਬਣਿਆ, ਤੂੰ ਰਹਿੰਦੀ ਕਿਉਂ ਨਹੀਂ, ਕਿਉਂਕਿ ਮੈਂ ਉੱਥੋਂ ਦੇ ਹਾਲਾਤ ਦੇਖੇ ਨੇ, ਆਪਣੇ ਵਰਗਾ ਉੱਥੇ ਨਹੀਂ ਕਲਚਰ ਹੈਗਾ। ਅੱਛਾ, ਇਹ ਵੀ ਕਹਿੰਦੇ ਆ ਭੈਣੇ ਵੀ ਜਿਵੇਂ ਮਜਬੂਰੀਆਂ ਹੋ ਜਾਂਦੀਆਂ ਕਈਆਂ ਦੀਆਂ, ਤੁਸੀਂ ਦੱਸਦੇ ਹੋ ਵੀ ਕਈ ਜਿਹੜੇ ਇੱਥੋਂ 12-12 ਪੜ੍ਹਾ ਕੇ ਬੱਚਿਆਂ ਨੂੰ ਭੇਜ ਦਿੰਦੇ ਹਨਾ, ਬੱਚੀ ਦੀ ਮਾਨਸਿਕਤਾ ਐਡੀ ਨਹੀਂ ਹੋਈ ਹੁੰਦੀ ਹਨਾ, ਕਿਉਂ ਮੈਂ ਮਾਂ ਬਾਪ ਨੂੰ ਇਹ ਕਹਿੰਦੀ ਹਾਂ ਵੀ ਦੇਖੋ ਮੈਨੂੰ ਨਹੀਂ ਪਤਾ ਵੀ ਤੁਸੀਂ ਕਿਉਂ ਨਹੀਂ ਦੱਸਦੇ ਜਾਂ ਕਿਉਂ ਨਹੀਂ ਕਰਦੇ ਕੁਛ, ਵੀ ਜਾਂ ਬੱਚੇ ਨਹੀਂ ਆਉਣਾ ਚਾਹੁੰਦੇ ਜਾਂ ਬੱਚੇ ਮਜਬੂਰ ਹੋ ਜਾਂਦੇ ਨੇ, ਵੀ ਮੈਨੂੰ ਤਾਂ ਇਹ ਲੱਗਦਾ ਵੀ ਬੱਚੇ ਤੋਰਨੇ ਨਹੀਂ ਚਾਹੀਦੇ ਬਾਹਰ, ਜਿੱਥੇ ਤੱਕ ਮੈਂ ਉੱਥੋਂ ਦੇ ਹਾਲਾਤ ਦੇਖੇ ਨੇ ਆਪਦੀਆਂ ਅੱਖਾਂ ਨਾਲ, ਵੀ ਉੱਥੇ ਬੱਚੇ ਜਾਣੇ ਨਹੀਂ ਚਾਹੀਦੇ, ਜੇ ਇੰਡੀਆ 'ਚ ਆਪਣੇ ਸਾਰਾ ਕੁਛ ਹੋ ਜਾਏ ਬੱਚੇ ਉੱਧਰ ਕਰਨ ਕੀ ਜਾਣ। 12 ਪੜ੍ਹ ਕੇ ਕੁਛ ਬੱਚੇ ਵੀ ਦੇਖੇ ਤੁਸੀਂ ਛੋਟੀ ਉਮਰ ਦੇ ਉੱਥੇ? ਛੋਟੀ ਉਮਰ ਦੇ ਹੀ ਬੱਚੇ ਖਰਾਬ ਹੁੰਦੇ ਨੇ ਉੱਧਰ, ਛੋਟੀ ਉਮਰ ਦੀਆਂ ਕੁੜੀਆਂ ਹੀ ਇਸ ਲਾਈਨ 'ਚ ਪੈਂਦੀਆਂ ਨੇ ਜਿਹੜੀਆਂ 12ਵੀਂ ਕਰਕੇ ਗਈਆਂ ਨੇ, ਜਿਹੜੀਆਂ ਮਾੜੀਆਂ ਮੋਟੀਆਂ ਪੜ੍ਹੀਆਂ ਲਿਖੀਆਂ ਨੂੰ ਤਾਂ ਵਧੀਆ ਜੋਬ ਮਿਲਦੀ ਹੈ ਉੱਧਰ। ਜੇ ਤੁਸੀਂ ਸੋਚਦੇ ਹੋਵੋਗੇ ਵੀ ਆਪਣੇ ਇੰਡੀਆ ਵਾਲਾ ਮਾਹੌਲ ਹੈ ਵੀ ਜਾਂ ਇਹ ਕਰ ਲਾਂਗੇ ਆਪਾਂ ਕਿਸੇ ਨੂੰ ਰੋਕ ਲਾਂਗੇ, ਉੱਧਰ ਜਾ ਕੇ ਤਾਂ ਹੋਰ ਵੀ ਬੱਚਾ ਖਰਾਬ ਹੋ ਜਾਂਦਾ। ਮੇਰੀ ਖੁਦ ਦੀ ਬੇਟੀ ਰਹੀ ਆ, ਖੁਦ ਦੀ ਵੀ ਸਾਡੇ ਤੋਂ ਮਤਲਬ ਕੋਈ ਲੈ ਲਓ ਵੀ ਕਿੰਨੀ ਕੁ ਗੱਲ ਕਰਦੀ ਸਾਡੇ ਨਾਲ, ਕਿੰਨਾ ਕੁ ਪੁੱਛਦੀ ਸੀ ਸਾਨੂੰ ਦੁੱਖਦਾ ਸੁੱਖਦਾ, ਗੱਲ ਕਰਦੀ ਨਹੀਂ ਸੀ ਤੁਹਾਡੇ ਨਾਲ? ਨਹੀਂ ਨਹੀਂ, ਇੰਨਾ ਨਹੀਂ ਸੀ ਕਰਦੀ ਗੱਲ, ਇਹ ਕਹਿੰਦੀ ਸੀ ਮੈਂ ਬਿਜ਼ੀ ਹਾਂ ਮੰਮੀ, ਮੈਂ ਕੰਮ 'ਤੇ ਹਾਂ, ਮੈਂ ਬਿਜ਼ੀ ਹਾਂ, ਮੈਂ ਕੰਮ 'ਤੇ ਹਾਂ, ਮੈਂ ਬਿਜ਼ੀ ਹਾਂ, ਮੈਂ ਕੰਮ 'ਤੇ ਹਾਂ। ਜਦੋਂ ਮੈਂ ਇੱਕ ਦੋ ਵਾਰੀ ਵੀਡੀਓ ਕਾਲ ਵੀ ਕਰੀ, ਜਾਂ ਇਹ ਬਰਤਨ ਮਾਂਜਦੀ ਹੁੰਦੀ ਸੀ, ਜਾਂ ਇਹ ਪੀਜ਼ਾ ਬਣਾਉਂਦੀ ਹੁੰਦੀ ਸੀ, ਜਾਂ ਇੱਕ ਦੋ ਵਾਰੀ ਮੈਂ ਕੂੜਾ ਚੱਕਦੀ ਦੇਖੀ ਆ ਉੱਥੇ, ਕਿਉਂਕਿ ਮੇਰਾ ਮਨ ਖਰਾਬ ਹੁੰਦਾ ਸੀ ਵੀ ਇੱਥੇ ਤਾਂ ਕਦੇ ਮੈਂ ਸੁੱਤੀ ਪਈ ਨਹੀਂ ਠਾਈ। ਇਹ ਹੁਣ ਕਈ ਬੱਚੇ ਮਾਂ ਬਾਪ ਨੂੰ ਨਹੀਂ ਦੱਸਦੇ, ਉਹ ਇਕੱਲੀਆਂ ਫੋਟੋਆਂ 'ਤੇ ਹੀ ਦੇਖੀ ਜਾਂਦੇ, ਸਾਡੇ ਬੱਚੇ ਖੁਸ਼ ਨੇ ਉੱਥੇ, ਬਰਫ਼ ਪੈਂਦੀ ਹੈ, ਬਰਫ਼ 'ਚ ਘੁੰਮਦੇ ਨੇ, ਬਸ ਠੀਕ ਹੈ। ਉਹ ਇਹ ਨਹੀਂ ਨਾ ਦੇਖਦੇ ਬੱਚੇ ਦੇ ਅੰਦਰ ਕੀ ਹੈ, ਉਹਨੂੰ ਅਸੀਂ ਪੁੱਛੀਏ ਜਾਂ ਉਹਨੂੰ ਅਸੀਂ ਕਹੀਏ ਵੀ ਜਾਂ ਅਸੀਂ ਕੀ ਕਰਾਉਣਾ, ਇਹੋ ਜਿਹੇ ਪੈਸੇ ਤੋਂ, ਇਹੋ ਜਿਹੀ ਕਮਾਈ ਤੋਂ ਕੀ ਕਰਾਉਣਾ, ਵੀ ਆਪਣਾ ਬੱਚਾ ਆਪਣੇ ਕੋਲੇ ਹੋਣਾ ਚਾਹੀਦਾ। ਅੱਛਾ, ਜਦੋਂ ਤੁਸੀਂ ਦੱਸਦੇ ਹੋ ਵੀ ਤੁਸੀਂ ਉੱਥੇ ਕੁੜੀਆਂ ਨਾਲ ਰਹੇ, ਜਦੋਂ ਆਪਣੀ ਬੇਟੀ ਕੋਲੇ ਜਾਂਦੇ ਹੋ ਤੁਸੀਂ ਹਨਾ, ਅਤੇ ਫਿਰ ਤੁਹਾਨੂੰ ਉਦੋਂ ਤੁਸੀਂ ਤਜਰਬਾ ਬੰਦਾ ਜਾਂ ਗੱਲ ਉਹਦੀ ਸਾਂਝੀ ਕਰ ਸਕਦਾ ਜੇ ਉਹਨੇ ਆਪ ਇਹ ਚੀਜ਼ਾਂ ਦੇਖੀਆਂ ਹੋਣ ਹਨਾ, ਤੁਸੀਂ ਉੱਥੇ ਗਏ, ਤੁਹਾਨੂੰ ਇਹੋ ਜਿਹਾ ਮਾਹੌਲ ਮਿਲਿਆ ਜਿਹਨੂੰ ਦੇਖ ਕੇ ਤੁਸੀਂ ਹੈਰਾਨ ਹੋ ਗਏ ਹੋ ਅਤੇ ਬੱਚੀਆਂ ਤੁਹਾਡੇ ਨਾਲ ਗੱਲ ਕਰਦੀਆਂ ਹੋਣ, ਕੁੜੀਆਂ ਗੱਲ ਕਰਦੀਆਂ? ਮੈਂ ਮਤਲਬ ਕਿ ਇੱਕ ਮੇਰੀ ਫਰੈਂਡ ਸੀਗੀ ਜਿਹੜੀ ਨਾਲ ਉੱਥੇ ਰਹਿੰਦੀ ਸੀਗੀ, ਅਤੇ ਮੈਂ ਉਹਨੂੰ ਪੁੱਛਿਆ, ਉਹ ਕਹਿੰਦੀ ਵੀ ਤੂੰ ਕਿਵੇਂ ਆ ਗਈ, ਵੀ ਵੈਸੇ ਤਾਂ ਤੂੰ ਇੰਡੀਆ 'ਚ ਚਲੀ ਜਾ ਵੀ ਠੀਕ ਰਹੂਗਾ। ਮੈਂ ਕਿਹਾ ਵੀ ਕਿਉਂ? ਕਹਿੰਦੀ ਵੀ ਨਹੀਂ ਉਰੇ ਮਾਹੌਲ ਠੀਕ ਨਹੀਂ ਹੈਗਾ। ਮੈਂ ਕੀ ਹੋ ਗਿਆ? ਕਹਿੰਦੀ ਵੀ ਉਰੇ ਜੇ ਮੈਂ ਤੁਹਾਨੂੰ ਦੱਸਣ ਲੱਗ ਗਿਆ, ਕਹਿੰਦੀ ਬਹੁਤ ਕੁਛ ਆ,
ਠੀਕ ਹੈ ਵੀ ਮੇਰੀ ਮਜ਼ਬੂਰੀ ਦਾ ਨਜਾਇਜ਼ ਫਾਇਦਾ ਵੀ ਚੱਕਿਆ ਗਿਆ ਵੀ ਜਿੱਥੇ ਜਿਹੜੇ ਓਨਰ ਦੇ ਥੱਲੇ ਮੈਂ ਕੰਮ ਕਰਦੀ ਹਾਂ ਵੀ ਧੱਕਾ ਵੀ ਹੁੰਦਾ ਜ਼ਬਰਦਸਤੀ ਵੀ ਹੁੰਦੀ ਵੀ ਹੋਰ ਕਿਤੇ ਮੈਨੂੰ ਕੰਮ ਵੀ ਨਹੀਂ ਮਿਲਦਾ ਹੈ ਨਾ ਵੀ ਉੱਥੇ ਕੁੜੀਆਂ ਜਾ ਕੇ ਮਜਬੂਰ ਹੋ ਜਾਂਦੀਆਂ ਨੇ ਉਹ ਕਹਿੰਦੀ ਨਾ ਹੁਣ ਮੈਂ ਵਾਪਸ ਜਾ ਸਕਦੀ ਹਾਂ ਵੀ ਨਾ ਹੀ ਮੈਂ ਉਰੇ ਰਹਿ ਸਕਦੀ ਹਾਂ ਮੈਂਟਲੀ ਤੌਰ 'ਤੇ ਐਪਸੈਟ ਹੋ ਜਾਂਦੀਆਂ ਨੇ ਕੁੜੀਆਂ ਨਸ਼ੇ ਪੱਤਿਆਂ 'ਚ ਪੈ ਜਾਂਦੇ ਨੇ ਇਹ ਕਹਿੰਦੇ ਨੇ ਵੀ ਕੁੜੀਆਂ ਨੇ ਐਂ ਕਰ ਲਿਆ ਕਈ ਵਾਰੀ ਤਾਂ ਕੁੜੀ ਮੇਰੇ ਕੋਲ ਰੋਈ ਵੀ ਆ ਵੀ ਮੇਰਾ ਐਂ ਜੀ ਕਰਦਾ ਵੀ ਮੈਂ ਮਰ ਜਾਂ ਕਿਉਂ ਵੀ ਮੈਂ ਕੁਛ ਕਰ ਲਾਂ ਵੀ ਮਤਲਬ ਕਿ ਵੀ ਜਿੱਥੇ ਲਾ ਲਓ ਵੀ ਹੁਣ ਆਪਾਂ ਇੱਥੇ ਰਹਿਣਾ ਇੰਡੀਆ 'ਚ ਰਹਿਣਾ ਹੈ ਨਾ ਆਪਦੀ ਮਰਜ਼ੀ ਨਾਲ ਆਪਾਂ ਖਾਣਾ ਪੀਣਾ ਰਹਿਣਾ ਸਹਿਣਾ ਜਿਹਦੇ ਨਾਲ ਜਿੱਤ ਮੰਨ ਆਪਾਂ ਗੱਲ ਕਰਨੀ ਹੈ ਨਾ ਵੀ ਆਪਾਂ ਨੂੰ ਇੱਥੇ ਬਹੁਤ ਸਹੂਲਤਾਂ ਨੇਗੀਆਂ ਉੱਥੇ ਉਹ ਚੀਜ਼ਾਂ ਨਹੀਂ ਹੈਗੀਆਂ ਅੱਛਾ ਬੱਚੇ ਤੁਸੀਂ ਉਸ ਡਿਪਰੈਸ਼ਨ 'ਚ ਵੀ ਦੇਖੇ ਇਹਦੇ ਨਾਲ ਦੀਆਂ ਕੁੜੀਆਂ ਹੋਣਗੀਆਂ ਹਾਂ ਡਿਪਰੈਸ਼ਨ 'ਚ ਬਹੁਤ ਕੁੜੀਆਂ ਨਸ਼ੇ ਕਰਦੀਆਂ ਨੇ ਰੋਂਦੀਆਂ ਨੇ ਚੀਕਾਂ ਮਾਰਦੀਆਂ ਨੇ ਮਤਲਬ ਕਿ ਵੀ ਮੈਂ ਜਿੱਥੇ ਰਹਿੰਦੀ ਸੀ ਪੀ ਜੀ 'ਚ ਉਹ ਕੁੜੀ ਰਾਤ ਨੂੰ ਆ ਕੇ ਕੰਧਾਂ 'ਚ ਟੱਕਰਾਂ ਮਾਰਦੀ ਸੀ ਰੋਂਦੀ ਸੀ ਠੀਕ ਹੈ ਇੱਕ ਕੁੜੀ ਮੈਂ ਕਹਿੰਦੀ ਹਾਂ ਵੀ ਸਾਰੀਆਂ ਕੁੜੀਆਂ ਦੀ ਗੱਲ ਨਹੀਂ ਕਰਦੀ ਪਰ ਜੋ ਕੁੜੀਆਂ ਮੈਂ ਦੇਖੀਆਂ ਨੇ ਵੀ ਉੱਥੇ ਕੁੜੀਆਂ ਸਹੀ ਨਹੀਂ ਹੈਗੀਆਂ ਸੇਫ ਨਹੀਂ ਹੈਗੀਆਂ ਵੀ ਮੈਂ ਤਾਂ ਮਾਂ ਬਾਪ ਨੂੰ ਇਹੀ ਕਹਿਣੀ ਆ ਵੀ ਉੱਥੇ ਨਾ ਤੋਰੋ ਜਦੋਂ ਤੁਸੀਂ ਇੰਨਾ ਕੁਛ ਸਾਰਾ ਕੁਛ ਦੇਖ ਲਿਆ ਤੁਹਾਡੀ ਧੀ ਵੀ ਕੈਨੇਡਾ 'ਚ ਸੀ ਤੁਸੀਂ ਇਹਦੇ ਕੋਲੇ ਸੀ ਤੁਸੀਂ ਇਹਨੂੰ ਨਹੀਂ ਆਖਿਆ ਵੀ ਤੂੰ ਚੱਕ ਆਪਦਾ ਝੋਲਾ ਆਪਾਂ ਚੱਲੀਏ ਮੈਂ ਕਿਹਾ ਸੀ ਇਹਨੂੰ ਵੀ ਇੰਡੀਆ ਵਾਪਸ ਆ ਜਾ ਮੈਨੂੰ ਬਾਅਦ 'ਚ ਵੀ ਆਉਂਦੀ ਵੀ ਮੈਂ ਇਹਨੂੰ ਕਹਿੰਦੀ ਰਹੀ ਵੀ ਤੂੰ ਆ ਜਾ ਜਾ ਕਹਿੰਦੀ ਮੰਮੀ ਮੇਰੀਆਂ ਹਜੇ ਵੀ ਮੈਂ ਗੱਡੀ ਲੈ ਲਈ ਉਹਦੀਆਂ ਕਿਸ਼ਤਾਂ ਨਹੀਂ ਮੁੜਨੀਆਂ ਹੈਗੀਆਂ ਵੀ ਸਾਰਾ ਖਰਚਾ ਮੇਰੇ ਗਲ ਪੈ ਜੂ ਵੀ ਆਪਣੇ ਪਹਿਲੀ ਕਰਜ਼ਾ ਬਹੁਤ ਚੱਕਿਆ ਹੋਇਆ ਪਹਿਲਾਂ ਹੀ ਨਹੀਂ ਇਹਨੇ ਪਿੱਛੇ ਕੁਛ ਤੋਰਿਆ ਸੀਗਾ ਜੇ ਹੁਣ ਵਾਪਸ ਆਉਂਦੀ ਸੀ ਇਹ ਉਹਦੀ ਤਾਂ ਇਹਦੇ ਗੱਡੀਆਂ ਗੁੱਡੀਆਂ ਜਿਹੜੇ ਨੇ ਮੋਬਾਈਲ ਮੂਲ ਲਏ ਅਤੇ ਸਾਰਾ ਖਰਚਾ ਇਹਦੇ ਗਲ ਪੈ ਜਾਣਾ ਸੀਗਾ ਮੈਨੂੰ ਹੁਣ ਮੈਂ ਇਹਨੂੰ ਤਾਂ ਹੀ ਕਿਹਾ ਇਹ ਮੇਰੇ ਕੋਲ ਰੋਂਦੀ ਰਹੀ ਉਦੋਂ ਆਉਣ ਤੋਂ ਬਾਅਦ ਡਰਦੀ ਰਹੀ ਪਹਿਲਾਂ ਤਾਂ ਇਹ ਮੈਨੂੰ ਜਦੋਂ ਮੈਂ ਆ ਗਈ ਉੱਥੋਂ ਬਾਅਦ 'ਚ ਇਹਨੂੰ ਵੀ ਪਛਤਾਵਾ ਵੀ ਮੰਮੀ ਦੇ ਨਾਲ ਹੀ ਚਲੀ ਜਾਂਦੀ ਮੈਂ ਠੀਕ ਹੈ ਨਾ ਇਹ ਮੈਨੂੰ ਉਹਦੀ ਦੱਸਦੀ ਮੰਮੀ ਆਹ ਗੱਲ ਐਂ ਮੈਂ ਜਾਂਦੀ ਉਹਨੇ ਬਾਹਰ ਇਹਨੂੰ ਉਰੇ ਬੁਲਾ ਲੈਂਦੀ ਮੈਂ ਜੇ ਮੈਂ ਜਾਂਦੀ ਨਾ ਤਾਂ ਮੈਨੂੰ ਪਤਾ ਨਹੀਂ ਸੀ ਲੱਗਣਾ ਵੀ ਉੱਥੇ ਹੁੰਦਾ ਕੀ ਆ ਤੁਹਾਨੂੰ ਡਰ ਨਹੀਂ ਲੱਗਿਆ ਵੀ ਹੁਣ ਮੈਂ ਵਾਪਸ ਆ ਗਈ ਮੇਰੀ ਇਕੱਲੀ ਕੁੜੀ ਮੈਂ ਇਹਨੂੰ ਬੁਲਾਇਆ ਮੈਨੂੰ ਕਹਿੰਦੀ ਰਹੀ ਹਾਂ ਵੀ ਤੂੰ ਕੋਈ ਇਹ ਕਹਿੰਦੀ ਮੈਨੂੰ ਡੈਡੀ ਬੋਲੂਗਾ ਵੀ ਮੰਮੀ ਜੇ ਮੈਂ ਵਾਪਸ ਆ ਗਈ ਮੈਂ ਕਿਹਾ ਤੂੰ ਡੈਡੀ ਨਾਲ ਨਾ ਗੱਲ ਕਰ ਕੋਈ ਤੂੰ ਜਿਵੇਂ ਵੀ ਆ ਇਹਨੂੰ ਇਨਫੈਕਸ਼ਨ ਹੋ ਗਈ ਉੱਥੋਂ ਮੈਡੀਸਨ ਨਹੀਂ ਮਿਲੀ ਹੈਗੀ ਹੈ ਨਾ ਠੀਕ ਹੈ ਤਿੰਨ ਚਾਰ ਮਹੀਨੇ ਵਿਚਾਰੀ ਖਫਾ ਖੂਨ ਹੁੰਦੀ ਰਹੀ ਕਦੇ ਕਿਸੇ ਡਾਕਟਰ ਕੋਲੇ ਕਦੇ ਕਿਸੇ ਡਾਕਟਰ ਕੋਲੇ ਇਹ ਨਹੀਂ ਠੀਕ ਹੋਈ ਇਹਨੂੰ ਮੈਂ ਬਹਾਨੇ ਨਾਲ ਉਰੇ ਬੁਲਾ ਲਿਆ ਮੈਂ ਤੈਨੂੰ ਕਹਿੰਦੀ ਹਾਂ ਵੀ ਜਿਹੜਾ ਹੈਗਾ ਆਪਦਾ ਨਿਮੇੜ ਕੇ ਆ ਜਾ ਵੀ ਉੱਥੇ ਜਾਣਾ ਨਹੀਂ ਵਾਪਸ ਦੋ ਵਕਤ ਦੀ ਰੋਟੀ ਖਾਣੀ ਆਪਾਂ ਨੂੰ ਮਿਲਦੀ ਆ ਬਸ ਠੀਕ ਹੈ ਤੁਸੀਂ ਫਿਰ ਭੇਜੀ ਕਿਉਂ ਜੀ ਤੁਹਾਨੂੰ ਇੰਨਾ ਭੇਜੀ ਤਾਂ ਗਲਤ ਫਹਿਮੀ 'ਚ ਭੇਜੀ ਨਾ ਲੋਕਾਂ ਦੇ ਮਗਰ ਲੱਗ ਲੱਗ ਕੇ ਵੀ ਉੱਥੇ ਬੜਾ ਕੁਛ ਇਹਦਾ ਫਿਊਚਰ ਬਣ ਜੂਗਾ ਜੀ ਇਹ ਕਰ ਲੂਗੀ ਉਹ ਕਰ ਲੂ ਪਤਾ ਹੀ ਨਹੀਂ ਸੀ ਵੀ ਉੱਥੇ ਇਹੋ ਜਿਹਾ ਕੁਛ ਹੁੰਦਾ ਗਾ ਜੇ ਪਤਾ ਹੁੰਦਾ ਤਾਂ ਆਪਾਂ ਇੰਨਾ ਪੈਸਾ ਖਰਾਬ ਕਰਕੇ ਉਰੀ ਨਾ ਕੁਛ ਖੋਲ ਲੈਂਦੇ ਜਿਹੜਾ ਪੈਸਾ ਇੱਥੇ ਖਰਾਬ ਕਰਿਆ ਉਰੀ ਕੋਈ ਬਿਜ਼ਨਸ ਖੋਲ ਲੈਂਦੇ ਹੁਣ ਤੱਕ ਇਹਨੇ ਕਿੰਨੇ ਕੁ ਰੁਪਏ ਭੇਜਦੇ ਤੁਹਾਨੂੰ ਇੱਕ ਵੀ ਰੁਪਿਆ ਨਹੀਂ ਭੇਜਿਆ ਜੀ ਇਹਨੇ ਕਿੰਨੇ ਸਾਲ ਹੋ ਗਏ ਗਈ ਇਹਨੂੰ 2.5 ਸਾਲ ਤੋਂ ਉੱਪਰ ਹੋ ਗਿਆ 2.5 ਸਾਲਾਂ 'ਚ ਇੱਕ ਵੀ ਰੁਪਿਆ ਤੁਹਾਡੇ ਕੋਲ ਇੱਕ ਵੀ ਰੁਪਿਆ ਨਹੀਂ ਮੇਰੇ ਕੋਲ ਆਇਆ ਲਾ ਕੇ 23-24 ਲੱਖ ਭੇਜੀ 23-24 ਲੱਖ ਰੁਪਿਆ ਲਾ ਕੇ ਭੇਜੀ ਬਾਅਦ 'ਚ ਵੀ ਇਹਨੂੰ ਪੈਸੇ ਮੈਂ ਹੀ ਪਾਏ ਨੇ ਅੱਛਾ ਬਾਅਦ 'ਚ 2-3 ਵਾਰੀ ਪੈਸੇ ਇਹਨੂੰ ਮੈਂ ਹੀ ਪਾਏ ਨੇ ਮੇਰੀ ਸਿਸਟਰ ਨੇ ਪਾਏ ਨੇ ਬੜੀ ਨੇ ਉਹ ਵੀ ਕੈਨੇਡਾ ਜਾ ਕੇ ਆਈ ਹੈ ਉਹ ਵੀ ਨਹੀਂ ਰਹੀ ਹੈਗੀ ਉਹ ਵੀ ਥੋੜ੍ਹਾ ਹੀ ਟਾਈਮ ਰਹੀ ਹੈ ਉੱਥੇ ਤੁਸੀਂ ਦੱਸ ਦਿਓ ਵੀ ਜਦੋਂ ਤੁਸੀਂ ਇੰਨਾ ਕੁਛ ਉਹ ਹਾਲਾਤ ਦੇਖ ਲਏ ਤੁਸੀਂ ਆਪਣੀ ਧੀ ਤੋਂ ਚੋਰੀ ਟਿਕਟ ਕਰਾ ਲਈ ਤੁਸੀਂ ਆਪ ਵਾਪਸ ਇੰਡੀਆ ਆ ਗਏ ਵੀਜ਼ਾ ਤੁਹਾਡਾ 10 ਸਾਲ ਦਾ ਸੀ ਹਾਂਜੀ ਕੀ ਗੱਲਬਾਤ ਸੀ ਉਹ ਸਾਰੀ ਗੱਲਬਾਤ ਇਹ ਹੈ ਵੀ ਹੁਣ ਇਹਦੀ ਮਜਬੂਰੀ ਸੀ ਇਹਦੀ ਸਟੱਡੀ ਮਤਲਬ ਕਿ ਹਜੇ ਕੰਪਲੀਟ ਹੋਈ ਸੀ ਹੈ ਨਾ ਫਿਰ ਮੈਨੂੰ ਇਹ ਸੀ ਵੀ ਹੁਣ ਗਈ ਵੀ ਪੈਸੇ ਲਾ ਕੇ ਵੀ ਚੱਲ ਇਹ ਪੀ ਆਰ ਲੈ ਲੂਗੀ ਫਿਰ ਮੈਨੂੰ ਉਹਨਾਂ ਨੇ ਸਮਝਾਇਆ ਜਿਨ੍ਹਾਂ ਦੇ ਘਰ ਰਹਿੰਦੀ ਸੀ ਵੀ ਇੱਥੇ ਪੀ ਆਰ 'ਚ ਹੀ ਸਾਰੀ ਜ਼ਿੰਦਗੀ ਲੰਘ ਜੂਗੀ ਵੀ ਜਿਹੜਾ ਪੈਸਾ ਇਹ ਕਮਾਇਆ ਕਰੂਗੀ ਵੀ ਨਾ ਤਾਂ ਖਾ ਸਕਦੀ ਆ ਨਾ ਪਹਿਨ ਸਕਦੇ ਹੋ ਪੀ ਆਰ ਦੇ ਚੱਕਰਾਂ 'ਚ ਵੀ ਇਹੀ ਤਾਂ ਪੈਸਾ ਬਣਾਉਂਦੀ ਇਹ ਇੱਧਰਲੀ ਸਰਕਾਰ ਆ ਵੀ ਇਹੀ ਤਾਂ ਪੈਸਾ ਇਹਨਾਂ ਨੂੰ ਆਪਣੇ ਪੰਜਾਬੀਆਂ ਤੋਂ ਹੀ ਤਾਂ ਇਹ ਅਮੀਰ ਹੋਏ ਨੇ ਉਹਨਾਂ ਕੋਲ ਤਾਂ ਕੁਛ ਵੀ ਨਹੀਂ ਹੈਗਾ ਉੱਥੇ ਵੀ ਜੇ ਆਪਾਂ ਪੀ ਆਰ ਨਹੀਂ ਲਵਾਂਗੇ ਉਹਨਾਂ ਨੂੰ ਪੈਸੇ ਨਹੀਂ ਬਣਨਗੇ ਪਹਿਲਾਂ ਤਾਂ ਉਹਨੇ ਫੀਸਾਂ ਭਰੀਆਂ ਉਹ ਵੀ ਪੈਸੇ ਉਹਨਾਂ ਨੂੰ ਬਣਨੇ ਨੇ ਠੀਕ ਹੈ ਕੰਮ ਕਰਦੀਆਂ ਨੇ ਉਹ ਵੀ ਪੈਸੇ ਉਹਨਾਂ ਨੂੰ ਬਣਦੇ ਆਪਾਂ ਟੈਕਸ ਪੇ ਕਰਦੇ ਹਾਂ ਤਾਂ ਵੀ ਪੈਸੇ ਉਹਨਾਂ ਨੂੰ ਬਣਦੇ ਨੇ ਜੇ ਇਹ ਪੀ ਆਰ ਲੈਂਦੇ ਤਾਂ ਵੀ ਪੈਸੇ ਉਹਨਾਂ ਨੂੰ ਬਣਦੇ ਨੇ ਆਪਣੇ ਇੰਡੀਆ 'ਚ ਆ ਕੇ ਤਾਂ ਫ੍ਰੀ ਰਹਿੰਦੇ ਨੇ ਠੀਕ ਹੈ ਨਾ ਆਪਾਂ ਤਾਂ ਕੋਈ ਟੈਕਸ ਨਹੀਂ ਲਾਉਂਦੇ ਕੋਈ ਵੀਜ਼ਾ ਨਹੀਂ ਲੱਗਦਾ ਉਹਨਾਂ ਦਾ ਆਪਾਂ ਉੱਧਰ ਜਾਣਾ ਆਪਾਂ ਨੂੰ ਬਹੁਤ ਕੁਛ ਕਰਨਾ ਪੈਂਦਾ ਮੈਂ ਉੱਥੇ ਮਾਹੌਲ ਦੇਖਿਆ
ਬਹੁਤ ਖਤਰਨਾਕ ਸੀਗਾ, ਮੈਨੂੰ ਇਹ ਚੀਜ਼ਾਂ ਨਹੀਂ ਉਹ ਕਰੀਆਂ ਹੈਗੀਆਂ। ਮੈਂ ਆਪਦੀ ਬੇਟੀ ਤੋਂ ਚੋਰੀ ਟਿਕਟ ਕਰਵਾ ਲਈ, ਰਾਤ ਨੂੰ ਮੈਂ ਟਿਕਟ ਕਰਵਾਈ, ਸ਼ਾਮ ਦੀ ਮੇਰੀ ਫਲਾਈਟ ਸੀਗੀ, ਠੀਕ ਹੈ। ਮੈਂ 28 ਤਰੀਕ ਨੂੰ ਅੰਮ੍ਰਿਤਸਰ ਵਾਲੀ ਫਲਾਈਟ ਲੈ ਕੇ ਇੱਥੇ ਆ ਗਈ। ਇਹਨੂੰ ਇੱਥੇ ਆ ਕੇ ਮੈਂ ਸਾਰੀ ਗੱਲਬਾਤ ਦੱਸੀ ਵੀ ਪਵਿੱਤਰ ਇੱਥੇ ਕੁਛ ਨਹੀਂ ਹੈਗਾ, ਵੀ ਤੂੰ ਵਾਪਸ ਆ ਜਾ। ਇਹ ਮੈਨੂੰ ਬੋਲੀ ਵੀ ਮੰਮੀ ਤੂੰ ਵਾਪਸ ਕਿਉਂ ਆ ਗਈ, ਵੀ ਹੁਣ ਤੂੰ 6 ਮਹੀਨੇ ਰਹਿੰਦੀ। ਮੈਂ ਕਿਹਾ ਵੀ ਨਾ, ਵੀ ਇੱਥੇ ਕੁਛ ਨਹੀਂ ਹੈਗਾ, ਵੀ ਤੂੰ ਵੀ ਵਾਪਸ ਆ ਜਾ, ਇੱਥੇ ਕੁਛ ਨਹੀਂ ਹੈਗਾ। ਵੀਜ਼ਾ ਬੇਟੇ ਦਾ ਵੀ 10 ਸਾਲ ਦਾ ਵੀਜ਼ਾ ਲੱਗਿਆ ਹੋਇਆ ਜੀ ਮੇਰਾ। ਤੁਹਾਡਾ 10 ਸਾਲ ਦਾ ਵੀਜ਼ਾ ਲੱਗਿਆ ਹੋਇਆ? ਹਾਂਜੀ। ਆਏ ਕਿੰਨਵੇਂ ਦਿਨ ਵਾਪਸ? ਮੈਂ 22ਵੇਂ ਦਿਨ ਵਾਪਸ ਆ ਗਈ ਸੀ। 22ਵੇਂ ਦਿਨ ਵਾਪਸ ਆ ਗਏ? ਜੇ ਮੇਰਾ ਬੱਸ ਚੱਲਦਾ ਮੈਂ ਦੂਸਰੇ ਦਿਨ ਹੀ ਵਾਪਸ ਆ ਜਾਂਦੀ, ਕਿਉਂਕਿ ਉਹ ਕਹਿੰਦੇ ਨੇ ਆਪਣੇ ਪੰਜਾਬੀ ਕਹਿੰਦੇ ਨੇ ਵੀ ਪਿੰਡ ਤਾਂ ਗਹਾਰਿਆਂ ਤੋਂ ਪਛਾਣਿਆ ਜਾਂਦਾ, ਠੀਕ ਹੈ। ਆਪਣੇ ਇੰਡੀਆ ਵਰਗੀ, ਆਪਣੇ ਪੰਜਾਬ ਵਰਗੀ ਕਿਤੇ ਮੌਜ ਨਹੀਂ ਹੈਗੀ, ਕਿਤੇ ਕੋਈ ਦੋ ਗੱਲਾਂ ਨਹੀਂ ਕਰ ਸਕਦਾ ਬਹਿ ਕੇ, ਕਿਤੇ ਕੋਈ ਖਾ ਨਹੀਂ ਸਕਦਾ, ਕੋਈ ਦੁੱਖ ਸੁੱਖ ਨਹੀਂ ਕਰ ਸਕਦਾ, ਉੱਥੇ ਕੁਛ ਵੀ ਨਹੀਂ ਹੈਗਾ ਇਹਦਾ। ਤੁਸੀਂ ਆਪਣੀ ਧੀ ਨੂੰ ਵੀ ਦੇਖਿਆ ਉੱਥੇ ਜਿਵੇਂ ਕਹਿੰਦੇ ਆ ਵੀ? ਮੈਂ ਇਹਨੂੰ ਖੁਦ ਦੇਖਿਆ ਵੀ ਇਹ ਮੇਰੇ ਸਾਹਮਣੇ ਨਹੀਂ ਸੀ, 3 ਦਿਨ ਇਹ ਘਰੇ ਨਹੀਂ ਆਈ। ਮੈਂ ਖੁਦ ਦੇ ਹਾਲਾਤ ਦੇਖੇ ਨੇ ਵੀ ਰੋਟੀ ਵੀ ਨਹੀਂ ਖਾਂਦੀ ਸੀ ਆ ਕੇ ਮੇਰੇ ਨਾਲ। 1 ਦਿਨ ਆਈ, ਇਹ ਬੁਝਕ ਦਿਨ ਆ ਕੇ ਸੌਂ ਗਈ, ਸਵੇਰੇ ਫਿਰ ਚਲੀ ਗਈ, ਹੈ ਨਾ, ਵੀ ਮੰਮੀ ਮੇਰੀਆਂ ਸ਼ਿਫਟਾਂ ਸਿਫਟਾਂ। ਇਹਨੂੰ ਮੈਂ ਰੋਂਦੀ ਨੂੰ ਵੀ ਦੇਖਿਆ, ਇਹ ਨਹੀਂ ਹੈਗਾ ਵੀ ਮੇਰੇ ਕੋਲ ਝੂਠ ਬੋਲਦੀ ਆ ਵੀ ਉੱਥੇ ਮੈਨੂੰ ਇਹਦੇ ਹਾਲਾਤ ਨਹੀਂ ਸੀ ਪਤਾ। ਇਹਦੇ ਕੋਲੋਂ ਮੈਂ 5-6 ਦਿਨ ਲਾਏ ਤਾਂ ਹੀ ਮੈਂ ਚਲੀ ਗਈ ਸੀ, ਕਿਉਂਕਿ ਮੈਨੂੰ ਪਤਾ ਸੀ ਵੀ ਇਹਦੇ ਕੋਲ ਕੁਛ ਹੈ ਨਹੀਂ ਗਾ ਮੈਨੂੰ ਦੇਣ ਨੂੰ। ਵੀ ਫਿਰ ਵੀ ਬੱਚੇ ਨੂੰ ਐਂ ਹੁੰਦਾ ਮੇਰੀ ਮੰਮੀ ਆਈ ਆ ਵੀ ਮੈਂ ਕਮਾਉਂਦੀ, ਇਹਨੂੰ ਕਮਾਉਂਦੀ, ਹੈ ਨਾ। ਨਹੀਂ, ਉੱਥੇ ਬੱਚਿਆਂ ਦੇ ਹਾਲਾਤ ਮਾੜੇ ਨੇ, ਜੇ ਉਹ ਕਰ ਰਹੇ ਨੇ ਤਾਂ ਮਜਬੂਰੀ 'ਚ ਹੀ ਕਰ ਰਹੇ ਨੇ। ਅੱਛਾ, ਇਹ ਅੱਜ ਦੇ ਮੌਜੂਦਾ ਹਾਲਾਤਾਂ ਦੀ ਗੱਲ ਹੈ, ਜਿਹੜੇ ਅੱਜ ਤੋਂ ਪਹਿਲਾਂ ਗਏ ਉਹ ਤਾਂ ਉਹ ਠੀਕ ਨੇ, ਜਿਹੜੇ ਅੱਜ ਤੋਂ ਪਹਿਲਾਂ ਗਏ ਨੇ ਉਹ ਠੀਕ ਨੇ, ਜਿਹੜੇ 2-4 ਸਾਲਾਂ ਤੋਂ ਬੱਚੇ ਜਾ ਰਹੇ ਨੇ ਜਾਂ ਹੁਣ ਜਾ ਰਹੇ ਨੇ ਉਹਨਾਂ ਲਈ ਕੁਛ ਨਹੀਂ ਹੈਗਾ ਉੱਥੇ। ਜਿਹੜਾ ਆਪਾਂ ਪਿੰਡਾਂ ਦੇ ਆ, ਹੈ ਨਾ, 2-4 ਕਿੱਲੇ ਸਾਡੇ ਕੋਲ ਜ਼ਮੀਨ ਹੁੰਦੀ ਹੈ, ਜਿਹੜੇ ਆਪਣੇ ਮੱਧ ਵਰਗੀ ਪਰਿਵਾਰ ਹੁੰਦੇ, ਹੈ ਨਾ, ਕਿੱਲਾ ਵੇਚਤਾ, 2 ਕਿੱਲੇ ਵੇਚਤੇ, ਜਵਾਕ ਕੈਨੇਡਾ ਭੇਜਤਾ। ਅੱਜ ਕੱਲ੍ਹ ਦਾ ਵੀਜ਼ੇ ਵੀ ਕੈਨੇਡਾ ਦੇ ਮਹਿੰਗੇ ਹੋਏ ਹੋਏ, ਹੈ ਨਾ, ਫੀਸਾਂ ਮਹਿੰਗੀਆਂ ਹੋਈਆਂ ਹੋਈਆਂ ਨੇ, ਤੇ ਫਿਰ ਉੱਥੇ ਫਾਇਦਾ ਹੈਗਾ ਭੇਜਣ 'ਚ ਵੀ? ਨਾ ਨਾ, ਕੋਈ ਫਾਇਦਾ ਨਹੀਂ ਹੈਗਾ। ਜਿਹੜਾ ਜ਼ਮੀਨ ਦੀ ਤਾਂ ਆਪਣੀ ਦੀ ਵੈਲਿਊ ਪੈਣੀ, ਆਪਾਂ ਵੇਚ ਵੇਚ ਉਹਨਾਂ ਨੂੰ ਸਾਰਾ ਕੁਛ, ਫਿਰ ਦੁਬਾਰੇ ਗੁਲਾਮ ਹੋਣੀ ਜਾ ਰਹੇ ਹਾਂ ਆਪਾਂ, ਹੋਰ ਤਾਂ ਹੈ ਕੁਛ ਨਹੀਂ, ਉਹ ਤਾਂ ਗੁਲਾਮੀ ਆ ਦੁਬਾਰੇ ਉਹਨਾਂ ਦੀ। ਤੁਸੀਂ ਦੱਸਦੇ ਹੋ ਤੁਹਾਡਾ ਬੇਟਾ ਵੀ ਜਾਣਾ ਚਾਹੁੰਦਾ ਕੈਨੇਡਾ? ਬੇਟਾ, ਮੈਂ ਬੇਟੇ ਨੂੰ ਰੋਕ ਰਹੀ ਹਾਂ, ਬੇਟਾ ਕਹਿੰਦਾ ਮੈਂ ਕੈਨੇਡਾ ਜਾਣਾ। ਮੈਂ ਕਿਹਾ ਵੀ ਜਾਣਾ ਨਹੀਂ ਉਰੇ, ਆਪਾਂ ਜ਼ਮੀਨ ਲੈ ਲਾਂਗੇ, ਖੇਤੀ ਕਰ ਲਾਂਗੇ, ਪਰ ਬਾਹਰ ਨਹੀਂ ਜਾਣਾ ਹੈਗਾ। ਅੱਛਾ, ਮੈਂ ਮੈਂ ਜਿੰਨਾ ਚਿਰ ਮੈਂ ਜਿਉਂਦੀ ਹਾਂ ਨਾ, ਕਿ ਮੈਂ ਤੁਹਾਨੂੰ ਰੋਟੀ ਦੇਣੀ ਹੈ ਨਾ, ਤੁਸੀਂ ਬੈਠੇ ਤੁਹਾਨੂੰ ਰੋਟੀ ਮਿਲਦੀ ਹੈ, ਬਸ ਠੀਕ ਹੈ। ਕਿਉਂਕਿ ਮੈਂ ਤਾਂ ਇਹ ਚਾਹੁੰਦੀ ਨਹੀਂ ਵੀ ਮੇਰੇ ਬੱਚੇ ਮੇਰੇ ਤੋਂ ਦੂਰ ਜਾਣ, ਮੇਰੇ ਕੋਲੇ ਰਹਿਣ। ਮੈਂ ਕੋਈ ਕੈਨੇਡਾ ਦਾ, ਮੈਨੂੰ ਅਮਰੀਕਾ ਦਾ ਕੋਈ ਸ਼ੌਂਕ ਨਹੀਂ, ਨਾ ਮੈਨੂੰ ਆ, ਨਾ ਮੈਨੂੰ ਹੈਗਾ ਸੀ, ਮੈਂ ਤਾਂ ਇਹਦੀ ਮਜਬੂਰੀ ਕਾਰਨ ਚਲੀ ਗਈ। ਅੱਛਾ, ਤੁਸੀਂ ਜਿਵੇਂ ਤੁਹਾਡੇ ਮੰਮੀ ਗਏ, ਤੁਹਾਡੀ ਮੰਮੀ ਦੱਸਦੇ ਵੀ ਮੈਂ ਗਈ ਇਹਦੇ ਕੋਲ, ਇਹ ਮੇਰੇ ਕੋਲ ਬੈਠੀ ਤੱਕ ਵੀ ਹੈ ਨਹੀਂ, ਇਹ ਕਹਿੰਦੀ ਸੀ ਮੇਰੀ ਸ਼ਿਫਟ ਆ, ਇੰਨਾ ਕੁ ਟਾਈਮ ਵੀ ਨਹੀਂ ਹੁੰਦਾ ਮਾਪਿਆਂ ਕੋਲ ਬਹਿਣ ਦਾ, ਬੱਚਿਆਂ ਕੋਲ, ਕਿਉਂਕਿ ਉਸ ਟਾਈਮ ਤੇ, ਹੈ ਨਾ, ਮੈਂ ਡਬਲ ਸ਼ਿਫਟ ਕਰਦੀ ਸੀਗੀ, ਤਾਂ ਮੈਂ ਸਵੇਰੇ 6 ਵਜੇ ਘਰੋਂ ਚਲੀ ਜਾਂਦੀ ਸੀ, ਰਾਤ ਨੂੰ 1-2 ਵਜੇ ਆਉਂਦੀ ਸੀਗੀ, ਤਾਂ ਮੇਰੀ ਹਫ਼ਤੇ ਬਾਅਦ 1 ਦੀ ਛੁੱਟੀ ਹੁੰਦੀ ਸੀ, ਉਹਦੇ 'ਚ ਵੀ ਫੋਨ ਕਰਕੇ ਬੁਲਾ ਲੈਂਦੇ ਸੀਗੇ, ਹੈ ਨਾ, ਕਿਉਂਕਿ ਉੱਥੇ ਹਾਲੇ ਮੈਂ ਕੰਮ 'ਤੇ ਲੱਗੀ ਸੀ, ਤੁਹਾਨੂੰ ਦੱਸਿਆ ਸੀ ਮੈਂ 3 ਮਹੀਨੇ ਬਿਮਾਰ ਰਹੀ, ਹੈ ਨਾ, ਉਸ ਤੋਂ ਬਾਅਦ ਹਾਲੇ ਮੈਂ ਕੰਮ 'ਤੇ ਲੱਗੀ ਸੀ, ਅਤੇ ਇੰਨੀ ਜਲਦੀ ਤਾਂ ਮੈਂ ਛੁੱਟੀਆਂ ਵੀ ਨਹੀਂ ਮੰਗ ਸਕਦੀ, ਕਿਉਂਕਿ ਛੁੱਟੀਆਂ ਮੰਗਦੀ ਸੀ, ਉਹ ਮੈਨੂੰ ਕਹਿੰਦੇ ਸੀ ਵੀ ਤੂੰ ਕੋਈ ਗੱਲ ਨਹੀਂ, ਤੂੰ ਰਹਿਣ ਦੇ ਸੀ, ਕਿਸੇ ਹੋਰ ਨੂੰ ਬੁਲਾ ਲੈਂਦੇ ਹਾਂ, ਮਤਲਬ ਇਹੀ ਹੁੰਦਾ ਨਾ ਵੀ ਉਹ ਸਾਨੂੰ ਕੱਢਦੇ ਨੇ, ਕਿਸੇ ਹੋਰ ਨੂੰ ਰੱਖਣੇ, ਫਿਰ ਉਹਨਾਂ ਕੋਲ ਰਿਪਲੇਸਮੈਂਟ ਬਹੁਤ ਹੁੰਦੀ ਹੈ, ਕਿਉਂਕਿ ਸਟੂਡੈਂਟ ਕਿਹੜਾ ਥੋੜ੍ਹੇ ਨੇਗੇ, ਫਿਰ ਇਹਦੇ ਕਰਕੇ ਨਾ ਤਾਂ ਮੈਂ ਕੰਮ ਛੱਡ ਸਕਦੀ ਸੀਗੀ, ਫਿਰ ਮੈਨੂੰ ਇੱਦਾਂ ਮੰਮੀ ਵੀ ਘਰੇ, ਫਿਰ ਇਹਨਾਂ ਨੇ 1 ਦਿਨ ਇਹ ਮੈਨੂੰ ਕਹਿੰਦੀਆਂ ਵੀ ਚੱਲ ਇਹਨਾਂ ਕੋਲ ਟਾਈਮ ਹੈਗਾ ਸੀ, 3 ਰਾਤ ਨੂੰ ਇਹਦੀ ਸ਼ਿਫਟ ਨਹੀਂ ਹੋਣੀ, ਹੈ ਨਾ, ਕਹਿੰਦੀ ਮੰਮੀ ਤੈਨੂੰ ਘੁਮਾ ਕੇ ਲਿਆਉਂਦੇ ਹਾਂ। ਅਸੀਂ ਕਿੱਥੇ ਗਏ ਸੀ ਆਪਾਂ ਉਦੋਂ? ਕਿੰਗਸਟਨ ਗਏ ਸੀ। ਹਾਂ, ਉੱਥੇ ਗਏ ਅਸੀਂ, ਮੈਂ ਅੰਗਰੇਜ਼ ਤਾਂ ਮੈਂ ਕੋਈ ਦੇਖਿਆ ਹੀ ਨਹੀਂ, ਆਪਣੇ ਪੰਜਾਬੀ ਮੁੰਡੇ ਫੁੱਲ ਡੱਕੇ ਹੋਏ, ਕੁੜੀਆਂ ਦੇ ਛੋਟੇ ਛੋਟੇ ਕੱਪੜੇ ਪਾਏ, ਜਿਹੜੀਆਂ ਕੁੜੀਆਂ ਉਹ ਘਰੋਂ ਬਾਹਰ ਨਹੀਂ ਹੁੰਦੀਆਂ, ਤੁਸੀਂ ਉੱਥੋਂ ਦੇ ਹਾਲਾਤ ਦੇਖਦੇ, ਉਹ ਚੀਜ਼ ਦੇਖਦੀ, ਮੈਂ ਵੀਡੀਓ ਬਣਾਉਣੀ ਭੁੱਲ ਗਈ। ਉੱਥੇ ਅੰਗਰੇਜ਼ ਹੀ ਬਣੇ ਫਿਰਦੇ ਨੇ ਬੱਚੇ, ਉੱਧਰ ਇੱਧਰ ਮਾਂ ਬਾਪ ਨੂੰ ਦਿਖਾਉਂਦੇ ਨੇ ਨਾ, ਉੱਧਰ ਪੂਰੇ ਕੱਪੜਿਆਂ 'ਚ ਵੀ ਨਹੀਂ ਰਹਿੰਦੇ। ਅੱਛਾ, ਇੱਕ ਇਹ ਗੱਲ ਵੀ ਹੈਗੀ ਵੀ ਉੱਥੇ ਬਜ਼ੁਰਗ ਜਿਹੜੇ ਅੰਗਰੇਜ਼ ਨੇ ਉਹ ਪੰਜਾਬ ਦੀਆਂ ਛੋਟੀ ਉਮਰ ਦੀਆਂ ਕੁੜੀਆਂ ਨਾਲ ਅਫੇਅਰ ਚਲਾਉਂਦੇ ਆ। ਹਾਂ, ਚਲਾਉਂਦੇ, ਅਫੇਅਰ ਕਰਦੇ, ਕੁੜੀਆਂ ਇੱਧਰਲੀਆਂ ਪੱਕੀਆਂ ਹੋਣ ਦੀਆਂ ਮਾਰੀਆਂ, ਉੱਧਰ ਅੰਗਰੇਜ਼ਾਂ ਨਾਲ ਗੱਲਾਂ ਵੀ ਕਰਦੀਆਂ ਨੇ, ਵਿਆਹ ਕਰਾਉਣ ਦੀਆਂ ਮਾਰੀਆਂ, ਸਾਰਾ ਕੁਛ ਕਰਦੀਆਂ ਨੇ ਵੀ ਅਸੀਂ ਪੱਕੀਆਂ ਹੋ ਜਾਈਏ, ਪੱਕੀਆਂ ਹੋ ਜਾਈਏ, ਠੀਕ ਹੈ, ਪਰ ਹੈ ਕੁਛ ਨਹੀਂ ਉੱਧਰ।
ਇਹ ਤੁਸੀਂ ਦੇਖਿਆ? ਮੈਂ ਆਪ ਅੱਖੀਂ ਦੇਖੀਆਂ ਹੋਈਆਂ ਨੇ, ਮੈਂ ਤਾਂ 22 ਦਿਨਾਂ 'ਚ ਉੱਥੇ ਐਕਸਪੈਰੀਮੈਂਟ ਹੀ ਕਰਿਆ ਵੀ ਇੱਥੇ ਹੁੰਦਾ ਕੀ ਹੈ। ਜੇ ਮੇਰਾ ਮਨ ਲੱਗਦਾ, ਤੁਸੀਂ ਦੱਸੋ ਮੇਰਾ 10 ਸਾਲ ਦਾ ਵੀਜ਼ਾ, ਮੈਂ ਨਾ ਉੱਥੇ ਰਹਿੰਦੀ ਜੇ ਉੱਥੇ ਪੈਸਾ ਬਣਦਾ, ਠੀਕ ਹੈ, ਮੈਂ ਇੱਥੇ ਕਿਉਂ ਟੱਕਰਾਂ ਮਾਰਦੀ ਹਾਂ, ਸਿਲਾਈ ਦਾ ਕੰਮ ਕਰਦੀ, ਮੈਂ ਉੱਥੇ ਜਾ ਕੇ ਨਾ ਕਾਮਯਾਬ ਹੋ ਜਾਂਦੀ, ਮੈਂ ਉੱਥੇ ਨਾ ਦੁਬਾਰੇ ਵਗ ਜਾਂ, ਮੈਂ ਦੁਬਾਰਾ ਵੀ ਚਲੀ ਜਾਂਦੀ ਉੱਥੇ। ਤੁਸੀਂ ਗਏ ਨੀ? ਨਾ, ਮੈਂ ਜਾਣਾ ਹੀ ਨਹੀਂ ਚਾਹੁੰਦੀ। ਅੱਗੇ ਜਾਊਂਗੇ ਹੁਣ? ਨਾ, ਮੈਂ ਜਾਂਦੀ ਨਹੀਂ ਹੈਗੀ ਉੱਥੇ, ਮੇਰਾ ਬਿਲਕੁਲ ਵੀ ਮਨ ਨਹੀਂ ਕਰਦਾ ਵੀ ਕਿਸੇ ਵੀ ਕੰਟਰੀ 'ਚ ਜਾਵਾਂ। ਮੈਨੂੰ ਇਹ ਲੱਗਦਾ ਵੀ ਇਹਦੇ ਹਾਲਾਤ ਦੇਖ ਕੇ ਹੋ ਸਕਦਾ ਬਾਕੀ ਕੰਟਰੀਆਂ ਠੀਕ ਹੋਣ, ਠੀਕ ਹੈ, ਪਰ ਆਪਣੇ ਪੰਜਾਬੀਆਂ ਦਾ ਬਹੁਤ ਬੁਰਾ ਹਾਲ ਆ ਉੱਥੇ, ਖਾਸ ਕਰਕੇ ਆਪਣੀਆਂ ਕੁੜੀਆਂ ਦਾ। ਮੁੰਡਿਆਂ ਨੇ ਤਾਂ ਕਰਨਾ ਹੀ ਕਰਨਾ, ਤੁਹਾਨੂੰ ਪਤਾ ਵੀ ਉਹਨਾਂ ਨੂੰ ਨਸ਼ੇ ਕਰਦੇ ਵੀ ਦੇਖੇ ਉੱਥੇ ਤੁਸੀਂ? ਹਾਂ, ਨਸ਼ੇ ਕਰਦੇ ਬੱਚੇ, ਸ਼ਰੇਆਮ ਕਰਦੇ ਨੇ ਵੀ ਮੈਂ ਹੁਣ ਆਪਦੀ ਬੇਟੀ ਨੂੰ ਕਹੀ ਜਾਵਾਂ ਵੀ ਤੂੰ ਇੱਥੇ ਰਹਿ, ਇੱਥੇ ਨਾ ਜਾ, ਸਾਨੂੰ ਪੈਸੇ ਪਾ, ਕੀ ਪਤਾ ਕਿੰਨਾ ਕੁ ਮਜਬੂਰ ਆ ਬੱਚਾ। ਹੁਣ ਮੈਨੂੰ ਪਤਾ ਵੀ ਉੱਧਰ ਕੁੜੀਆਂ ਕਿਵੇਂ ਮਜਬੂਰ ਨੇ, ਕੋਈ ਅਟੈਕ ਨਾਲ ਨਹੀਂ ਉਹਨਾਂ ਦੀ ਉਹ ਹੁੰਦੀ, ਕੁਛ ਨਹੀਂ ਹੁੰਦਾ, ਉੱਧਰਲੀਆਂ ਸਰਕਾਰਾਂ ਨੇ ਸਭ ਇਹ ਉਹ ਬਣਾਇਆ ਹੋਇਆ, ਠੀਕ ਹੈ ਨਾ। ਉੱਧਰ ਬੱਚਾ ਆਤਮ ਹੱਤਿਆ ਹੀ ਕਰਦਾ, ਫਿਰ ਇੰਨਾ ਜ਼ਿਆਦਾ ਡਿਪਰੈਸ਼ਨ 'ਚ ਆ ਜਾਂਦਾ ਬੱਚਾ, ਕਿਉਂਕਿ ਬੇਟੀ ਦੇ ਅੱਖਾਂ ਦੇ ਆਲੇ ਦੁਆਲੇ ਤੁਸੀਂ ਘੇਰੇ ਦੇਖੇ ਨੇ। ਮੈਨੂੰ ਹਜੇ ਵੀ ਪੁੱਛ ਰਹੀ ਹਾਂ ਵੀ ਤੈਨੂੰ ਕੋਈ ਡਿਪਰੈਸ਼ਨ ਆ, ਇਹ ਮੈਨੂੰ ਹਜੇ ਵੀ ਨਹੀਂ ਦੱਸ ਰਹੀ। ਅੱਛਾ, ਫਿਰ ਉਹ ਬੱਚੇ ਸੁਸਾਈਡ ਕਰਦੇ? ਹਾਂ, ਸੁਸਾਈਡ ਕਰਦੇ ਨੇ ਉੱਥੇ, ਫਿਰ ਉਹ ਤਾਂ ਮਰਨ ਤੋਂ ਇਲਾਵਾ ਉਹਨਾਂ ਦਾ ਕੋਈ ਹੱਲ ਨਹੀਂ, ਪਿੱਛੇ ਉਹ ਮੁੜ ਨਹੀਂ ਸਕਦੇ, ਠੀਕ ਹੈ ਨਾ, ਅੱਗੇ ਵਾਲੀ ਜ਼ਿੰਦਗੀ ਉੱਥੇ ਕੁਛ ਹੈ ਨਹੀਂ। ਫਿਰ ਇਹ ਕਹਿਆ ਤਾਂ ਭੈਣੇ ਇਹ ਜਾਂਦਾ ਕਿ ਉੱਥੇ ਹਾਰਟ ਅਟੈਕ ਹੋ ਗਿਆ ਬੱਚੇ ਨੂੰ? ਇੱਦਾਂ ਨਹੀਂ ਹੁੰਦਾ ਹੈਗਾ। ਹੁਣ ਜਿਵੇਂ ਹੁਣ ਮੰਮੀ ਨੇ ਦੱਸਿਆ ਹੀ ਆ, ਹੈ ਨਾ, ਵੀ ਹਾਲਾਤ ਇੱਦਾਂ ਦੇ ਨੇ ਵੀ ਬੱਚੇ ਨਾ ਤਾਂ ਕਿਸੇ ਨਾਲ ਗੱਲ ਕਰ ਸਕਦੇ ਨੇ, ਹੈ ਨਾ। ਹੁਣ ਉਹਨਾਂ ਨਾਲ ਕੀ ਇੰਸੀਡੈਂਟ ਹੋਇਆ ਉੱਥੇ ਆਪਾਂ ਨੂੰ ਨਹੀਂ ਪਤਾ ਹੈਗਾ, ਹੈ ਨਾ, ਉਹ ਬੰਦੇ ਨੂੰ ਖੁਦ ਪਤਾ ਵੀ ਉਹਦੀ ਲਾਈਫ ਦੀ ਸਟੋਰੀ ਕੀ ਆ, ਹੈ ਨਾ। ਹੁਣ ਜੇ ਉੱਥੇ ਨੋਰਮਲੀ ਬੱਚੇ ਨੇ ਸੁਸਾਈਡ ਵੀ ਕਰ ਲਿਆ ਤਾਂ ਉਹਨੂੰ ਨਾਮ ਉਹ ਹਾਰਟ ਅਟੈਕ ਦਾ ਹੀ ਦੇਣਗੇ। ਕਿਉਂ? ਕਿਉਂਕਿ ਜੇ ਉਹਨਾਂ ਨੇ ਮਤਲਬ ਉਹਨੂੰ ਸੁਸਾਈਡ ਦਾ ਨਾਮ ਦਿੱਤਾ ਵੀ ਬੱਚਾ ਸੁਸਾਈਡ ਕਰਕੇ ਮਰਿਆ, ਪਹਿਲੀ ਗੱਲ ਤਾਂ ਬੋਡੀ ਘਰ ਦੇ ਮੰਗਵਾ ਨਹੀਂ ਸਕਦੇ ਹੈਗੇ, ਹੈ ਨਾ, ਕਿਉਂਕਿ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਬੋਡੀ ਉੱਥੋਂ ਮੰਗਵਾਉਣ ਦੇ ਵਿੱਚ, ਹੈ ਨਾ। ਕਿਉਂਕਿ ਜੇ ਸੁਸਾਈਡ ਕੇਸ ਹੋਊਗਾ ਤਾਂ ਘਰ ਦੇ ਵੀ ਕੇਸ ਕਰਨਗੇ ਵੀ ਕਿਉਂ ਹੋਇਆ, ਕੀ ਗੱਲ ਹੋਈ, ਕੀ ਨਹੀਂ, ਫਿਰ ਪਤਾ ਕਰਨਗੇ, ਹੈ ਨਾ। ਜੇ ਉਹਨੂੰ ਉਹ ਨੈਚੁਰਲ ਡੈਥ ਦਾ ਕਰਾਰ ਦਿੰਦੇ ਆ ਵੀ ਇਹਦਾ ਤਾਂ ਬੰਦੇ ਦਾ ਹਾਰਟ ਅਟੈਕ ਹੋਇਆ ਜਾਂ ਵੀ ਐਕਸੀਡੈਂਟਲੀ ਮੌਤ ਹੋ ਗਈ, ਹੈ ਨਾ, ਤਾਂ ਮਾਂ ਬਾਪ ਵੀ ਚੱਲ ਚੁੱਪ ਕਰਕੇ ਬਹਿ ਜਾਂਦੇ ਵੀ ਚਲੋ ਕੋਈ ਗੱਲ ਨਹੀਂ, ਹੈ ਨਾ, ਵੀ ਇੱਦਾਂ ਹੋ ਗਿਆ ਹੋਊਗਾ, ਹੈ ਨਾ। ਇੱਕ ਕੁੜੀ ਸੀਗੀ, ਉਹ ਕੁੜੀ ਨੇ ਮਤਲਬ ਸਾਰੀ ਫੀਸ ਜਮ੍ਹਾਂ ਕੀਤੀ, ਉਹ ਕੈਸ਼ 'ਤੇ ਕੰਮ ਕਰਦੀ ਸੀਗੀ, ਹੈ ਨਾ, ਅਤੇ ਉਹਨੇ ਸਾਰੀ ਫੀਸ ਜਮ੍ਹਾਂ ਕੀਤੀ 4-5 ਲੱਖ ਰੁਪਇਆ ਆਪਣੇ ਇੱਧਰ ਦਾ, ਹੈ ਨਾ, ਉਹਨੇ ਘਰੇ ਰੱਖਤਾ, ਉਹਦੇ ਨਾਲ ਕੁੜੀਆਂ ਰਹਿੰਦੀਆਂ ਸੀਗੀਆਂ, ਹੈ ਨਾ, ਅਤੇ ਉਹ ਕੁੜੀਆਂ ਨੇ ਉਹਦੇ ਪੈਸੇ ਕੱਢ ਲਏ, ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀਗਾ, ਹੈ ਨਾ, ਅਤੇ ਉਹ ਕੁੜੀ ਨੇ ਫੀਸ ਭਰਨੀ ਸੀਗੀ, ਅਤੇ ਜਦੋਂ ਉਹਨੇ ਕੁੜੀ ਨੇ ਘਰੇ ਪੈਸੇ ਲੱਭੇ ਤਾਂ ਪੈਸੇ ਲੱਭੇ ਨਹੀਂ ਹੈਗੇ, ਹੈ ਨਾ, ਅਤੇ ਉਹ ਕੁੜੀ ਵਿਆਹ ਕਰਵਾ ਕੇ ਗਈ ਸੀ। ਜਿਹੜਾ ਉਹਦਾ ਸਹੁਰਾ ਪਰਿਵਾਰ ਸੀਗਾ ਉਹਨੂੰ ਪਿੱਛੋਂ ਕਹਿ ਰਿਹਾ ਸੀਗਾ ਵੀ ਸਾਡਾ ਵੀਜ਼ਾ ਲਵਾ ਦੇ ਜਾਂ ਤੂੰ ਇੱਦਾਂ ਕਰਦੇ ਜਾਂ ਸਾਨੂੰ ਪੈਸੇ ਭੇਜਦੇ, ਹੈ ਨਾ, ਉਹ ਪਿੱਛੋਂ ਪੈਸੇ ਨਹੀਂ ਭੇਜਦੇ ਸੀਗੇ ਉਹਨੂੰ, ਅਤੇ ਉਹਦੇ 'ਤੇ ਉਹ ਕੁੜੀ 'ਤੇ ਵੀ ਖਰਚਾ ਉਹਦੇ ਬਾਪ ਨੇ ਕੀਤਾ ਸੀਗਾ, ਮਤਲਬ ਕੁੜੀ ਦੇ ਡੈਡੀ ਨੇ ਹੀ ਖਰਚਾ ਕੀਤਾ ਸੀਗਾ, ਮਤਲਬ ਮੁੰਡੇ ਨੂੰ ਕੁੜੀ ਨੂੰ ਬਾਹਰ ਭੇਜਣ ਵਾਸਤੇ, ਈਵਨ ਕਿ ਉਹਦਾ ਵਿਆਹ ਹੋਇਆ ਹੋਇਆ ਸੀਗਾ, ਹੈ ਨਾ, ਅਤੇ ਉਹ ਫੀਸਾਂ ਵੀ ਸਾਰੀਆਂ ਖੁਦ ਕੱਢ ਰਹੇ ਸੀ। ਜਿਹੜਾ ਜਦੋਂ ਉਹਦੇ ਪੈਸੇ ਚੋਰੀ ਹੋ ਗਏ, ਹੈ ਨਾ, ਉਹਨੂੰ ਪਤਾ ਲੱਗ ਗਿਆ ਵੀ ਨਾ ਉਹਦੇ ਸਹੁਰਿਆਂ ਨੇ ਪੈਸੇ ਭੇਜਣੇ ਆ, ਡੈਡੀ ਤਾਂ ਉਹਦੇ ਤੋਂ ਮੰਗ ਨਹੀਂ ਸਕਦੀ ਕਿਉਂਕਿ ਪਹਿਲਾਂ ਹੀ ਖਰਚਾ ਕਰਵਾ ਕੇ ਆਈ ਹੈ, ਕਿਉਂਕਿ 1-2 ਕਿੱਲਿਆਂ ਦੇ ਵਿੱਚ ਬੰਦਾ ਕੀ ਭੇਜੂਗਾ, ਹੈ ਨਾ। ਫਿਰ ਉਸ ਤੋਂ ਬਾਅਦ ਜਦੋਂ ਉੱਥੇ ਉਹ ਕੁੜੀ ਨੇ ਸੁਸਾਈਡ ਕਰ ਲਈ, ਕਿਵੇਂ ਕਰਿਆ? ਉਹ ਮੈਨੂੰ ਲੱਗਦਾ ਕੁਛ ਖਾ ਗਈ ਸੀਗੀ, ਹੈ ਨਾ, ਸਾਡੇ ਮਤਲਬ ਰਿਸ਼ਤੇਦਾਰੀ ਦੇ ਵਿੱਚ ਹੀ ਸੀਗੀ, ਹੁਣ ਮੈਂ ਨਾਮ ਨਹੀਂ ਡਿਸਕਲੋਜ਼ ਕਰ ਸਕਦੀ ਹੈਗੀ, ਹੈ ਨਾ, ਅਤੇ ਉਹਨੇ ਕੁੜੀ ਨੇ ਕੁਛ ਖਾ ਲਿਆ, ਅਤੇ ਪਤਾ ਨਹੀਂ ਉਹਦੇ, ਇਹ ਵੀ ਹੋ ਸਕਦਾ ਉਹਦੇ ਨਾਲ ਦੀਆਂ ਨੇ ਮਾਰਤੇ ਪੈਸੇ ਕੱਢਣ ਤੋਂ ਬਾਅਦ, ਹੈ ਨਾ। ਮਤਲਬ 2 ਕੇਸਿਸ ਸੀਗੇ ਉੱਥੇ, ਕਿਉਂਕਿ 2 ਹੀ ਗੱਲਾਂ ਸੁਣਨ 'ਚ ਆ ਰਹੀਆਂ ਸੀਗੀਆਂ ਵੀ ਜਾਂ ਤਾਂ ਉਹਦੇ ਨਾਲ ਦੀਆਂ ਨੇ, ਹੈ ਨਾ, ਮਾਰਤਾ ਪੈਸੇ ਕੱਢਣ ਤੋਂ ਬਾਅਦ, ਜਾਂ ਫਿਰ ਉਹ ਕੁਛ ਖਾ ਗਈ, ਹੈ ਨਾ, ਜਾਂ ਸੁਸਾਈਡ ਕਰ ਗਈ ਵੀ ਜਦੋਂ ਉਹਦੇ ਪੈਸੇ ਚੋਰੀ ਹੋਏ, ਕਿਉਂਕਿ ਉਹਦੇ ਕੋਲ ਹੋਰ ਕੋਈ ਰਸਤਾ ਨਹੀਂ ਸੀਗਾ, ਕਿਉਂਕਿ ਜਿਹੜੀ ਫੀਸ ਉਹਨੇ ਸਾਲ ਲਾ ਕੇ ਮਿਹਨਤ ਕਰਕੇ ਕਮਾਈ ਸੀਗੀ, ਹੈ ਨਾ, ਉਹਦੀ ਇੱਦਾਂ ਹੀ ਚਲੀ ਗਈ, ਹੈ ਨਾ। ਅਤੇ ਫਿਰ ਉਹਨਾਂ ਨੇ ਉਸ ਚੀਜ਼ ਨੂੰ ਸੁਸਾਈਡ ਨਹੀਂ ਕਿਹਾ, ਉਹਨਾਂ ਨੇ ਕਿਹਾ ਵੀ ਉਹਨੂੰ ਰਾਤ ਨੂੰ ਸੁੱਤੀ ਪਈ ਨੂੰ ਹਾਰਟ ਅਟੈਕ ਆ ਗਿਆ, ਅਤੇ ਉਹ ਕੁੜੀ ਦੀ ਬੋਡੀ 39 ਦਿਨ, ਹੈ ਨਾ, ਸੜਦੀ ਰਹੀ ਆ। ਉਹਨਾਂ ਨੇ ਉਹਦੇ ਜਿਹੜੇ ਸਹੁਰੇ ਘਰ ਦੇ, ਹੈ ਨਾ, ਜਿਹੜਾ ਮਤਲਬ ਉਹਦਾ ਘਰ ਵਾਲਾ ਸੀਗਾ, ਉਹ ਕਹਿੰਦਾ ਮੇਰਾ ਵੀਜ਼ਾ ਲਾਓ ਵੀ ਮੈਂ ਉੱਥੇ ਆਉਣਾ। ਸਿਰਫ ਵੀਜ਼ਾ ਲਾਉਣ ਦੇ ਚੱਕਰ 'ਚ ਉਹਨੇ ਆਪਦੀ ਜਿਹੜੀ ਘਰ ਵਾਲੀ ਦੀ ਬੋਡੀ ਆ 39 ਦਿਨ ਸਾੜੀ ਰੱਖੀ ਆ ਉੱਥੇ। ਉਹਨਾਂ ਨੇ ਉਹਦਾ ਮਤਲਬ ਜਿਵੇਂ ਕਹਿੰਦੇ ਵੀ ਆਪਾਂ ਸੈਂਤਣ ਨਹੀਂ ਦਿੱਤਾ ਹੈਗਾ ਉਹਨੂੰ 19 ਦਿਨ ਤੱਕ, ਹੈ ਨਾ, ਪਰ ਵੀਜ਼ਾ ਉਹਦਾ ਫਿਰ ਵੀ ਨਹੀਂ ਆਇਆ ਹੈਗਾ।
ਉਹਨੇ ਇਹ ਨਹੀਂ ਕਿਹਾ ਵੀ ਮੈਨੂੰ ਬੋਡੀ ਚਾਹੀਦੀ ਮੈਂ ਉਹਦੀ ਘਰਵਾਲੀ ਨੂੰ ਮਿਲਣਾ, ਸਿਰਫ ਉਹਦੇ ਜ਼ਰੀਏ ਉਹ ਉੱਥੇ ਜਾਣਾ ਚਾਹੁੰਦਾ ਸੀਗਾ। ਲੋਕਾਂ ਦੇ ਮਨ ਦੇ ਵਿੱਚ ਉਹਦੀ ਕੁੜੀ ਦੀ ਡੈਥ ਹੋ ਗਈ ਪਰ ਹਾਲੇ ਵੀ ਕੈਨੇਡਾ ਜਾਣ ਦਾ ਭੂਤ ਸਵਾਰ ਹੈ। ਹੁਣ ਇੱਕ ਪਿੱਛੇ ਕੇਸ ਆਇਆ ਸੀਗਾ, ਕਹਿੰਦੇ ਵੀ ਕੁੜੀ ਨੇ ਨਾਇਗਰਾ ਫਾਲ ਦੇ ਵਿੱਚ ਛਾਲ ਮਾਰੀ ਪਰ ਉਹਨੂੰ ਉਹਨਾਂ ਨੇ ਡਿਕਲੇਅਰ ਕੀਤਾ ਵੀ ਉਹਦਾ ਪੈਰ ਸਲਿੱਪ ਹੋ ਗਿਆ, ਉਹ 'ਚ ਡਿੱਗ ਗਈ ਅਤੇ ਉਹਦੀ ਡੈਥ ਹੋ ਗਈ ਹੈ ਨਾ। ਪਰ ਉਹ ਕੁੜੀ ਦੇ ਬਾਅਦ 'ਚ ਸਟੋਰੀਆਂ ਸਾਹਮਣੇ ਆਈਆਂ ਸੀਗੀਆਂ ਕਿ ਉਹ ਕੰਮ 'ਤੇ ਉਹਨੂੰ ਹਰਾਸਮੈਂਟ ਕੀਤੀ ਜਾ ਰਹੀ ਸੀਗੀ ਹੈ ਨਾ। ਉਸ ਤੋਂ ਬਾਅਦ ਉਹ ਹਰਾਸ ਹੋ ਕੇ ਘਰ ਤੋਂ ਪੈਸੇ ਭੇਜੇ ਨਹੀਂ ਜਾ ਰਹੇ ਸੀਗੇ, ਕੰਮ ਉਹਦਾ ਛੁੱਟ ਗਿਆ ਸੀਗਾ ਅਤੇ ਇੰਨੀ ਕੁ ਜ਼ਿਆਦਾ ਡਿਪਰੈਸ਼ਨ 'ਚ ਚਲੀ ਗਈ ਸੀਗੀ ਕਿ ਉਹਦੇ ਦੋਸਤਾਂ ਨਾਲ ਗਈ ਸੀਗੀ ਨਾਇਗਰਾ ਫਾਲ ਘੁੰਮਣ ਅਤੇ ਉੱਥੋਂ ਉਹ ਮਤਲਬ ਉਹਨੇ ਸੁਸਾਈਡ ਕਰ ਲਿਆ ਸੀ, ਜੰਪ ਕਰਤਾ ਸੀਗਾ। ਤੁਹਾਡੇ ਨਾਲ ਵੀ ਕੁਛ ਕੁੜੀਆਂ ਇਹੋ ਜਿਹੀਆਂ ਰਹੀਆਂ ਜਿਹੜੀਆਂ ਆਪ ਕਹਿੰਦੀਆਂ ਹੁਣ ਕਿ ਅਸੀਂ ਇੱਥੇ ਆ ਕੇ ਫਸ ਗਈਆਂ, ਨਾ ਇੱਧਰ ਜਾਣ ਜੋਗੀਆਂ ਨਾ ਉੱਧਰ ਜਾਣ ਜੋਗੀਆਂ। ਬਹੁਤ ਕੁੜੀਆਂ ਨੇ, ਬਹੁਤ ਜ਼ਿਆਦਾ। ਹੁਣ ਕੁਛ ਕੁੜੀਆਂ ਨੇ ਕੰਮ ਵੀ ਕਰਦੇ, ਮੇਰੇ ਨਾਲ ਇੱਕ ਕੁੜੀ ਰਹਿੰਦੀ ਹੁੰਦੀ ਸੀਗੀ ਅਤੇ ਉਹਦਾ ਘਰ ਵਾਲਾ ਉਹਦੇ ਨਾਲ ਮਤਲਬ ਆਪਾਂ ਕਹਿੰਦੇ ਵੀ ਦਿਨ ਦੇ 24 ਘੰਟੇ ਫੋਨ 'ਤੇ ਹੁੰਦਾ ਸੀ, ਉਹ ਸੁੱਤੀ ਹੈ, ਖਾਂਦੀ ਹੈ, ਪੀਂਦੀ, ਉਹਦੇ ਨਾਲ ਫੋਨ ਹਮੇਸ਼ਾ ਚੱਲਦਾ ਸੀਗਾ। ਇੰਨਾ ਬੰਦਾ ਮਤਲਬ ਹੈ ਨਾ ਉਹ ਸ਼ੱਕ ਕਰਦਾ ਸੀਗਾ ਅਤੇ ਉਹ ਕਿਤੇ ਕੰਮ ਨਹੀਂ ਕਰ ਸਕਦੀ ਸੀਗੀ ਹੈ ਨਾ, ਉਹ ਫੋਨ ਮਿਊਟ ਤੱਕ ਨਹੀਂ ਕਰ ਸਕਦੀ ਸੀਗੀ, ਉਹ ਸਾਡੇ ਨਾਲ ਗੱਲ ਤੱਕ ਨਹੀਂ ਕਰਦੀ ਸੀਗੀ ਕਿਉਂਕਿ ਉਹਨੂੰ ਇੱਦਾਂ ਸੀ ਵੀ ਉੱਧਰ ਰਿਲੇਸ਼ਨ ਖਰਾਬ ਹੋ ਜਾਣਗੇ ਵੀ ਹੈ ਨਾ, ਵੀ ਜੇ ਮੈਂ ਫੋਨ ਕੱਟਤਾ ਜਾਂ ਕੁਛ ਹੋ ਗਿਆ ਤਾਂ ਉਹ ਸੋਚੂਗਾ ਵੀ ਸ਼ਾਇਦ ਵੀ ਹੈ ਨਾ ਕਿਤੇ ਹੋਰ ਗਈ ਹੈ ਜਾਂ ਕੁਛ ਵੀ ਹੈ ਨਾ। ਮਤਲਬ ਹੁਣ ਇੱਥੇ ਬੈਠ ਕੇ ਬੰਦਾ ਬਹੁਤ ਕੁਛ ਸੋਚਦਾ ਹੈ ਨਾ ਵੀ ਉੱਥੇ, ਮਤਲਬ ਸਾਰੀਆਂ ਕੁੜੀਆਂ ਮਾੜੀਆਂ ਨਹੀਂ ਹੁੰਦੀਆਂ ਹੈਗੀਆਂ, ਕੁਛ ਪਰਸੈਂਟ ਹੈਗੀਆਂ ਵੀ ਨੇਗੀਆਂ ਹੈ ਨਾ। ਹੁਣ ਸਾਰਾ ਦਿਨ ਤਾਂ ਕਿਸੇ ਨਾਲ ਫੋਨ 'ਤੇ ਗੱਲ ਕਰਨਾ ਵੀ ਮਤਲਬ ਇੰਨਾ ਸੌਖਾ ਨਹੀਂ ਹੈਗਾ। ਉਹ ਸੁੱਤੇ ਪਏ ਹੁੰਦੇ ਸੀ, ਉਹਦੇ ਘਰਾੜੇ ਦੇ ਘਰਾਲੇ ਦੇ ਸਾਨੂੰ ਸੁਣਦੇ ਸੀ ਕਿਉਂਕਿ ਉਹ ਫੋਨ ਸਪੀਕਰ 'ਤੇ ਹੁੰਦਾ ਸੀਗਾ। ਉੱਥੇ ਕਿੰਨੇ ਕੁ ਡਿਪਰੈਸ਼ਨ ਦੇ ਮਰੀਜ਼ ਕਿੰਨੇ ਕੁ ਨੇ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਇੱਥੋਂ ਬੱਚੇ? ਸਾਰੇ ਹੀ ਡਿਪਰੈਸ਼ਨ 'ਚ ਨੇ, ਆਲਮੋਸਟ ਸਾਰੇ। ਮੈਂ ਕਹਿੰਦੀ 99% ਬੰਦੇ ਉੱਥੇ ਡਿਪਰੈਸ਼ਨ 'ਚ ਨੇ। ਤੁਸੀਂ ਵੀ ਡਿਪਰੈਸ਼ਨ 'ਚ ਆਏ ਉੱਥੇ? ਹਾਂ, ਮੈਂ ਖੁਦ ਮੰਨਦੀ ਹਾਂ, ਮੈਂ ਖੁਦ ਬਹੁਤ ਰੋਈ ਹਾਂ। ਮੈਂ ਲਾਈਕ ਇੱਦਾਂ ਜਿਵੇਂ ਬੈਲਵਿਲ 'ਚ ਮੈਂ ਰਹਿੰਦੀ ਸੀ, ਉਹਦੀਆਂ ਸੜਕਾਂ 'ਤੇ ਮੈਂ ਤੁਰੀ ਫਿਰਨਾ, ਮੈਂ ਰਾਤ ਨੂੰ ਮਤਲਬ ਉੱਥੇ ਲੇਕ ਹੈਗੀ ਹੈ ਨਾ ਉਹਦੇ ਕਿਨਾਰੇ ਚਲੀ ਜਾਣਾ, ਉੱਥੇ ਮੈਂ ਮਤਲਬ ਇਕੱਲੀ ਨੇ ਬੈਠੀ ਰਹਿਣਾ ਗੱਡੀ ਦੇ ਵਿੱਚ ਹੈ ਨਾ, ਗੱਡੀ 'ਚ ਬਹਿ ਕੇ ਇਕੱਲੀ ਨੇ ਆਪਦੇ, ਮੈਂ ਕੁਛ ਨਹੀਂ ਨਵੇਂ ਗਾਣੇ ਲਾਉਣੇ, ਕੁਛ ਨਹੀਂ ਕਰਨਾ ਸੀਗਾ, ਮੈਂ ਰੋਈ ਜਾਣਾ। ਚਾਰ ਚਾਰ ਪੰਜ ਪੰਜ ਘੰਟੇ ਬੈਠ ਕੇ ਮੈਂ ਸਿਰਫ ਰੋਂਦੀ ਸੀਗੀ, ਮੈਂ ਘਰ ਨਹੀਂ ਆਉਂਦੀ ਸੀਗੀ ਹੈ ਨਾ, ਅਤੇ ਨਾ ਮੈਂ ਕਿਸੇ ਦਾ ਫੋਨ ਚੱਕਣਾ ਨਾ ਗੱਲ ਕਰਨੀ, ਕਿਉਂਕਿ ਆਪਾਂ ਇੱਦਾਂ ਹੋ ਜਾਂਦੇ ਵੀ ਆਪਾਂ ਤੋਂ ਕਿਸੇ ਨੂੰ ਕੁਛ ਐਕਸਪ੍ਰੈਸ ਹੀ ਨਹੀਂ ਕੀਤਾ ਜਾਂਦਾ ਵੀ ਆਪਣੇ ਅੰਦਰ ਚੱਲ ਕੀ ਰਿਹਾ। ਆਪਣੀ ਮਾਤਾ ਨੂੰ ਵੀ ਨਹੀਂ ਦੱਸੀਆਂ ਗੱਲਾਂ? ਮਤਲਬ ਬਾਅਦ 'ਚ ਆ ਕੇ ਜਦੋਂ ਸਾਰੀ ਚੀਜ਼ਾਂ ਮੇਰੇ ਉੱਪਰ ਦੀ ਲੰਘ ਗਈਆਂ ਫਿਰ ਮੈਂ ਗੱਲ ਕੀਤੀ ਹੈ ਨਾ ਵੀ ਮੈਂ ਆਉਣਾ ਚਾਹੁੰਦੀ ਹਾਂ, ਵੀ ਮੈਂ ਆਉਣਾ ਚਾਹੁੰਦੀ ਹਾਂ, ਮੈਥੋਂ ਨਹੀਂ ਰਹਿ ਜਾਂਦਾ ਹੈ। ਮੈਨੂੰ ਕਿਹਾ ਜਾਂਦਾ ਟਿਕਟ ਵੀ ਮੈਂ ਕਰਵਾਈ ਹੈ, ਇਹਦੇ ਕੋਲ ਕੋਈ ਪੈਸਾ ਨਹੀਂ ਸੀਗਾ ਉਸ ਟਾਈਮ 'ਤੇ। ਹਾਂ, ਮੇਰੇ ਕੋਲ ਕੋਈ ਪੈਸਾ, ਸਾਰੇ ਮੈਨੂੰ ਕਹਿੰਦੇ ਤੇਰੀ ਕੁੜੀ ਬਾਹਰ ਗਈ ਆ ਵੀ ਉਹਦੇ ਕੋਲ ਇੰਨੇ, ਮੈਂ ਕਿਹਾ ਵੀ ਨਹੀਂ ਹੈਗੇ ਵੀ ਬੱਚੇ ਦੀ, ਮੈਂ ਰਹਿ ਕੇ ਆਈ ਹਾਂ, ਮੈਨੂੰ ਪਤਾ ਮੇਰੇ ਬੱਚੇ ਦੀ ਮਜਬੂਰੀ ਕੀ ਆ, ਵੀ ਤੁਹਾਡੇ ਕੋਲ ਹੋਊਗਾ ਤੁਸੀਂ ਭੇਜ ਦਿਓ, ਨਾਲੇ ਤਾਂ ਬਾਹਰ ਭੇਜ ਰਹੇ ਨੇ, ਨਾਲੇ ਪੈਸਾ ਆਪ ਲਾ ਰਹੇ ਨੇ, ਨਾਲੇ ਉੱਧਰ ਵੀ ਪੈਸੇ ਭੇਜ ਰਹੇ ਨੇ ਹੈ ਨਾ, ਉਹ ਤਾਂ ਉਹਨਾਂ ਨੂੰ ਅਮੀਰ ਕਰਨ ਵਾਲਾ ਕੰਮ ਆ। ਕਦੇ ਉੱਥੇ ਜਦੋਂ ਤੁਸੀਂ ਇਹ ਹਾਲਾਤ ਹੋਏ ਤੁਹਾਡੇ, ਤੁਸੀਂ ਇਹ ਵੀ ਸੋਚਦੇ ਸੀ ਕਿ ਇੱਥੇ ਹੀ ਆਪਣੇ ਆਪ ਨੂੰ ਖਤਮ ਕਰ ਲਾਂ ਮੈਂ ਪੰਜਾਬ? ਬਹੁਤ ਵਾਰ ਹੋਇਆ, ਫਿਰ ਇੱਦਾਂ ਹੁੰਦਾ ਸੀਗਾ ਵੀ ਨਹੀਂ ਘਰਦੇ ਹੈਗੇ ਪਿੱਛੇ, ਫਿਰ ਮਤਲਬ ਮੈਨੂੰ ਇੰਨੀ ਕੁ ਥੋੜ੍ਹੀ ਜਿਹੀ ਮੈਂਟਲ ਸਪੋਰਟ ਸੀਗੀ ਘਰਦਿਆਂ ਵੱਲੋਂ ਵੀ ਕੋਈ ਗੱਲ ਨਹੀਂ ਤੂੰ ਵਾਪਸ ਆ ਜਾ। ਮੈਂ ਕਹਿੰਦੀ ਸੀ ਉਹਨੂੰ ਵਾਪਸ ਆ ਜਾ, ਕੁਛ ਨਹੀਂ ਹੁੰਦਾ ਵੀ ਤੈਨੂੰ ਜੇ ਕੁਛ ਚਾਹੀਦਾ ਮੈਂ ਆਪੇ ਦੇਊਂਗੀ, ਕਿਉਂਕਿ ਬੱਚਿਆਂ ਨੂੰ ਘਰਦੇ ਕਹਿੰਦੇ ਨਹੀਂ ਹੈਗੇ। ਡੈਡੀ ਤਾਂ ਬੋਲਦਾ ਸੀ ਵੀ ਵਾਪਸ ਨਹੀਂ ਆਉਣਾ ਹੈਗਾ ਵੀ ਤੂੰ ਉੱਥੇ, ਹੁਣ ਵੀ ਕਹਿੰਦਾ ਵੀ ਉੱਥੇ ਵਾਪਸ ਚਲੀ ਜਾ, ਮੈਨੂੰ ਵੀ ਕਹਿੰਦਾ ਸੀ ਮੈਨੂੰ ਕਹਿ ਵਾਪਸ ਜਾਊਗੀ, ਪਰ ਮੈਂ ਇਹਨੂੰ ਕੰਪੈਲ ਨਹੀਂ ਕਰਦੀ ਇਸ ਚੀਜ਼ ਨੂੰ। ਮੈਂ ਇਹ ਕਹਿੰਦੀ ਵੀ ਜਿਹੜਾ ਤੇਰੇ ਉੱਥੇ ਕੰਮ ਪਿਆ ਵੀ ਜਿਹੜਾ ਗੱਡੀਆਂ ਗੁੱਡੀਆਂ ਤੈਨੂੰ ਫੋਨ ਮਾਰੀ ਵੀ ਨਿਬੇੜ ਕੇ ਵਾਪਸ ਆ ਜਾ। ਅੱਛਾ, ਮਤਲਬ ਹੋਇਆ ਸੀਗਾ। ਹਾਂ, ਇੱਕ ਦਿਨ ਮਤਲਬ ਇੰਨਾ ਕਿ ਜ਼ਿਆਦਾ ਮਾੜਾ ਹਾਲ ਹੋ ਗਿਆ ਸੀ ਵੀ ਜਿਸ ਦਿਨ ਮੇਰੇ ਕੋਲ ਨਾ ਕੋਈ ਦੋਸਤ ਸੀ, ਕੋਈ ਵੀ ਨਹੀਂ ਸੀਗਾ, ਮਤਲਬ ਨਾ ਕੰਮ ਸੀਗਾ, ਮਤਲਬ ਮੇਰੇ ਨਾਲ ਉੱਥੇ ਕੋਈ ਗੱਲ ਕਰਨ ਨੂੰ ਹੈ ਨਹੀਂ ਸੀਗਾ ਅਤੇ ਉਹ ਹਾਲਾਤ ਮੈਂ ਉੱਥੋਂ ਦੇ ਇੱਥੇ ਨਹੀਂ ਦੱਸ ਸਕਦੀ ਸੀਗੀ। ਜਿੰਨੇ ਮੇਰੇ ਦੋਸਤ ਸੀਗੇ ਮੈਂ ਸਭ ਨੂੰ ਟਰਾਈ ਕੀਤਾ, ਕੋਈ ਕੰਮ 'ਤੇ ਸੀਗਾ, ਕੋਈ ਬਿਜ਼ੀ ਸੀਗਾ, ਕੋਈ ਕਿਤੇ ਸੀ, ਕੋਈ ਸਮਾਂ ਨਹੀਂ ਸੀ ਕਿਸੇ ਕੋਲ, ਟਾਈਮ ਨਹੀਂ ਸੀ ਮੇਰੀ ਗੱਲ ਸੁਣਨ ਦਾ। ਉਸ ਦਿਨ ਮੈਨੂੰ ਇੰਨਾ ਹੋਇਆ ਕਿ ਮੈਂ ਲੇਕ ਦੇ ਕਿਨਾਰੇ ਬੈਠੀ ਸੀ, ਮੈਂ ਉਹਦੇ 'ਚ ਛਾਲ ਮਾਰ ਜਾਂ, ਫਿਰ ਨਹੀਂ ਵੀ ਕਿਤੇ ਨਾ ਕਿਤੇ ਰੋ ਰੋ ਕੇ ਆਪਦੇ ਮਨ ਨੂੰ ਸਮਝਾਇਆ ਵੀ ਕੋਈ ਗੱਲ ਨਹੀਂ ਵੀ ਤੂੰ ਆਪ ਹੀ ਕਰਨਾ ਸਾਰਾ ਕੁਛ ਹੈ ਨਾ।
ਫਿਰ ਮੈਂ ਥੋੜੇ ਦਿਨਾਂ ਉਦੋਂ ਮੈਂ ਦੋ ਤਿੰਨ ਮਹੀਨੇ ਘਰੇ ਗੱਲ ਨਹੀਂ ਬੱਚੇ ਉੱਥੇ ਘਰੇ ਕਹਿੰਦੇ ਵੀ ਨੇ ਸਾਡਾ ਜੀਣ ਲੱਗਦਾ ਸੀ ਵਾਪਸ ਆਈਏ ਮਾਂ ਬਾਪ ਕਹਿੰਦੇ ਨਹੀਂ ਪੁੱਤ ਹੋਰ ਰਹਿ ਜਾਓ ਹੋਰ ਰਹਿ ਜਾਓ ਮੈਂ ਆਪ ਮਾਵਾਂ ਸੁਣੀਆਂ ਨੇ ਕੁੜੀਆਂ ਦੀਆਂ ਬੋਲਦੀਆਂ ਨਹੀਂ ਪੁੱਤ ਕੋਈ ਗੱਲ ਨਹੀਂ ਲੱਗ ਜੂਗਾ ਜੀ ਸਾਨੂੰ ਤੂੰ ਫੋਨ ਕਰ ਲਿਆ ਕਰ ਐਵੇਂ ਕਰਨ ਲੱਗ ਜਾਂਦੇ ਨੇ ਉਹ ਐਂ ਨਹੀਂ ਨਾ ਦੇਖਦੇ ਬੱਚਾ ਕਹਿ ਕਿਉਂ ਰਿਹਾ ਉਹਨੂੰ ਤਾਂ ਵੀ ਊਂ ਨਹੀਂ ਜੀ ਲੱਗਦਾ ਵੀ ਦੂਰ ਚਲਿਆ ਗਿਆ ਹੁਣ ਮਜਬੂਰੀ ਕੀ ਦੱਸਣ ਵੀ ਸਾਡਾ ਕਿਉਂ ਨਹੀਂ ਜੀ ਲੱਗਦਾ ਉਰੇ ਤੁਸੀਂ ਫਿਰ ਉਦੋਂ ਆਪਣੇ ਆਪ ਨੂੰ ਆਪਣੀ ਕਿਸਮਤ ਨੂੰ ਕੋਸਿਆ ਨਹੀਂ ਕਿ ਉਹ ਫੈਸਲਾ ਤੁਸੀਂ ਗਲਤ ਲਿਆ ਲੋਕਾਂ ਦੇ ਦਿਖਾਵੇ 'ਚ ਲਿਆ ਅਤੇ ਇਹ ਹਾਲਾਤ ਬਣ ਗਏ ਅੱਜ ਤੁਹਾਡੇ ਕੋਸੇ ਸੀਗਾ ਹੈ ਨਾ ਮੈਂ ਤਾਂ ਹਰ ਰੋਜ਼ ਇਹੀ ਸੋਚਦੀ ਸੀਗੀ ਮੈਂ ਗਲਤ ਸਟੈਪ ਚੱਕ ਲਿਆ ਵੀ ਕੈਨੇਡਾ ਵੀ ਕੀ ਆ ਕੁਛ ਵੀ ਨਹੀਂ ਸੀਗਾ ਹੈ ਨਾ ਵਧੀਆ ਮੈਂ ਗੇਮ ਕਰਦੀ ਸੀਗੀ ਇੱਥੇ ਹੈ ਨਾ ਵੀ ਮੈਂ ਬਾਸਕਟਬਾਲ ਦੀ ਨੈਸ਼ਨਲ ਪਲੇਅਰ ਸੀਗੀ ਹੈ ਨਾ ਅਤੇ ਇੱਥੇ ਮੇਰੀ ਕਿਸੇ ਮਤਲਬ ਕਿਸੇ ਵੀ ਕੋਟੇ ਦੇ ਵਿੱਚ ਭਰਤੀ ਹੋ ਜਾਂਦੀ ਤਾਂ ਆਪਦੇ ਘਰਦਿਆਂ ਦੇ ਲਵੇ ਰਹਿੰਦੀ ਐਟਲੀਸਟ ਮੇਰੇ ਕੋਲ ਗੱਲ ਕਰਨ ਨੂੰ ਬੰਦੇ ਹੁੰਦੇ ਉੱਥੇ ਤਾਂ ਆਪਾਂ ਨੂੰ ਗੱਲ ਕਰਨ ਨੂੰ ਕੰਧਾਂ ਨੇ ਕੰਧਾਂ ਨਾਲ ਗੱਲਾਂ ਕਰਦੇ ਹਾਂ ਆਪਾਂ ਉੱਥੇ ਹੈ ਨਾ ਮੈਂ ਆਉਣਾ ਕੰਮ ਤੋਂ ਆ ਕੇ ਸੌਂ ਜਾਣਾ ਹੈ ਨਾ ਅਤੇ ਉੱਠ ਕੇ ਫਿਰ ਕੰਮ 'ਤੇ ਚਲੇ ਜਾਣਾ ਕਈ ਵਾਰ ਤਾਂ ਸੌਣ ਦਾ ਟਾਈਮ ਹੀ ਨਹੀਂ ਲੱਗਦਾ ਸੀਗਾ ਦੋ ਦੋ ਤਿੰਨ ਤਿੰਨ ਦਿਨ ਸਿਰਫ ਇੱਕ ਇੱਕ ਘੰਟਾ ਸੌਂ ਕੇ ਫਿਰ ਕੰਮ 'ਤੇ ਚਲੇ ਜਾਂਦੇ ਕਿੰਨੇ ਕਿੰਨੇ ਘੰਟੇ ਤੁਸੀਂ ਕੰਮ ਕਰਦੇ ਰਹੇ ਉੱਥੇ ਮੈਂ ਮਤਲਬ ਪੀਕ ਤੋਂ ਪੀਕ ਮੈਂ 110 ਘੰਟੇ ਕੰਮ ਕੀਤਾ ਹਫ਼ਤੇ ਦੇ ਵਿੱਚ ਪੀਕ ਤੋਂ ਪੀਕ ਇੱਕ ਦਿਨ ਦੇ ਵਿੱਚ ਕਿੰਨੇ ਘੰਟੇ ਕੰਮ ਕਰਦੇ ਸੀ ਇੱਕ ਦਿਨ ਦੇ ਵਿੱਚ ਇਦਾਂ ਨਹੀਂ ਸੀਗਾ ਹਨਾ ਤਾਂ ਉਦੋਂ ਮੈਂ ਤਿੰਨ ਚਾਰ ਜਗ੍ਹਾ ਤੇ ਕੰਮ ਕਰਦੀ ਹੁੰਦੀ ਸੀਗੀ ਇੱਕ ਜਗ੍ਹਾ ਤੋਂ ਸ਼ਿਫਟ ਖਤਮ ਹੋਈ ਜਿਵੇਂ ਇੱਕ ਜਗ੍ਹਾ ਤੇ ਮੇਰੀ 8 ਘੰਟੇ ਦੀ ਸ਼ਿਫਟ ਸੀਗੀ ਉੱਥੋਂ ਖਤਮ ਹੋਈ ਨਾਲ ਦੀ ਨਾਲ ਉੱਥੇ ਸੀਗੀ ਮੇਰੀ ਜਿਵੇਂ 2 ਤੋਂ ਲੈ ਕੇ 10:30 ਵਜੇ ਤੱਕ 8.5 ਘੰਟੇ ਦੀ ਸ਼ਿਫਟ ਹੁੰਦੀ ਸੀ ਉਸ ਤੋਂ ਨਾਲ ਦੀ ਨਾਲ ਸ਼ਿਫਟ ਸ਼ੁਰੂ ਹੁੰਦੀ ਸੀ ਮੇਰੀ 11:15 ਤੋਂ ਲੈ ਕੇ ਸਵੇਰੇ 7:15 ਵਜੇ ਤੱਕ ਹੈ ਨਾ ਫਿਰ ਉੱਥੇ ਕੰਮ ਕਰਨਾ ਫਿਰ ਉੱਥੋਂ ਆ ਕੇ ਸੌਂ ਜਾਣਾ ਹੈ ਨਾ ਫਿਰ ਕਈ ਦਿਨ ਇੱਦਾਂ ਹੁੰਦਾ ਸੀਗਾ ਵੀ ਸੌਣ ਦਾ ਟਾਈਮ ਨਹੀਂ ਲੱਗਦਾ ਸੀਗਾ ਸਿੱਧਾ ਮੇਰੀ ਦੂਸਰੀ ਸ਼ਿਫਟ ਹੁੰਦੀ ਸੀਗੀ ਉੱਥੇ ਮੇਰੀ 8-9 ਘੰਟੇ ਦੀ ਸ਼ਿਫਟ ਹੁੰਦੀ ਸੀਗੀ ਹੈ ਨਾ ਵੀ ਲਗਾਤਾਰ 2-2 ਦਿਨ ਵੀ ਬੰਦਾ ਕੰਮ ਕਰੀ ਜਾਂਦਾ ਉੱਥੇ ਉੱਥੇ ਐਕਸਪ੍ਰੈਸ ਸ਼ਾਰਟ ਪੀ ਲਿਆ ਜਿਵੇਂ ਟਿਮ 'ਤੇ ਮਿਲਦਾ ਹੈ ਨਾ ਮਤਲਬ ਉਹ 'ਚ ਬਹੁਤ ਜ਼ਿਆਦਾ ਕੈਫੀਨ ਹੁੰਦੀ ਵੀ ਬੰਦੇ ਦੀ ਅੱਖਾਂ ਖੁੱਲੀਆਂ ਰੱਖਦਾ ਉਹ ਇੱਕ ਵਾਰ ਮੈਂ ਮਤਲਬ 32-33 ਘੰਟੇ ਜਾਗਦੀ ਰਹੀ ਹਾਂ ਉਹਦੇ ਵਿੱਚ ਦੀ ਮੈਂ ਸਿਰਫ ਮਤਲਬ 10-15 ਘੰਟਾ ਸੁੱਤੀ ਹੋਊਂਗੀ ਹੈ ਨਾ ਕੰਮ ਕਰਦੇ ਰਹੇ ਕੰਮ ਕਰਦੀ ਰਹੀ ਫੈਕਟਰੀ 'ਚ ਕੰਮ ਕਰਦੀ ਸੀਗੀ ਮੈਂ ਕਾਹਦੀ ਫੈਕਟਰੀ 'ਚ ਕੰਮ ਕਰ ਰਹੀ ਹਾਂ ਮੈਂ ਉੱਥੇ ਸੀਗੀ ਉਹ ਆਪਾਂ ਕਹਿੰਦੇ ਪਲਾਸਟਿਕ ਦੇ ਬੈਗ ਬਣਦੇ ਨੇ ਹੈ ਨਾ ਅਤੇ ਜਿਹੜੇ ਆਪਣੇ ਕਾਲੇ ਪੋਲੀਥੀਨ ਹੁੰਦੇ ਆ ਉਹਨਾਂ ਦੀ ਫੈਕਟਰੀ ਸੀਗੀ ਹੈ ਨਾ ਉਹਦੀ ਕਟਿੰਗ ਵਗੈਰਾ ਹੁੰਦੀ ਸੀਗੀ ਅਤੇ ਜਿਵੇਂ ਕਨਵੇਅਰ ਬੈਲਟਾਂ 'ਤੇ ਚੱਲਦੇ ਸਾਰੇ ਹੈ ਨਾ ਉਹ ਬਣ ਰਹੇ ਸੀਗੇ ਉਹਦੀ ਸਕਿੱਡ ਤਿਆਰ ਕਰਨੀ ਹੁੰਦੀ ਆਪਣੇ ਬੈਗ ਪੈਕ ਕਰ ਕਰਕੇ ਹੈ ਨਾ ਵੇਟ ਕਰ ਕਰਕੇ ਉੱਥੇ ਮੈਨੂੰ ਇੱਦਾਂ ਸੀ ਮੈਨੂੰ ਕੁਛ ਨਹੀਂ ਪਤਾ ਲੱਗ ਰਿਹਾ ਪਰ ਮੈਂ ਕੰਮ ਕਰ ਰਹੀ ਹਾਂ ਹੱਥ ਪੈਰ ਚੱਲ ਰਹੇ ਹਾਂ ਪਰ ਮੇਰਾ ਦਿਮਾਗ ਡੈੱਡ ਹੈ ਕਿਉਂਕਿ ਮੈਂ ਸੁੱਤੀ ਨਹੀਂ ਸੀਗੀ ਦਿਮਾਗ ਨੂੰ ਮੇਰੇ ਨੂੰ ਕੁਛ ਸੁੱਝ ਨਹੀਂ ਰਿਹਾ ਪਰ ਮੈਂ ਕੰਮ ਕਰ ਰਹੀ ਸੀਗੀ ਉੱਥੇ ਹੈ ਨਾ ਵੀ ਮੇਰਾ ਸਰੀਰ ਇਕੱਲਾ ਖੜਾ ਸੀਗਾ ਮੈਂ ਘਰੇ ਆਈ ਹੈ ਨਾ ਉਸ ਤੋਂ ਬਾਅਦ ਮੇਰੀ ਛੁੱਟੀ ਸੀਗੀ ਹੈ ਨਾ ਘਰੇ ਆਈ ਜਦੋਂ ਮੈਨੂੰ 33-34 ਘੰਟੇ ਹੋ ਗਏ ਫਿਰ ਬੱਚੋਂ ਟਰੈਵਲਿੰਗ ਦਾ ਲਾ ਕੇ ਮੇਰੇ 36-37 ਘੰਟੇ ਹੋ ਗਏ ਸੀ ਹੈ ਨਾ ਘਰੇ ਆ ਕੇ ਜਦੋਂ ਮੈਂ ਪਈ ਤਾਂ ਮੈਂ 15-16 ਘੰਟੇ ਹੀ ਨਹੀਂ ਹੈਗੀ ਇੰਨਾ ਸੁੱਤੀ ਹੈ ਨਾ ਵੀ ਵੀ ਇੱਕ ਟਾਈਮ 'ਤੇ ਬਹੁਤ ਔਖਾ ਹੋ ਜਾਂਦਾ ਹੈਗਾ ਵੀ ਇੰਨਾ ਜਾਗ ਜਾ ਕੇ ਕੰਮ ਕਰਨਾ ਪਰ ਮਜਬੂਰੀ ਹੁੰਦੀ ਆ ਆਪਣੀ ਕਿਉਂਕਿ ਜੇ ਆਪਾਂ ਇੱਕ ਦਿਨ ਵੀ ਸ਼ਿਫਟ ਛੱਡਤੇ ਅਗਲੇ ਦਿਨ ਉਹਨਾਂ ਨੇ ਆਪਣੀ ਸ਼ਿਫਟ ਨਹੀਂ ਦੇਣੀ ਹੈਗੀ ਆਪਣਾ ਤਾਂ ਵੀ ਜਿੱਥੇ ਕੰਮ ਮਿਲਿਆ ਹੋਇਆ ਵੀ ਆਪਾਂ ਨੂੰ ਉੱਥੇ ਮਿਲਿਆ ਰਹੇ ਵੀ ਆਪਣੀ ਜਗ੍ਹਾ ਕੋਈ ਹੋਰ ਨਾ ਲੈ ਜੇ ਅੱਛਾ ਉੱਥੇ ਐਜੂਕੇਸ਼ਨ ਸਿਸਟਮ ਬਾਰੇ ਦੱਸਿਓ ਮੈਨੂੰ ਮਾੜਾ ਜਿਹਾ ਕਈ ਮਾਪੇ ਇਹ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਨਹੀਂ ਪੜ੍ਹਾਉਣਾ ਜਿਹੜੇ ਇੱਥੋਂ ਦੇ ਪੰਜਾਬੀ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬ ਹੀ ਪੜ੍ਹਾਵਾਂਗੇ ਕਿਉਂਕਿ ਇੱਥੋਂ ਦੀ ਐਜੂਕੇਸ਼ਨ ਵਧੀਆ ਉੱਥੇ ਤੁਹਾਨੂੰ ਸਕੂਲਾਂ ਦੇ ਵਿੱਚ ਇਹ ਤਾਂ ਤੱਕ ਦੱਸਿਆ ਜਾਂਦਾ ਵੀ ਤੁਸੀਂ ਪੇਪਰ ਬਣਾਉਣਾ ਕਿਵੇਂ ਉਹਨੂੰ ਲਾਉਣਾ ਕਿਵੇਂ ਉਹਦੀ ਕਿੰਨੀ ਕੁਆਂਟਿਟੀ ਲੈਣੀ ਹੈ ਅੱਛਾ ਜਿਵੇਂ ਹੁਣ ਆਪਾਂ ਇੱਥੇ ਇੰਜੈਕਟ ਕਰਦੇ ਆ ਜਾਂ ਕੁਛ ਵੀ ਹੈ ਨਾ ਹੁਣ ਡਰੱਗਸ ਨੇਗੀਆਂ ਹੈ ਨਾ ਅਤੇ ਉਹਨਾਂ ਨੂੰ ਉੱਥੇ ਉਹਨੂੰ ਸਿਖਾਇਆ ਜਾਂਦਾ ਵੀ ਪ੍ਰੋਪਰ ਇੰਨੀ ਕੁਆਂਟਿਟੀ 'ਚ ਲਾਉਣਾ ਇੰਨੀ ਕੁਆਂਟਿਟੀ 'ਚ ਤੁਸੀਂ ਲਾਓਗੇ ਮਤਲਬ ਉਹ ਦੱਸ ਤਾਂ ਐਵੇਂ ਰਹੇ ਨੇ ਵੀ ਜੇ ਇਦੋਂ ਵੱਧ ਕੁਆਂਟਿਟੀ ਲਾਈ ਤੁਸੀਂ ਮਰ ਜਾਓਗੇ ਪਰ ਉਹਦੇ ਵੇ ਨਾ ਸਿਖਾ ਤਾਂ ਰਹੀ ਨੇ ਨਾ ਉਹ ਵੀ ਨਸ਼ਾ ਆਪਾਂ ਇੱਦਾਂ ਕਰਨਾ ਆ ਅੱਛਾ ਕਿਉਂਕਿ ਹੁਣ ਆਪਣਾ ਮਾਇੰਡ ਆ ਉਹ ਕੋਈ ਵੀ ਸਹੀ ਚੀਜ਼ ਨੂੰ ਬਾਅਦ 'ਚ ਫੜੂਗਾ ਨੈਗੇਟਿਵ ਨੂੰ ਪਹਿਲਾਂ ਫੜੂਗਾ ਹੁਣ ਆਪਾਂ ਉਹ ਆਪਾਂ ਨੂੰ ਸਿਖਾ ਰਹੇ ਆ ਹੈ ਨਾ ਵੀ ਤੁਸੀਂ ਕਿਵੇਂ ਲਾਉਣਾ ਕੀ ਕਰਨਾ ਹੈ ਨਾ ਉਹ ਸਿਖਾ ਰਹੇ ਇਸ ਵੇ ਨਾਲ ਵੀ ਆਪਾਂ ਨੂੰ ਇਹ ਪਤਾ ਲੱਗੇ ਵੀ ਕਿੰਨੀ ਕੁਆਂਟਿਟੀ ਦੇ ਵਿੱਚ ਲਾਉਣਾ ਜੇ ਤੁਸੀਂ ਕਰਨਾ ਵੀ ਆ ਹੈ ਨਾ ਅਤੇ ਉਹ ਚੱਕਰ ਦੇ ਵਿੱਚ ਬੱਚੇ ਸਿੱਖਦੇ ਇਹ ਨੇ ਕਿ ਵੀ ਲਾਉਣਾ ਕਿਵੇਂ ਲਾਉਣਾ ਕਿਵੇਂ ਤੁਸੀਂ ਦੱਸ ਦਿਓ ਵੀ
ਤੁਸੀਂ ਇੱਕ ਧੀ ਦੇ ਮਾਂ ਹੋ ਹਨਾ, ਸਾਰੀਆਂ ਧੀਆਂ ਤੁਹਾਡੇ ਲਈ ਇੱਕ ਸਾਰ ਨੇ ਹਨਾ, ਚਾਹੇ ਲੋਕਾਂ ਦੀਆਂ ਨੇ ਜਿਵੇਂ ਵੀ ਆ, ਪਰ ਤੁਸੀਂ ਇਹ ਕੌੜੀ ਸੱਚਾਈ ਵੀ ਦੱਸਦੇ ਹੋ ਵੀ ਉੱਥੇ ਕਈ ਕੁੜੀਆਂ ਤੁਸੀਂ ਇਹੋ ਜਿਹੀਆਂ ਵੀ ਦੇਖੀਆਂ ਵੀ ਜਦੋਂ ਉਹਨਾਂ ਤੋਂ ਆਪਣੇ ਜਾਂ ਆਪਣੇ ਘਰਦਿਆਂ ਦੇ ਖਰਚੇ ਨਹੀਂ ਪੂਰੇ ਹੋਏ ਤਾਂ ਉੱਥੇ ਉਹਨਾਂ ਨੇ ਦੋ ਤਿੰਨ ਮੁੰਡਿਆਂ ਨਾਲ ਜਾਂ ਉਸ ਤੋਂ ਜ਼ਿਆਦਾ ਨਾਲ ਰਿਲੇਸ਼ਨ ਬਣਾਏ ਹਨਾ, ਰਿਲੇਸ਼ਨਸ਼ਿਪ ਚਾਹੇ ਉਹਨਾਂ ਨੇ ਕਿਵੇਂ ਬਣਾਏ, ਕੰਮ ਮਿਲਦਾ ਨਹੀਂ ਹੈਗਾ ਉੱਥੇ। ਹੁਣ ਜਿਹਨੂੰ ਤਾਂ ਕੰਮ ਮਿਲ ਗਿਆ ਉਹ ਤਾਂ ਠੀਕ ਹੈ, ਜਿਹਨੂੰ ਜਿਹੜੀ ਕੁੜੀ ਨੂੰ ਕੰਮ ਨਹੀਂ ਮਿਲਿਆ ਉਹ ਹੁਣ ਮੁੰਡੇ, ਤੁਹਾਨੂੰ ਪਤਾ ਹੀ ਹੈ ਸੋਸ਼ਲ ਮੀਡੀਆ 'ਤੇ ਕੁੜੀਆਂ ਵੀਡੀਓ ਵੀ ਪਾਉਂਦੀਆਂ ਨੇ, ਹੋਰ ਵੀ ਕਰਦੀਆਂ ਨੇ, ਉੱਧਰ ਤਾਂ ਨਾਲੇ ਲੀਗਲ ਆ ਸਾਰਾ ਕੁਛ ਹੈ ਨਾ, ਉੱਧਰ ਤਾਂ ਹੈਗਾ, ਉੱਧਰ ਤਾਂ ਕੋਈ ਐਂ ਵੀ ਨੰਬਰ ਫੜ ਲਿਆ ਆਪਣੇ ਤਾਂ ਇੱਧਰ ਲੜਨ ਲੱਗ ਜਾਂਦੇ ਨੇ ਵੀ ਇੱਧਰ ਗੱਲ ਨਹੀਂ ਕਰਨੀ ਉਹ ਨਹੀਂ, ਉੱਧਰ ਤਾਂ ਉਹ ਕਹਿੰਦੇ ਨੇ ਵੀ ਪੈਸੇ ਦਿਓ ਅਤੇ ਚੱਲੋ ਨਾਲ, ਠੀਕ ਹੈ ਨਾ। ਇੱਕ ਕੁੜੀ ਚਾਰ ਚਾਰ ਮੁੰਡਿਆਂ ਨਾਲ ਗੱਲ ਕਰਦੀ ਹੈ ਜਿਹਨੂੰ ਕੰਮ ਨਹੀਂ ਮਿਲਦਾ, ਠੀਕ ਹੈ ਨਾ, ਫਿਰ ਉਹ ਖਰਚੇ ਵੀ ਕੱਢਦੀ ਹੈ ਆਪਦੇ, ਉਹ ਆਪਦੇ ਘਰ ਵੀ ਭੇਜਦੀ ਹੈ, ਪਰ ਘਰਦੇ ਉਹਨੂੰ ਮੋੜ ਕੇ ਨਹੀਂ ਪੁੱਛਦੇ ਵੀ ਤੇਰੀ ਕਿਤੇ ਜੋਬ ਤਾਂ ਲੱਗੀ ਨੂੰ ਤੂੰ ਪੈਸਾ ਤੋਰਦੀ ਕਿੱਥੋਂ, ਇਹ ਕਮਾਈ ਕਿੱਥੋਂ। ਹਾਂ ਆਪਾਂ ਆਪਾਂ ਇੰਡੀਆ 'ਚ ਬੇਟੀ ਨੂੰ ਪੁੱਛਦੇ ਹਾਂ ਵੀ ਤੇਰੇ ਕੋਲ ਪੈਸੇ ਆਏ ਕਿੱਥੋਂ, ਬਿਲਕੁਲ। ਬੰਦਾ ਵੀ ਜਨਾਨੀ ਨੂੰ ਪੁੱਛਦਾ ਵੀ ਤੇਰੀ ਜੇਬ 'ਚ ਪੈਸੇ ਆਏ, ਬੰਦਾ ਕਮਾਉਂਦਾ ਬੰਦਾ ਲੈ ਕੇ ਆਉਂਦਾ, ਉੱਥੇ ਆਪਾਂ ਬੇਟੀ ਨੂੰ ਕੰਮ ਲਈ ਤੋਰ ਰਹੇ ਹਾਂ, ਬੇਟੀ ਤੋਂ ਆਪਾਂ ਪੈਸੇ ਮੰਗਾ ਰਹੇ ਵੀ ਤੂੰ ਕਮਾਉਂਦੀ ਕਿਉਂ ਨਹੀਂ, ਬੇਟੀ ਨੇ ਇਹ ਵੀ ਪੁੱਛਿਆ ਵੀ ਤੂੰ ਕਰਦੀ ਕੀ ਆ ਉੱਥੇ, ਬਿਲਕੁਲ। ਕੋਈ ਸਰਕਾਰੀ ਜੋਬ ਤਾਂ ਉਹਦੀ ਲੱਗੀ ਨਹੀਂ ਜਾਂਦੀ ਦੀ ਵੀ ਇੰਨਾ ਇੰਨਾ ਪੈਸਾ ਆਉਣ ਲੱਗ ਗਿਆ ਉਹਦੇ ਕੋਲੇ, ਠੀਕ ਹੈ ਨਾ। ਫਿਰ ਬੱਚੇ ਕਹਿੰਦੇ ਨੇ ਵੀ ਸਾਡੀ ਨੀਡ ਵੀ ਆ, ਸਾਡੀ ਮਜਬੂਰੀ ਵੀ ਆ, ਸਾਡੇ ਸ਼ੌਂਕ ਵੀ ਨੇ, ਇੱਧਰ ਇੰਡੀਆ ਆ ਨਹੀਂ ਸਕਦੀਆਂ ਆਪਦੇ ਫਰੈਂਡਾਂ ਕੋਲੇ ਵਾਪਸ, ਹੈ ਨਾ, ਫਿਰ ਉੱਧਰੋਂ ਨਵੇਂ ਨਵੇਂ ਫਰੈਂਡ ਬਣਾਉਂਦੀਆਂ ਨੇ, ਠੀਕ ਹੈ ਨਾ। ਇਹ ਬਹੁਤ ਵਾਜਬ ਗੱਲ ਆ ਤੁਹਾਡੀ ਕਿ ਬੱਚੇ ਨੂੰ ਸਵਾਲ ਕਰਨਾ ਚਾਹੀਦਾ ਹੈ ਨਾ, ਕਿਹੜਾ ਕੰਮ ਵੀ ਬੱਚੇ ਨੂੰ ਸਵਾਲ ਕਰਨਾ ਚਾਹੀਦਾ ਹੈ ਵੀ ਉਹਨੂੰ ਬਸ ਫੀਸ ਤੱਕ ਜੇ ਤੁਸੀਂ ਭਰਦੇ ਵੀ ਉਹਦੀ ਫੀਸ ਭਰੋ, ਪੜ੍ਹਾਓ ਤੇ ਉਹਨੂੰ ਵਾਪਸ ਲਿਆਓ, ਉੱਥੇ PR ਹੋਣ ਦੇ ਚੱਕਰਾਂ 'ਚ ਨਾ ਪਾਓ, ਬੱਚੇ ਨੂੰ ਉੱਥੇ ਛੱਡੋ ਨਾ, ਥੋੜੇ ਇਕੱਲਾ ਬੱਚਾ ਉਹਨੂੰ ਜਮੀ ਨਾ ਭੇਜੋ। ਅੱਛਾ, ਜਿਵੇਂ ਤੁਸੀਂ ਮੈਨੂੰ ਦੱਸਿਆ ਕਿ ਤੁਹਾਡੇ ਤੋਂ ਗਲਤੀ ਹੋ ਗਈ, ਤੁਸੀਂ ਆਪਣੀ ਧੀ ਉੱਥੇ ਭੇਜਤੀ, ਅੱਜ ਕੱਲ੍ਹ ਦੇ ਮਾਪੇ ਤਾਂ ਇਹ ਕਹਿੰਦੇ ਆ ਚੌੜੇ ਹੋ ਕੇ ਵੀ ਸਾਡਾ ਬੱਚਾ ਤਾਂ ਕੈਨੇਡਾ ਜੀ, ਅਸੀਂ ਤਾਂ ਕੈਨੇਡਾ ਭੇਜਣਾ, ਹਾਲੇ 10ਵੀਂ 12ਵੀਂ ਵਾਲੇ ਬੱਚੇ ਨੇ ਉਹਨਾਂ ਦੇ ਦਿਮਾਗ 'ਚ ਵੀ ਇਹ ਫਿੱਟ ਕੀਤਾ ਹੋਇਆ ਵੀ ਤੂੰ ਕੈਨੇਡਾ। ਇਹਨੂੰ ਇਹ ਗੱਲ ਕਹਿੰਦੀ ਹੁੰਦੀ ਸੀ ਵੀ ਤੂੰ ਗੇਮ ਕਰਦੀ ਆ, ਠੀਕ ਹੈ ਨਾ, ਵੀ ਤੂੰ ਭਰਤੀ ਹੋ ਜਾਏਗੀ ਕੋਈ ਗੱਲ ਨਹੀਂ, ਭਰਤੀ ਨਹੀਂ ਹੋਏਗੀ ਆਪਾਂ ਵਧੀਆ ਕੰਮ ਆਪਣਾ ਬੁਟੀਕ ਦਾ ਵੀ ਆਪਣੇ ਘਰੇ ਵੀ ਚੱਲ ਸਾਰਾ ਕੁਛ ਹੈਗਾ ਰੱਬ ਦਾ ਦਿੱਤਾ। ਇਹ ਭੂਤ ਸਵਾਰ ਸੀ ਇਹਦੇ 'ਤੇ ਵੀ ਹੈਗਾ ਸੀਗਾ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ, ਹੈ ਨਾ, ਵੀ ਹੁਣ ਮਾਂ ਬਾਪ ਤਾਂ ਹੁਣ ਤੁਹਾਨੂੰ ਪਤਾ ਵੀ ਲੰਘਣਾ ਕਰ ਨਹੀਂ ਸਕਦਾ ਬੱਚੇ ਦੀ, ਕਈ ਬੱਚੇ ਵੀ ਮਾਂ ਬਾਪ ਨੂੰ ਇਹ ਕਰਦੇ ਨੇ, ਪ੍ਰੈਸ਼ਰਾਈਜ਼ ਕਰਦੇ ਨੇ ਵੀ ਸਾਨੂੰ ਤਾਂ ਬਾਹਰ ਭੇਜੋ, ਸਾਨੂੰ ਆਹ ਕਰੋ। ਅੱਗੇ ਹੁੰਦਾ ਸੀ ਵੀ ਆਪਾਂ ਮਾਂ ਬਾਪ ਦੇ ਕਹਿਣੇ 'ਚ ਸੀਗੇ, ਹੁਣ ਆਪਣਾ ਉਲਟ ਹੋ ਗਿਆ ਵੀ ਆਪਾਂ ਨੂੰ ਆਪਾਂ ਇਹਨਾਂ ਨੂੰ ਨਹੀਂ ਜੰਮਿਆ, ਇਹਨਾਂ ਨੇ ਆਪਾਂ ਨੂੰ ਜੰਮਿਆ ਹੋਇਆ ਵੀ ਇਹਨਾਂ ਦੇ ਹਿਸਾਬ ਨਾਲ ਜ਼ਿੰਦਗੀ ਚੱਲੂਗੀ ਆਪਣੀ। ਮਾਂ ਬਾਪ ਵੀ ਮਜਬੂਰ ਹੋ ਜਾਂਦਾ ਪੈਸਾ ਲਾਉਣ 'ਤੇ ਵੀ ਕਰਜ਼ਾ ਚੱਕਣ 'ਤੇ ਵੀ, ਹੁਣ ਇਹਨਾਂ ਨੂੰ ਤਾਂ ਕੁਛ ਨਹੀਂ ਪਤਾ ਬੱਚੇ ਨੇ ਵੀ ਇਹਨਾਂ ਨੇ ਕਿੱਥੋਂ ਕਰਜ਼ਾ ਚੱਕਿਆ ਕਿੱਥੋਂ ਮੋੜਿਆ, ਜਿਹਦੇ ਤਾਂ 15-20 ਕਿੱਲੇ ਹੈਗੇ ਨੇ ਉਹਨਾਂ ਲਈ ਤਾਂ ਕੁਛ ਵੀ ਨਹੀਂ ਹੈਗਾ, ਜਿਹਦੇ ਮੇਰੇ ਵਰਗਿਆਂ ਦੇ ਵਿਚਾਰਿਆਂ ਦੇ ਕੁਛ ਵੀ ਨਹੀਂ ਹੈਗਾ, ਜਿਹਨੇ ਉਹੀ ਕਮਾਉਣਾ ਉਹੀ ਖਾਣਾ, ਉਹਦੇ ਲਈ ਤਾਂ ਬਹੁਤ ਵੱਡੀ ਚੀਜ਼ ਆ। ਇਕੱਲੇ ਬੱਚੇ ਨੂੰ ਭੇਜਣਾ ਚਾਹੀਦਾ ਉੱਥੇ? ਨਹੀਂ ਭੇਜਣਾ ਚਾਹੀਦਾ ਨਾ ਮੁੰਡੇ ਨੂੰ ਨਾ ਕੁੜੀ ਨੂੰ। ਮੈਂ ਮੁੰਡਿਆਂ ਲਈ ਵੀ ਕਹਿੰਦੀ ਹਾਂ ਵੀ ਮੁੰਡਿਆਂ ਲਈ ਵੀ ਸਹੀ ਨਹੀਂ ਹੈਗਾ ਇਹ, ਮੁੰਡੇ ਜਿਹੜੇ ਹੁਣ ਅੱਤ ਮਚਾ ਰਹੇ ਨੇ ਵੀ ਸਾਡਾ ਵਰਕ 'ਤੇ ਬਣ ਜਾਏ, ਸਾਡਾ ਐਂ ਬਣ ਜਾਏ, ਛੇਤੀ ਕੈਨੇਡਾ ਜਾਣਾ ਜਾਣਾ ਜਾਣਾ, ਉੱਥੇ ਕੀ ਕਰਦੇ ਨੇ ਵਿਚਾਰੇ? ਰੋਡਾਂ 'ਤੇ ਕੰਮ ਕਰਦੇ ਨੇ, ਦਿਹਾੜੀਆਂ ਕਰਦੇ ਨੇ, ਕੰਮ ਤਾਂ ਉੱਥੇ ਕੋਈ ਵੀ ਪੱਕਾ, ਇੱਥੇ ਦਿਹਾੜੀ ਕਰਦਿਆਂ ਨੂੰ ਸ਼ਰਮ ਆਉਂਦੀ ਆ, ਇੱਥੇ ਕਹਿੰਦੇ ਵੀ ਕੋਈ ਭਾਂਡਾ ਚੱਕ ਕੇ ਬਣਾ ਦੇ, ਕਹਿੰਦੇ ਸਾਨੂੰ ਫਲਾਣੇ ਦੇ ਸਾਹਮਣੇ ਕਹਿ ਕੇ ਉਹ ਦਿੱਤਾ ਤੁਸੀਂ ਨੇ। ਹੁਣ ਮੇਰਾ ਹੀ ਬੇਟਾ ਲਾ ਲਓ, ਜੇ ਹੁਣ ਉਹਨਾਂ ਨੂੰ ਕਹਾਂ ਵੀ ਬੱਬੂ ਤੂੰ ਆਪ ਚਾਹ ਬਣਾ ਲਾ, ਕਹੂ ਕਿਸ ਦੇ ਸਾਹਮਣੇ ਕਿਉਂ ਕਿਹਾ ਮੈਨੂੰ? ਉੱਥੇ ਜਾ ਕੇ ਸਾਰਾ ਕੁਛ ਕਰਦੇ ਨੇ, ਨਾਲੇ ਪੈਸਾ ਆਪਣਾ ਬਰਬਾਦੀ, ਸਰੀਰ ਖਰਾਬ, ਨਾਲੇ ਕੁਛ ਬਣਨਾ ਨਹੀਂ ਕਰਨਾ ਨਹੀਂ, ਕਾਹਦੇ ਚੱਕਰ 'ਚ PR ਦੇ ਚੱਕਰ 'ਚ। ਸਹੀ ਗੱਲ ਵੀ ਹੁਣ ਜੇ ਲਾ ਲਓ ਸਵੇਰੇ ਮੈਂ ਉਹਨੂੰ ਕਹਿੰਦੀ ਹਾਂ ਬੱਬੂ ਵੀ ਸੁਨੇਹਾ ਉੱਠ ਖੜਾ, ਇਹਨਾਂ ਦਾ ਟਾਈਮ ਆ 12-1 ਵਜੇ ਦਾ ਉੱਠਣ ਦਾ, ਠੀਕ ਹੈ ਨਾ, ਇਹਨਾਂ ਨੇ 12 ਉਹ ਹੁਣ ਕੈਨੇਡਾ ਜਾ ਕੇ ਕਰੂਗਾ, ਕਹਿੰਦਾ ਮੈਨੂੰ ਕੈਨੇਡਾ ਭੇਜੋ ਕੈਨੇਡਾ ਭੇਜੋ, ਕੈਨੇਡਾ ਵਗ ਜੂਗਾ ਉਰੇ ਤਾਂ ਉੱਠਦਾ ਨਹੀਂ 12 ਵਜੇ ਤੱਕ ਉਹ। ਤੁਹਾਡਾ ਬੇਟਾ? ਹਾਂ ਬੇਟਾ, ਠੀਕ ਹੈ, ਆਖੇ ਨਹੀਂ ਲੱਗਦਾ, ਫਿਰ ਨਹਾਉਂਦੇ ਨਹੀਂ ਹੈਗੇ, ਉੱਥੇ ਜਾ ਕੇ ਕਰਨਗੇ ਕੀ ਉਹ?
ਹੁਣ ਇੱਥੇ ਇਹ ਤਾਂ ਹੈਗਾ ਵੀ ਮਾਂ ਬਾਪ ਦੇ ਕੋਲੇ ਆ, ਆਪਾਂ ਨੂੰ ਮੈਨੂੰ ਪਤਾ ਵੀ ਇਹਨਾਂ ਨੇ ਕੋਈ ਸੁੱਖ ਨਹੀਂ ਦੇਣਾ, ਜਿੱਥੇ ਤੱਕ ਆਪਣੀ ਪਨੀਰੀ ਸੀਗੀ ਆਪਾਂ ਮਾਂ ਬਾਪ ਦੇ ਹਜੇ ਵੀ ਕਹਿਣੇ 'ਚ ਹਾਂ, ਹਜੇ ਵੀ ਆਪਾਂ ਨੂੰ ਸ਼ਰਮ ਆਉਂਦੀ ਆ ਵੀ ਮੇਰੇ ਮਾਂ ਬਾਪ ਨੇ ਆਪਾਂ 4 ਵਜੇ ਉੱਠੀਏ, ਆਪਾਂ 6 ਵਜੇ ਉੱਠੀਏ। ਜਿਹੜੇ ਹੁਣ ਦੇ ਜਵਾਕ ਨੇ ਉਹ ਕਹਿੰਦੇ ਵੀ ਸਾਨੂੰ ਉਠਾਓ ਨਾ, ਵੀ ਗੁਨਾਹ ਕਰਤਾ ਜੀ ਸਾਨੂੰ ਆਵਾਜ਼ ਮਾਰਤੀ। ਕੈਨੇਡਾ ਕਹਿੰਦੇ ਅਸੀਂ ਜਾ ਕੇ ਬਹੁਤ ਵੱਡਾ ਉਹ ਕਰ ਦਾਂਗੇ, ਬਿਜ਼ਨਸ ਤੋਰਨਗੇ, ਉੱਥੇ ਜਾ ਕੇ ਫੈਕਟਰੀਆਂ ਲਾਉਣਗੇ। ਇਹ ਗੱਲ ਤਾਂ ਇਹ ਆ ਵੀ ਜੇ ਕਰਨੀ ਹੈ ਤੁਸੀਂ ਕੁਛ ਕਰਨਾ ਹੀ ਆ, ਉਰੇ ਤੁਹਾਨੂੰ ਰੋਟੀ ਤਾਂ ਮਿਲਦੀ ਹੈ, ਪਾਣੀ ਮਿਲਦਾ, ਸਾਰਾ ਕੁਛ ਮਿਲਦਾ ਤੁਹਾਨੂੰ ਬੈਠਿਆਂ ਨੂੰ, ਬੈੱਡ 'ਤੇ ਚਾਹ ਆਉਂਦੀ ਹੈ, ਉੱਥੇ ਤੁਸੀਂ ਲੋਕਾਂ ਦੇ ਮੇਜ਼ ਸਾਫ਼ ਕਰਦੇ ਹੋ, ਗੁਲਾਮੀ ਕਰਨੀ ਹੋਈ ਆ ਉਹ ਤੁਹਾਨੂੰ। ਉਦੋਂ ਆਪਣੀ ਧੀ 'ਤੇ ਗੁੱਸਾ ਵੀ ਆਇਆ ਜਦੋਂ ਤੁਸੀਂ ਇਹਨੂੰ? ਗੁੱਸਾ ਵੀ ਮੈਂ ਬੁਲਾਈ ਵੀ ਨਹੀਂ ਸਾਲ ਭਰ। ਅੱਛਾ, ਮੈਂ ਸਾਲ ਭਰ ਇਹ ਬੁਲਾਈ ਵੀ ਨਹੀਂ। ਕਿਉਂ? ਵੈਸੇ ਹੀ ਬਸ ਵੀ ਹੁਣ ਇੰਨਾ ਜ਼ਿਆਦਾ ਕਰਜ਼ਾ ਚੜ੍ਹਾ ਕੇ ਗਈਆਂ, ਜੇ ਤੈਨੂੰ ਕੁਛ ਕਹਿੰਦੇ ਆ ਤਾਂ ਤੂੰ ਕਹਿੰਦੀ ਇੱਥੇ ਕਿਹੜਾ ਝੜਾਉਣ ਲੱਗਦੇ ਨੇ, ਕਹਿੰਦੀ ਰਹੀ ਹੈ। ਮੈਂ ਕਿਹਾ ਮੈਨੂੰ ਮੋਬਾਈਲ ਭੇਜ ਦੇ, ਕਹਿੰਦਾ ਹੱਸਦੀ ਨੇ ਕਹਿਤਾ ਮੈਂ ਬੱਬੂ ਛੇੜੀ ਇਹਨੂੰ, ਮੈਂ ਕਹਿੰਦੇ ਮੋਬਾਈਲ ਭੇਜ ਦੂੰ, ਕਹਿੰਦੀ ਮੰਮੀ ਉਰੇ ਕਿਹੜਾ ਝੜਾਉਣ ਨਾਲ ਲੱਗਦੇ ਨੇ ਮੋਬਾਈਲ, ਕਹੀਂ ਤੂੰ ਆ ਜਾ ਤੈਨੂੰ ਪਤਾ ਲੱਗ ਜੂਗਾ। ਅੱਛਾ, ਨਹੀਂ ਤੁਸੀਂ ਦੱਸ ਦਿਓ ਵੀ ਜਦੋਂ ਤੁਸੀਂ ਇਹਨੂੰ ਕੂੜਾ ਚੱਕਦੀ ਨੂੰ ਦੇਖਿਆ, ਤੁਸੀਂ ਉਦੋਂ ਵੀ ਇਹਨੂੰ ਕਾਫੀ ਕੁਛ ਕਿਹਾ? ਹਾਂ, ਮੈਂ ਕਿਹਾ ਇਹਨੂੰ ਵੀ ਇੱਥੇ ਤਾਂ ਤੂੰ ਪਾਣੀ ਦਾ ਗਲਾਸ ਨਹੀਂ ਚੱਕਦੀ, ਆਹ ਕਹਿੰਦੀ ਇਹ ਕੰਮ ਆ ਸਾਡਾ, ਵੀ ਉਰੇ ਚੱਕ ਲਓ ਕੂੜਾ, ਉਰੇ ਬਥੇਰੇ ਪੈਸੇ ਬਣਦੇ ਨੇ। ਫਿਰ ਜੇ ਸ਼ਰਮ, ਇੱਥੇ ਸ਼ਰਮ ਹੈ, ਸ਼ਰਮ ਕਰਕੇ ਆਪਾਂ ਕੁਛ ਕਰ ਨਹੀਂ ਸਕਦੇ। ਤੁਸੀਂ ਦੇਖ ਲਓ ਵੀ ਆਪਾਂ ਉਰੇ ਬਈਏ ਆ ਕੇ ਉਰੇ ਕਾਮਯਾਬ ਹੋ ਗਏ ਨਾ, ਉਹ ਰੇੜੀਆਂ ਲਾਉਂਦੇ ਨੇ, ਆਪਣੇ ਨਾਲ ਮੂਹਰੇ ਨੇ, 2-3 ਹਜ਼ਾਰ ਦਿਹਾੜੀ ਦਾ ਪਾਉਂਦੇ ਨੇ, ਆਪਣਾ ਜੱਟ ਜ਼ਿਮੀਂਦਾਰ ਦਿਹਾੜੀ ਕਰਨ ਨਹੀਂ ਜਾ ਸਕਦਾ। ਸ਼ਰਮ ਮਹਿਸੂਸ ਹੁੰਦੀ ਆ ਆਪਾਂ ਨੂੰ ਦਿਹਾੜੀ ਕਰਦਿਆਂ ਨੂੰ, ਜਿੰਨੇ ਕੰਮ ਕਰ ਰਹੇ ਨੇ ਬਾਹਰਲੇ ਲੋਕ ਕਰ ਰਹੇ ਨੇ, ਆਪਣੇ ਖੇਤਾਂ 'ਚ ਵੀ, ਆਪਣੇ ਅੱਗੇ ਆਪਦੇ, ਆਪਣੇ ਸੀਰੀ ਪਾਲੀ ਕੀ ਲਾ ਲਓ, ਕੋਈ ਵੀ ਲਾ ਲਓ, ਰੁਜ਼ਗਾਰ ਆਪਣੇ ਪੰਜਾਬ 'ਚ ਆਪਣਿਆਂ ਨੂੰ ਹੀ ਮਿਲਦਾ ਸੀਗਾ। ਹੁਣ ਆਪਣੇ ਤਾਂ ਸ਼ਰਮ ਕਰਦੇ ਨੇ ਚੀਜ਼ ਨੂੰ, ਡੀਸੀ ਬਣੇ ਬੈਠੇ ਨੇ, ਚਲੋ ਜੀ LCD ਲਾ ਲਈ, ਕੰਪਿਊਟਰ ਚਲਾ ਲਿਆ, ਮੋਬਾਈਲ ਲਾ ਲਿਆ, ਆਹ ਦੇਖ ਲਿਆ, ਆਹ ਦੇਖ ਲਿਆ, ਇਸਟਾ 'ਤੇ ਰੀਲਾਂ ਬਣਾ ਲਈਆਂ, ਠੀਕ ਆ ਵੀ ਮੈਂ ਤਕੜੇ ਘਰ ਦਾ ਮੁੰਡਾ, ਕੁੜੀ ਕਹਿੰਦੀ ਮੈਂ ਤਕੜੇ ਘਰ ਦੀ, ਆਹ ਕੁਛ ਰਹਿ ਗਿਆ। ਅੱਛਾ, ਆਉਣ ਵਾਲਾ ਭਵਿੱਖ ਕੀ ਦੇਖਦੇ ਹੋ ਤੁਸੀਂ, ਤੁਹਾਡੀ ਆਪਣੀ ਬੇਟੀ ਵੀ ਬਾਹਰ? ਮੈਂ ਤਾਂ ਕਹਿੰਦੀ ਹਾਂ ਵੀ ਜਿਹੜਾ ਉਰੇ ਤੱਕ ਦਾ ਸਮਾਂ ਸੀ ਠੀਕ ਸੀ, ਵੀ ਜੇ ਸਰਕਾਰਾਂ ਉਰੀ ਬੱਚਿਆਂ ਨੂੰ ਨੌਕਰੀਆਂ ਦੇਣ, ਸਹੂਲਤਾਂ ਹੋਣ, ਲੋਕ ਜ਼ਮੀਨਾਂ ਨਾ ਵੇਚਣ, ਆਪਦੀ ਖੇਤੀ ਕਰਨ, ਖਾਣ ਪਹਿਲਾਂ ਵਾਂਗੂ ਰਹਿਣ, ਬਾਹਰ ਦਾ ਖਾਣ ਪੀਣ ਬੰਦ ਕਰਨ, ਠੀਕ ਹੈ, ਸਾਰਾ ਸਰਕਲ ਸੈੱਟ ਹੋ ਜੇ। ਅੱਛਾ, ਇੱਕ ਸਵਾਲ ਮੇਰਾ, ਇੱਥੇ ਸਾਡੇ ਬੱਚੀ ਹੁੰਦੀ ਆ, ਸਾਡੇ ਪਿੰਡਾਂ ਦੇ ਵਿੱਚ ਇਹ ਹੁੰਦਾ ਕਿ ਉਹਨੇ ਅੱਡੇ 'ਤੇ ਵੀ ਜਾਣਾ, ਜਾਂ ਉਹਨੂੰ ਸਕੂਲ ਦੀ ਬੱਸ ਵੀ ਆ, ਚਾਹੇ 10ਵੀਂ 'ਚ ਹੋਊਗੀ, ਉਹ 12ਵੀਂ 'ਚ ਹੋਊਗੀ, ਇੱਕ ਘਰ ਦਾ ਜੀ ਛੱਡ ਕੇ ਆਉਂਦਾ ਉੱਥੇ, ਹੈ ਨਾ? ਤੁਸੀਂ ਮੇਰੀ ਗੱਲ ਸੁਣੋ, ਮੈਂ ਤੁਹਾਡੀ ਗੱਲ ਕੱਟਦੀ ਹਾਂ। ਇੱਥੇ ਆਪਾਂ ਰਾਖੀ ਕਰਦੇ ਮਰ ਜਾਂਦੇ ਬੱਚੇ ਦੀ, ਬਿਲਕੁਲ, ਵੀ ਕੁੜੀ ਮੁਟਿਆਰ ਹੋ ਗਈ ਜੀ, ਇਹ ਇੱਧਰ ਫੋਨ ਨਾ ਰੱਖੇ, ਇੱਧਰ ਨਾ ਜਾਵੇ, ਕੁੜੀਏ ਸਿਰ ਤੋਂ ਚੁੰਨੀ ਨਹੀਂ ਲਾਉਣੀ, ਕੁੜੀਏ ਤੂੰ ਪੈਂਟ ਸ਼ਰਟ ਨਹੀਂ ਪਾਉਣੀ। ਮੈਂ ਕਹਿੰਦੀ ਜਦੋਂ ਬਾਹਰ ਤੋਂ ਤਾਂ ਜਮੀ ਆਜ਼ਾਦ ਹੋ ਜਾਂਦੀ ਆ, ਉੱਥੇ ਜਾ ਕੇ ਵੀ ਉਹਨੂੰ ਪੁੱਛਣ ਵੀ ਤੂੰ ਕੀ ਲੱਛਣ ਕਰਦੀ ਆ, ਉੱਥੇ ਕੌਣ ਰਾਖੀ ਕਰਦਾ? ਉੱਥੇ ਕੋਈ ਵੀ ਨਹੀਂ ਰਾਖੀ ਕਰਦਾ, ਉੱਥੇ ਕੌਣ ਪੁੱਛਦਾ ਤੁਹਾਡੀਆਂ ਕੁੜੀਆਂ ਨੂੰ? ਮੁੰਡਿਆਂ ਨਾਲ ਵੀ ਕੰਮ ਕਰਨਾ, ਉਹਨਾਂ ਨੇ ਰਾਤ ਨੂੰ ਵੀ ਆਉਣਾ, ਦਿਨ ਨੂੰ ਵੀ ਆਉਣਾ, ਉਦੋਂ ਕਿਉਂ ਨਹੀਂ ਮਾਂ ਬਾਪ ਪੁੱਛਦੇ ਵੀ ਤੁਸੀਂ ਕੀ ਕਰਦੀ ਹੋ? ਬਿਲਕੁਲ, ਆਪਾਂ ਨੇ ਆਪਦਾ ਕਲਚਰ ਆਪ ਖਰਾਬ ਕਰਿਆ ਹੋਇਆ, ਆਪਾਂ ਨੇ ਆਪਦੇ ਬੱਚੇ ਆਪ ਖਰਾਬ ਕਰੇ ਨੇ, ਕਿਸੇ ਦੇ ਵਿੱਚ ਕੋਈ ਗਲਤੀ ਨਹੀਂ ਹੈਗੀ, ਆਪਾਂ ਆਪਦੇ ਬੱਚੇ ਨੂੰ ਆਪ ਸ਼ਹਿ ਦਿੰਦੇ। ਤੁਸੀਂ ਹੁਣ ਆਪਣੇ ਬੱਚਿਆਂ ਨੂੰ ਸਮਝਾਓਗੇ ਕਿ? ਮੈਂ ਤਾਂ ਸਮਝਾ ਰਹੀ ਹਾਂ, ਮੈਂ ਤਾਂ ਕਹਿ ਰਹੀ ਹਾਂ ਆਪਦੇ ਬੇਟੇ ਨੂੰ, ਕਹਿ ਰਹੀ ਆਪਾਂ ਜ਼ਮੀਨ ਹੋਰ ਲੈ ਲੈਂਦੇ, ਆਪਾਂ ਖੇਤੀ ਕਰਦੇ ਹਾਂ ਵਧੀਆ, ਖੇਤ 'ਚ ਹੀ ਘਰ ਪਾਉਂਦੇ, ਆਪਾਂ ਨੂੰ ਲੋੜ ਕੀ ਹੈ ਬਾਹਰ ਜਾਣ ਦੀ? ਬੇਟੀ ਨੂੰ ਵੀ ਬਾਹਰੋਂ ਸੱਦ ਲਊਂਗੀ? ਹਾਂ, ਬੇਟੀ ਨੂੰ ਤਾਂ ਹੁਣ ਮੈਂ ਕਹੀ ਦਿੱਤਾ ਵੀ ਤੂੰ ਆਪਦਾ ਜਿਹੜਾ ਹੈਗਾ ਉਹਦੇ ਨਿਬੇੜਿਆ, ਜਿਹੜਾ ਤੇਰਾ ਗੱਡੀ ਗੁੱਡੀ ਦਾ ਵੀ ਉੱਥੇ ਕੋਈ ਲੋੜ ਨਹੀਂ, ਉਰੇ ਆ ਕੇ ਆਪਦੀ ਬੁਟੀਕ ਖੋਲ, ਵਧੀਆ, ਸਵੇਰੇ ਜਾਏਗੀ ਸ਼ਾਮ ਨੂੰ ਆਪਦੇ ਘਰੇ ਤਾਂ ਹੈਗੀ, ਰੋਟੀ ਤਾਂ ਪੱਕੀ ਮਿਲੂਗੀ। ਹੁਣ ਮੰਨੋਗੇ ਆਪਦੀ ਮੰਮੀ ਦੀ ਗੱਲ? ਤਾਂ ਮੈਂ ਤਾਂ ਕਹਿ ਰਹੀ ਹਾਂ ਬਸ, ਮੇਰੇ ਤਾਂ ਜਿਹੜੇ 2-4 ਕੰਮ ਆ ਉਹ ਨਿਬੇੜ ਕੇ ਆ ਜੂੰਗੀ, ਸਾਰੇ ਆਪਦੇ ਅਕਾਊਂਟ ਅਕੂੰਟ ਕਲੋਜ਼ ਕਰਕੇ ਫਿਰ ਪੰਜਾਬ ਆ ਜੂੰਗੀ। ਇੰਡੀਆ ਵਰਗੀ ਮੌਜ ਨਹੀਂ ਹੈਗੀ, ਤੁਸੀਂ ਵੀ ਜਾਓ, ਮੈਂ ਕਹਿੰਦੀ ਸਾਰਿਆਂ ਦਾ ਬੀਜਾ ਆਵੇ, ਸਾਰਿਆਂ ਨੂੰ ਪਤਾ ਲੱਗੇ, ਸਾਰੇ ਹੀ ਦੱਸਣ, ਮੈਂ ਕਹਿੰਦੀ ਸੁੱਖਾਂ ਸੁੱਖਦੀਆਂ, ਪਰਮਾਤਮਾ ਸਭ ਦਾ ਬੀਜਾ ਆਵੇ ਜਿਹੜੇ ਕਹਿੰਦੇ ਨੇ ਅਸੀਂ ਬਾਹਰ ਜਾਣਾ। ਅੱਛਾ, ਇਹ ਇੰਟਰਵਿਊ ਚੱਲੂਗਾ ਆਪਣੀ, ਤੇ ਇਹ ਇੰਟਰਵਿਊ ਦੇ ਥੱਲੇ ਕੁਛ ਕੁ ਲੋਕ ਇਹੋ ਜਿਹੇ ਹੋਣਗੇ ਜਿਹੜੇ ਕਹਿਣਗੇ ਕਿ ਤੁਸੀਂ ਨਿਖੇਧੀ ਕਰ ਰਹੇ ਹੋ ਕੈਨੇਡਾ ਦੀ, ਹੈ ਨਾ, ਕੈਨੇਡਾ 'ਚ ਇਹੋ ਜਿਹੇ ਹਾਲਾਤ ਹੈ ਨਹੀਂ ਗੇ, ਖਾਸ ਕਰਕੇ ਉੱਧਰਲਿਆਂ ਨੂੰ ਅਸਲੀਅਤ ਪਤਾ, ਜਿਹੜੇ ਸਾਡੇ ਵਰਗੇ ਭਰਾ ਇੱਥੇ ਜਿਹੜੇ ਨਹੀਂ ਗਏ
ਉਹ ਵੀ ਸਵਾਲ ਕਰਦੇ ਆ ਵੀ ਤੁਸੀਂ ਆਪ ਜਾ ਰਹੇ ਹੋ ਤੇ ਆਪਦੀ ਧੀ ਉੱਥੇ ਭੇਜਤੀ ਤੁਹਾਨੂੰ ਇੱਥੇ ਬੈਠੇ ਨੂੰ ਮੈਂ ਧੀ ਵਾਪਸੀ ਤੇ ਬੁਲਾ ਰੱਖੀ ਹੈ ਇਸੇ ਕਰਕੇ ਹੀ ਬੁਲਾਈ ਹੈ ਵੀ ਤੂੰ ਵਾਪਸ ਆ ਜਾ ਹੁਣ ਇਹ ਤਾਂ ਵਾਪਸ ਬਿਲਕੁਲ ਆ ਗਈ ਸੀ ਉੱਥੇ ਜਾਣਾ ਹੀ ਨਹੀਂ ਸੀ ਇਹਨੇ ਇਹਦਾ ਕੋਈ ਗੱਡੀ ਐਕਸੀਡੈਂਟ ਹੋ ਗਈ ਸੀ ਉਹਦਾ ਸਾਰਾ ਕਾਗਜ਼ ਪੱਤਰ ਪਿਆ ਉਹਨੂੰ ਕਲੋਜ਼ ਕਰਦੇ ਉਹਨੂੰ ਸਾਰੇ ਕਾਸੇ ਨਹੀਂ ਲੋਕ ਕਈ ਵਿਰੋਧ ਕਰਨਗੇ ਵਿਰੋਧ ਕਰਨਗੇ ਜਿਹੜੇ ਹੁਣ ਸਹੀ ਨੇ ਉੱਧਰ ਜਿਨ੍ਹਾਂ ਨੂੰ ਕਮਾਈ ਹੈਗੀ ਆ ਜਾਂ ਕੰਮ ਕਰਦੇ ਨੇ ਉਹ ਤਾਂ ਵਿਰੋਧ ਕਰਨਗੇ ਨਹੀਂ ਜਿਹੜੇ ਇੱਥੇ ਵੀ ਬੈਠੇ ਆ ਇੱਥੇ ਬੈਠੇ ਤਾਂ ਪਤਾ ਨਹੀਂ ਨਾ ਜਦੋਂ ਬਾਹਰ ਜਾਣਗੇ ਉਹਨਾਂ ਉਦੋਂ ਪਤਾ ਲੱਗੂ ਉੱਥੇ ਹੈ ਕੀ ਹਾਲਾਤ ਕੀ ਨੇ ਕਈ ਇਹ ਵੀ ਹੁੰਦੇ ਆ ਵੀ ਕਈ ਆਪ ਜਾਣਾ ਚਾਹੁੰਦੇ ਹੁੰਦੇ ਉਹ ਕਹਿੰਦੇ ਆ ਵੀ ਸਾਨੂੰ ਤੁਸੀਂ ਜਾਣ ਤੋਂ ਰੋਕ ਦਿਓ ਉਹ ਜਾਣ ਤੋਂ ਕੋਈ ਨਹੀਂ ਰੋਕਦਾ ਆਪਾਂ ਦੇਖੋ ਉਹਨਾਂ ਦੀ ਜ਼ਮੀਨ ਨਹੀਂ ਸਾਂਭਣੀ ਆਪਾਂ ਉਹਨਾਂ ਦਾ ਵਿਚਾਰਾਂ ਦਾ ਪੈਸਾ ਨਹੀਂ ਖਾਣਾ ਕੋਈ ਹੈ ਨਾ ਮੈਨੂੰ ਉਹਨਾਂ ਨਾਲ ਕੋਈ ਮਤਬਲ ਨਹੀਂ ਹੈਗਾ ਮੈਂ ਕਿਹੜਾ ਕੋਈ ਦੁਨੀਆਦਾਰੀ ਨਾਲ ਜਲਸੀ ਕਰਦੀ ਹਾਂ ਵੀ ਜਾਂ ਮੈਂ ਹੀ ਉਹਨਾਂ ਨੂੰ ਦੱਸਣ ਵਾਲੀ ਹਾਂ ਹੁਣ ਬਥੇਰੇ ਲੋਕ ਮਜਬੂਰ ਵੀ ਨੇ ਜਿਹੜੇ ਦੱਸਦੇ ਹੀ ਨਹੀਂ ਹੈਗੇ ਹੁਣ ਮੇਰੇ ਮਨ 'ਚ ਆਈ ਮੈਂ ਦੱਸਤੀ ਗੱਲ ਜੋ ਮੇਰੇ ਨਾਲ ਬੀਤੀ ਮੈਂ ਦੱਸਤੀ ਤੁਹਾਨੂੰ ਹੈ ਨਾ ਇਹਨੂੰ ਲੋਕ ਚੰਗਾ ਸਮਝਣ ਮਾੜਾ ਸਮਝਣ ਹੁਣ ਲੋਕ ਤਾਂ ਰਾਜੇ ਰਾਮਾਂ ਨੂੰ ਵੀ ਨਹੀਂ ਛੱਡਦੇ ਹੈਗੇ ਕਮੈਂਟ ਤਾਂ ਲੋਕ ਕਰਨਗੇ ਹੈ ਨਾ ਹੁਣ ਜਿਹਦੇ ਲਈ ਚੰਗਾ ਕੈਨੇਡਾ ਚੰਗਾ ਜਿਹਦੇ ਲਈ ਮਾੜਾ ਮਾੜਾ ਮੈਂ ਤਾਂ ਬੱਚਿਆਂ ਦੀ ਗੱਲ ਦੱਸ ਰਹੀ ਹਾਂ ਵੀ ਬੱਚੇ ਮਜਬੂਰ ਨੇ ਉੱਥੇ ਵੀ ਨਾ ਤੋਰੋ ਨਾ ਤੋਰੋ ਕੋਈ ਭਵਿੱਖ ਨਹੀਂ ਹੈਗਾ ਜੇ ਤੁਹਾਡੇ ਬੱਚੇ ਭਾਈ ਤੋਰ ਰਹੇ ਨੇ ਤੁਹਾਨੂੰ ਕਾਮਯਾਬ ਕਰ ਰਹੇ ਨੇ ਤਾਂ ਵਧੀਆ ਗੱਲ ਹੈ ਤੁਹਾਡਾ ਤਜਰਬਾ ਮਾੜਾ ਰਿਹਾ ਮੇਰਾ ਮਾੜਾ ਰਿਹਾ ਮੈਂ ਤਾਂ ਉਹਦੀ ਬੇਟੀ ਨੂੰ ਵੀ ਕਹਿ ਰਹੀ ਹਾਂ ਵੀ ਉੱਥੇ ਵਾਪਸ ਨਾ ਜਾ ਕੁਛ ਨਹੀਂ ਹੈਗਾ ਉੱਥੇ ਮੇਰੀਆਂ ਭੈਣਾਂ ਹਾਲਾਂਕਿ ਕਹਿ ਰਹੀਆਂ ਨੇ ਸਾਰੇ ਕਹਿ ਰਹੇ ਨੇ ਤਾਂ ਡੈਡੀ ਵੀ ਕਹਿ ਰਿਹਾ ਵੀ ਤੂੰ ਪੀਆਰ ਲੈ ਲਾ ਪੀਆਰ ਲੈ ਲਾ ਪੀਆਰ ਲੈ ਕੇ ਕਰਨੀ ਕੀ ਆ ਜਿਹੜਾ ਕੁਛ ਆਪਣੇ ਉਰੇ ਹੈਗਾ ਸਾਰਾ ਆਪਾਂ ਕਾਰਾਂ ਕੋਠੀਆਂ ਬਣਾਉਣ ਜਾਂਦੇ ਹਾਂ ਉੱਥੇ ਪੈਸਾ ਆਪਣੇ ਕੋਲ ਕੋਠੀ ਵੀ ਹੈਗੀ ਹੈ ਗੱਡੀ ਵੀ ਹੈਗੀ ਹੈ ਰੋਟੀ ਵੀ ਹੈਗੀ ਹੈ ਖਾਣ ਨੂੰ ਜ਼ਮੀਨ ਵੀ ਹੈਗੀ ਹੈ ਹੋਰ ਆਪਾਂ ਬਣਾਉਣਾ ਕੀ ਹੈ ਬਾਹਰ ਜਾ ਕੇ ਜੇ ਬਾਹਰ ਜਾ ਕੇ ਮਜ਼ਬੂਰੀ 'ਚ ਸਾਰਾ ਕੁਛ ਕਰਨਾ ਪੈ ਗਿਆ ਫਿਰ ਇਹੋ ਜਿਹੀ ਮਜ਼ਬੂਰੀ ਆਪਾਂ ਧੀ ਦੀ ਕਮਾਈ ਥੋੜ੍ਹੂ ਖਾਵਾਂਗੇ ਆਪਣੇ ਥੋੜ੍ਹੂ ਇਹ ਚੀਜ਼ ਅਲਾਓ ਕਰਦੀ ਹੈ ਵੀ ਆਪਾਂ ਧੀ ਤੋਂ ਕਮਾ ਕੇ ਉੱਧਰੋਂ ਇੱਧਰ ਕੋਠੀਆਂ ਪਾਵਾਂਗੇ ਇੱਥੇ ਤਾਂ ਲੋਕ ਕੁੜੀਆਂ ਨੂੰ ਦਿੰਦੇ ਨੇਗੇ ਲੈਂਦੇ ਥੋੜ੍ਹੂ ਨੇਗੇ ਇੱਕ ਇਹ ਵੀ ਗੱਲ ਵੀ ਆ ਚਲੋ ਬੱਚਾ ਮਚਿਓਰ ਹੋਵੇ ਉਹਨੂੰ ਭੇਜ ਦੇਣਾ ਚਾਹੀਦਾ ਉਹ ਹਾਲਾਤ ਨਾਲ ਲੜ ਜਾਂਦਾ ਪਰ ਸਾਡੇ ਇਹ ਦੌੜ ਹੈ ਕੋਈ 10ਵੀਂ ਕਰ ਲਈ 12ਵੀਂ ਕਰ ਲਈ ਚਲੋ ਨਾ ਨਾ 10ਵੀਂ 12ਵੀਂ ਤੋਂ ਬਾਅਦ ਬੱਚੇ ਨੂੰ ਕੁਝ ਨਹੀਂ ਪਤਾ ਹੁੰਦਾ ਹਾਂ ਉਹ ਪੜਿਆ ਲਿਖਿਆ ਇੱਥੋਂ ਕੋਈ ਉੱਥੇ ਜਾ ਕੇ ਉਹਨੂੰ ਨੌਕਰੀ ਮਿਲ ਗਈ ਕੋਈ ਜੌਬ ਮਿਲ ਗਈ ਪੱਕੀ ਵਧੀਆ ਨੇ ਉਹ ਚੱਲ ਦੋਨੇ ਮੀਆਂ ਬੀਬੀ ਜਾਂਦੇ ਨੇ ਉਹ ਵੀ ਠੀਕ ਨੇ ਆਪਦੇ ਹਾਲਾਤ ਠੀਕ ਆ ਪਰ ਹੁਣ ਆਪਾਂ ਇਕੱਲੀ ਬੇਟੀ ਨੂੰ ਤੋਰ ਦਿੰਦੇ ਹਾਂ ਉੱਥੇ ਬੱਚੇ ਨੂੰ ਤੋਰ ਦਿੰਦੇ ਹਾਂ ਇਕੱਲੇ ਨੂੰ ਕਈ ਵਾਰੀ ਮਜਬੂਰੀ 'ਚੋਂ ਨਹੀਂ ਦੱਸਦੇ ਬੱਚੇ ਬਸ ਇੱਕ ਸ਼ੌਂਕ ਬਣ ਗਏ ਛੋਟੇ ਬੱਚਿਆਂ ਦੇ ਉੱਧਰ ਫੋਟੋਆਂ ਖਿੱਚਣੀਆਂ ਪਾਉਣੀਆਂ ਕਹਿੰਦੇ ਨੇ ਐਸ ਬਰਸਤੀ ਆ ਘਰੇ ਬੰਦਸ਼ਾਂ ਨੇ ਉਰੇ ਅੱਧੇ ਬੱਚੇ ਤਾਂ ਇਹ ਵੀ ਬੈਠੇ ਨੇ ਉੱਥੇ ਵੀ ਉਰੇ ਐਸ ਬਰਸਤੀ ਨਹੀਂ ਮਿਲਣੀ ਹੈਗੀ ਸਾਨੂੰ ਉੱਥੇ ਆਪਦੀ ਮਰਜ਼ੀ ਕਰਦੇ ਨੇ ਮਾਂ ਬਾਪ ਨੂੰ ਪਤਾ ਨਹੀਂ ਲੱਗਦਾ ਅੱਖਾਂ ਤੋਂ ਪਰੇ ਜੱਗ ਮਰੇ ਠੀਕ ਹੈ ਨਾ ਵੀ ਹੁਣ ਐਂ ਤਾਂ ਸਵਾਲ ਤਾਂ ਲੋਕ ਕਰਨਗੇ ਹੁਣ ਜਿਹੜੇ ਪਹਿਲਾਂ ਦੇ ਗਏ ਉੱਥੇ ਫਿਰ ਮੇਰੇ ਨਾਲ ਫਲਾਈਟ 'ਚ ਖੁਦ ਕੈਨੇਡਾ ਤੋਂ ਬਹੁਤ ਜਾਣੇ ਛੱਡ ਕੇ ਆਏ ਨੇ ਵੀ ਅਸੀਂ ਤਾਂ ਇੰਡੀਆ ਹੀ ਚੱਲੇ ਹਾਂ ਬੱਚੇ ਬੁੱਚਿਆਂ ਨੂੰ ਲੈ ਕੇ ਆ ਗਏ ਮੇਰੇ ਨਾਲ ਇੱਕ ਇਹ ਤੁਹਾਡਾ ਸਾਰੀ ਇੰਟਰਵਿਊ 'ਚ ਗੱਲ ਮੈਨੂੰ ਬਹੁਤ ਵਧੀਆ ਲੱਗੀ ਕਿ ਆਪਣੇ ਬੱਚੇ ਨੂੰ ਸਵਾਲ ਕਰੋ ਕਿ ਤੂੰ ਉੱਥੇ ਕੀ ਕੰਮ ਕਰਦਾ ਇਹ ਕਮਾਈ ਜਿਹੜੀ ਆਈ ਹੈ ਕਿਹੜੇ ਕੰਮ ਤੋਂ ਆਈ ਹੈ ਹਨਾ ਕਿਹੜੇ ਕੰਮ ਤੋਂ ਇਹ ਕਿੱਥੇ ਕੰਮ ਕਰਦਾ ਪਤਾ ਕਰੋ ਉਹਦਾ ਬੱਚੇ ਦਾ ਬਿਲਕੁਲ ਤੇ ਬੱਚੇ ਦਾ ਇਹ ਵੀ ਪਤਾ ਕਰੋ ਵੀ ਰੋਟੀ ਖਾਂਦਾ ਇਹ ਕੰਮ ਤੇ ਲੱਗਿਆ ਹੋਇਆ ਇਹਨੂੰ ਮਿਲਦਾ ਕੰਮ ਆਸਾਨੀ ਨਾਲ ਵੀ ਜਾਂ ਅਸੀਂ ਇਹਨੂੰ ਕੰਪੈਲ ਕਰੀ ਜਾਂਦੇ ਹਾਂ ਬੱਚੇ ਨੂੰ ਹਨਾ ਆਪਾਂ ਇਧਰੋਂ ਕੰਪੈਲ ਕਰੀ ਜਾਂ ਮੈਂ ਤਾਂ ਹੁਣ ਬੇਟੀ ਕੋਲ ਗਈ ਹਾਂ ਮੈਨੂੰ ਪਤਾ ਪ੍ਰੈਸ਼ਰ ਨਹੀਂ ਪਾਉਣਾ ਚਾਹੀਦਾ ਬੱਚੇ ਤੇ ਪ੍ਰੈਸ਼ਰ ਕਦੇ ਨਹੀਂ ਪਾਉਣਾ ਚਾਹੀਦਾ ਕਿਉਂਕਿ ਬੱਚਾ ਉੱਧਰ ਇੱਥੇ ਤਾਂ ਆਪਣੇ ਇੰਡੀਆ 'ਚ ਤਾਂ ਆਪਾਂ ਕਿਸੇ ਦੀ ਮਦਦ ਵੀ ਕਰ ਉੱਧਰ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਕੋਈ ਨਹੀਂ ਆਉਂਦਾ ਆਪਣਾ ਪੰਜਾਬੀ ਵੀ ਅਗਲਾ ਕਹਿੰਦਾ ਵੀ ਮੈਂ ਆਥਣ ਦੀ ਆਥਣ ਕਮਾ ਕੇ ਖਾਣਾ ਗਾ ਉਹੀ ਕਮਾਉਣਾ ਉਹੀ ਖਾਣਾ ਆਪਣੇ ਤਾਂ ਇੱਕ ਜਣਾ ਕਮਾਉਂਦਾ ਸਾਰਾ ਟੱਬਰ ਖਾਂਦਾ ਉੱਥੇ ਜੇ ਸਾਰੇ ਕਮਾਉਣਗੇ ਸਾਰੇ ਕਹਿਣਗੇ ਤਾਂ ਘਰ ਚੱਲੂਗਾ ਜੇ ਆਪਾਂ ਇੱਕ ਦਿਨ ਵਿਹਲੇ ਰਹਿ ਗਏ ਤਾਂ ਉੱਥੇ ਕੋਈ ਕੰਮ ਨਹੀਂ ਹੈਗਾ ਬੰਦਾ ਫੇਲ ਆ ਬਿਲਕੁਲ ਕਿਉਂਕਿ ਉੱਥੇ ਘਰ ਆਪਾਂ ਨਹੀਂ ਲੈ ਸਕਦੇ ਕੁਛ ਹੋਰ ਆਪਾਂ ਨਹੀਂ ਲੈ ਸਕਦੇ ਉੱਥੋਂ ਤੁਸੀਂ ਦੱਸਦੇ ਹੋ ਵੀ ਉਹ ਮਿੱਠੀ ਜੇਲ੍ਹ ਹੈ ਇੱਕ ਜਾਂਦੇ ਸਾਰ ਉੱਥੇ ਫੋਨ ਲੈ ਲਿਆ ਕਿਸ਼ਤਾਂ 'ਤੇ ਗੱਡੀ ਲੈ ਲਈ ਕਿਸ਼ਤਾਂ 'ਤੇ ਘਰ ਲੈ ਲਿਆ ਕਿਸ਼ਤਾਂ 'ਤੇ ਅਤੇ ਉਹ ਕਿਸ਼ਤਾਂ ਦੇ 'ਚ ਘੁੰਮਣ ਘੇਰੀ ਦੇ ਵਿੱਚ ਹੀ ਬੰਦਾ ਸਾਰੀ ਉਮਰ ਸਾਰੀ ਜ਼ਿੰਦਗੀ ਉਹੀ ਹੈ ਉੱਥੇ ਬੰਦਾ ਕ੍ਰੈਡਿਟ ਕਾਰਡ ਦਾ ਬਿੱਲ ਭਰਦਾ ਹੀ ਮਰ ਜਾਂਦਾ
ਉਹ ਲਿਮਿਟ ਹੁੰਦੀ ਹੈ 1000 ਦੀ, ਆਪਾਂ ਖਰਚ ਕਰ ਦਿੰਦੇ ਹਾਂ ਕਿਹੜੇ ਵੇਲੇ, ਆਪਾਂ ਨੂੰ ਇਹੀ ਨਹੀਂ ਪਤਾ ਲੱਗਦਾ ਵੀ ਆਪਾਂ ਕਦੋਂ ਖਰਚ ਕਰਤੇ। ਨਹੀਂ ਜਦੋਂ ਆਪਾਂ ਬੇਟੀ ਦੀ ਮੈਰਿਜ ਕਰਤੀ ਨਾ, ਉਹਨੂੰ ਹਸਬੈਂਡ ਨੂੰ ਨਾਲ ਹੀ ਜਾਣਾ ਚਾਹੀਦਾ ਉਹਦੀ। ਅਸਲੀ ਗੱਲ ਤਾਂ ਇਹ ਹੈ ਵੀ ਹਸਬੈਂਡ ਨੂੰ ਨਾਲ ਹੀ ਜਾਣਾ, ਸਰਕਾਰ ਨੂੰ ਵੀ ਵੀਜ਼ਾ ਨਾਲ ਹੀ ਦੇਣਾ ਚਾਹੀਦਾ, ਇਕੱਲੀਆਂ ਕੁੜੀਆਂ ਤੋਰਨ ਦਾ ਕੋਈ ਕੰਮ ਨਹੀਂ ਹੈਗਾ ਉੱਥੇ। ਹਾਂਜੀ ਹਾਂ, ਮਤਲਬ ਉੱਥੇ ਆਪਾਂ ਜਾਂਦੇ ਹਾਂ, ਆਪਾਂ ਨੂੰ ਇੱਦਾਂ ਹੁੰਦਾ ਵੀ ਆਪਾਂ ਵੀ ਉੱਥੇ ਚੱਲ ਆਪਣੇ ਤੋਂ ਇਹ ਚੀਜ਼ ਨਹੀਂ ਹੋਈ ਹੈਗੀ, ਹੈ ਨਾ ਵੀ ਆਪਾਂ ਜਾਣ ਸਾਰ ਪਹਿਲਾਂ ਤਾਂ ਫੋਨ ਲੈ ਲੈਂਦੇ ਹਾਂ, ਫੋਨ ਕਿਹੜਾ ਆਪਾਂ ਕੈਸ਼ 'ਤੇ ਬਾਏ ਕਰਦੇ ਹਾਂ, ਹੈ ਨਾ, ਉਹ ਵੀ ਆਪਾਂ ਕਿਸ਼ਤਾਂ 'ਤੇ ਕਰਦੇ ਹਾਂ, ਹੈ ਨਾ, ਕਿਸ਼ਤਾਂ ਫਿਰ ਆਪਾਂ ਨੂੰ ਹਰ ਮਹੀਨੇ ਉਹਦਾ ਪੇ ਕਰਨਾ ਪੈਂਦਾ ਹੈਗਾ, ਹੈ ਨਾ, ਫਿਰ ਆਪਾਂ ਫੋਨ ਲੈ ਲਿਆ, ਆਪਣਾ ਸਿਬਲ ਵਧੀਆ ਬਣ ਜਾਂਦਾ, ਆਪਾਂ ਨੂੰ ਐਂ ਹੁੰਦਾ ਵੀ ਚੱਲ ਆਪਾਂ ਗੱਡੀ ਵੀ ਕਢਾ ਲਈਏ, ਹੈ ਨਾ, ਫਿਰ ਬੰਦਾ ਗੱਡੀ ਵੀ ਲੈ ਲੈਂਦਾ, ਫਿਰ ਐਂ ਹੁੰਦਾ ਵੀ ਚੱਲ ਵੀ ਮੇਰੇ ਕੋਲ ਮੈਕਬੁੱਕ ਨਹੀਂ ਹੈਗਾ ਵੀ ਆਹ ਵੀ ਲੈ ਲਈਏ, ਫਿਰ ਐਪਲ ਵਾਚ ਨਹੀਂ ਹੈਗੀ ਆਹ ਵੀ ਸਾਰਾ ਸੈੱਟ ਜਿਹਾ ਪੂਰਾ ਕਰ ਲਈਏ, ਏਅਰਪੋਰਟ ਵੀ ਲੈ ਲਈਏ, ਹੈ ਨਾ, ਵੀ ਉਹ ਬੰਦਾ ਸਾਰੀਆਂ ਚੀਜ਼ਾਂ ਕਿਸ਼ਤਾਂ 'ਤੇ ਲੈ ਲੈਂਦਾ, ਫਿਰ ਉਹ ਉੱਥੋਂ ਆਊਗਾ ਕਿਵੇਂ, ਕਿਉਂਕਿ ਕਿਸ਼ਤਾਂ ਤਾਂ ਉਹਦੀ 2-2.5 ਸਾਲ ਚੱਲਣੀਆਂ ਨੇ, ਗੱਡੀ ਦੀ ਕਿਸ਼ਤ 6 ਸਾਲ ਚੱਲਣੀ ਹੈ, ਗੱਡੀਆਂ ਕਿਹੜਾ ਅਸੀਂ ਵਿਕ ਜਾਂਦੀਆਂ ਨੇ, ਜੇ ਗੱਡੀ ਆਪਾਂ ਲੈ ਵੀ ਲਈ ਅੱਜ ਅਤੇ ਆਪਾਂ ਵੇਚਣੀ ਹੈ ਤਾਂ ਉਹਦੀ ਵੈਲਿਊ ਘਟੂਗੀ, ਉਹ ਵੱਧਦੀ ਥੋੜ੍ਹੀ ਹੈ, ਫਿਰ ਉਹ ਚੀਜ਼ਾਂ ਨੂੰ ਕੰਪਲੀਟ ਕਰਨ ਦੇ ਚੱਕਰ 'ਚ ਬੰਦਾ ਘਿਰ ਕੇ ਉੱਥੇ ਰਹਿੰਦਾ, ਇੰਨੇ ਟਾਈਮ 'ਚ ਉਹ ਬੰਦਾ ਉਹ ਮਾਹੌਲ ਦੇ ਵਿੱਚ ਢਲ ਜਾਂਦਾ। ਇੱਥੇ ਤਾਂ ਆਪਾਂ ਨੇ ਜੇ ਬਿਸਕੁਟ ਵੀ ਲੈਣ ਜਾਂਦੇ ਸੀਗੇ ਤਾਂ ਮਾਂ ਬਾਪ ਤੋਂ 1 ਰੁਪਿਆ ਲੜ ਕੇ ਲੈਣਾ ਪੈਂਦਾ ਸੀ, ਜਦੋਂ ਆਪਾਂ ਬੱਚਾ ਆਪਦੇ ਤੋਂ ਦੂਰ ਕਰਤਾ ਉਹ ਕਰੋੜਾਂ ਦੀ ਚੀਜ਼ ਖਰੀਦਦਾ ਉੱਥੇ ਜਾ ਕੇ, ਤਾਂ ਮੈਂਟਲੀ ਤੌਰ 'ਤੇ ਤਾਂ ਆਪੇ ਅਪਸੈਟ ਹੋਇਆ, ਉਹ ਖਰਚੇ ਤਾਂ ਇਹਨਾਂ ਨੇ ਆਪ ਵਧਾ ਲਏ ਉੱਥੇ ਜਾ ਕੇ, ਸ਼ੌਂਕ ਇਹ ਆਪਦੇ ਪੂਰੇ ਕਰ ਰਹੇ ਨੇ, ਹੈ ਨਾ, ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਇੰਡੀਆ 'ਚੋਂ ਕਿਵੇਂ ਆਏ ਹਾਂ, ਕਿਵੇਂ ਕਰਜ਼ਾ ਚੱਕਿਆ, ਸ਼ੋਅ ਆਫ ਕਰਦੇ ਨੇ ਜ਼ਿਆਦੇ ਵੀ ਸਾਡੇ ਕੋਲ ਆਹ ਆ, ਅਸੀਂ ਕੈਨੇਡਾ ਆ ਗਏ, ਅਸੀਂ ਕੈਨੇਡਾ ਵਾਲੇ ਹਾਂ, ਕੈਨੇਡਾ ਵਾਲੇ ਹਾਂ, ਅਮਰੀਕਾ ਵਾਲੇ ਹਾਂ, ਉਹ ਸ਼ੋਅ ਹੀ ਰਹਿ ਗਿਆ ਇਕੱਲਾ, ਕੋਈ ਸ਼ੋਸ਼ੇਬਾਜ਼ੀ ਮਰਵਾ ਦਿੰਦੀ, ਸ਼ੋਸ਼ੇਬਾਜ਼ੀ ਮਰਵਾ ਦਿੰਦੀ ਆ, ਫੋਟੋਆਂ ਮਰਵਾ ਦਿੰਦੀਆਂ ਨੇਗੀਆਂ, ਠੀਕ ਹੈ, ਜਿਹੜੇ ਪਹਿਲਾਂ ਦੇ ਗਏ ਨੇ ਸੈੱਟ ਹੋਏ ਨੇ ਪੀ ਆਰ ਨੇ, ਠੀਕ ਹੈ, ਉਹ ਵੀ ਅੱਜ ਦੇ ਹਾਲਾਤਾਂ 'ਚ ਆਪਦੇ ਟਰਾਲੇ ਟਰੂਲੇ ਵੇਚੀ ਜਾਂਦੇ ਨੇ, ਅਗਲਾ ਕਹਿੰਦਾ ਇੰਨਾ ਕੰਮ ਹੀ ਨਹੀਂ ਹੈਗਾ, ਆਪਣੇ ਪੰਜਾਬੀਆਂ ਦੇ ਬਥੇਰੇ ਸਟੋਰ ਨੇ ਉੱਧਰ, ਟਿੰਮ ਨੇ, ਉਹਨਾਂ ਨੂੰ ਤਾਂ ਪੈਸਾ ਬਣ ਰਿਹਾ ਉੱਧਰ, ਆਪਣੇ ਪੰਜਾਬੀ ਨਹੀਂ ਹੀ ਸਮਝਦੇ ਇਹ ਚੀਜ਼, ਤੁਸੀਂ ਐਂ ਲਾ ਲਓ ਵੀ ਜਿਹੜੀ ਉੱਥੋਂ ਆਪਾਂ ਨੂੰ ਕੁਛ ਵੀ ਆ ਵੀ ਲਾ ਲਓ ਵੀ ਆਪਾਂ ਉਰੇ ਹਾਂ, ਹੁਣ ਜੇ ਆਪਣੇ ਦੁੱਧ ਮੁੱਕ ਗਿਆ ਆਪਾਂ ਗੁਆਂਢੀਆਂ ਤੋਂ ਮੰਗ ਲਿਆਵਾਂਗੇ, ਉੱਥੇ ਤੁਸੀਂ ਬੰਦਾ ਬੰਦੇ ਨੂੰ ਸੜਕ 'ਤੇ ਡਿੱਗੇ ਹੋਏ ਚੱਕਣ ਨਹੀਂ ਆਉਂਦਾ ਹੈਗਾ, ਸਰਕਾਰ ਹੀ ਕਰੂ ਸਾਰਾ ਕੁਛ, ਕਿਸ ਦੀ ਹਿੰਮਤ ਥੋੜ੍ਹੀ ਹੋਈ ਕਿਸੇ ਨੂੰ ਕੁਛ ਪੁੱਛ ਲੂਗਾ ਉੱਥੇ। ਬਿਲਕੁਲ, ਹੁਣ ਆਪਣੇ ਹੈਗਾ ਹੈ ਨਾ, ਜਿਵੇਂ ਆਪਾਂ ਕਹਿ ਦਿੰਦੇ ਵੀ ਆਹ ਚੋਰੀ ਹੋ ਗਈ ਆ, ਚੇਨ ਖੋਹੀ ਗਈ, ਆਹ ਹੋ ਗਿਆ, ਹੈ ਨਾ, ਆਪਣੇ ਚੋਰ ਨੂੰ ਫੜ ਲਿਆਉਂਦੇ ਆ, ਹੈ ਨਾ, ਉੱਥੇ ਵੀ ਸੇਮ ਚੀਜ਼ਾਂ ਹੁੰਦੀਆਂ ਨੇਗੀਆਂ, ਰਾਤ ਨੂੰ ਰੋਕ ਕੇ, ਹੈ ਨਾ, ਚੋਰੀ ਕੀਤੀ ਜਾਂਦੀ ਆ, ਹੈ ਨਾ, ਗਲ 'ਤੇ ਚਾਕੂ ਰੱਖ ਕੇ ਜਾਂ ਕੁਛ ਵੀ ਆ, ਹੈ ਨਾ, ਉੱਥੇ ਜਿਵੇਂ ਡਰੱਗੀ ਨੇਗੇ ਜਾਂ ਹੋਮਲੈਸ ਨੇਗੇ, ਹੈ ਨਾ, ਤਾਂ ਉਹ ਆਹੀ ਕੁਛ ਕਰਦੇ ਆ, ਉਹਨਾਂ ਕੋਲ ਕਿਹੜੇ ਹਥਿਆਰ ਨੇ, ਉਹਨਾਂ ਦਾ ਕੋਈ ਪਰੂਫ ਨਹੀਂ ਹੈਗਾ, ਹੈ ਨਾ, ਸਰਕਾਰ ਉਹਨਾਂ ਨੂੰ ਕੁਛ ਨਹੀਂ ਕਹਿੰਦੀ ਹੈ, ਕਿਉਂਕਿ ਜੇ ਜੇਲ੍ਹ 'ਚ ਪਾਓਗੇ ਤਾਂ ਜੇਲ੍ਹ 'ਚ ਉਹਨਾਂ ਨੂੰ ਫਿਰ ਫ੍ਰੀ 'ਚ ਰੋਟੀ ਦੇਵੋ, ਬਹੁਤ ਜ਼ਿਆਦਾ ਨਸ਼ਾ, ਜਿਹੜੇ ਡਰੱਗੀ ਨੇਗੇ, ਮਤਲਬ ਉਹਨਾਂ ਨੂੰ ਡਰੱਗੀ ਤਾਂ ਕਿਹਾ ਜਾਂਦਾ, ਹੋਮਲੈਸ ਉਹਨਾਂ ਨੂੰ ਤਾਂ ਹੀ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਨਸ਼ੇ ਪਿੱਛੇ ਘਰ ਬਰਬਾਦ ਕਰਤੇ, ਹੈ ਨਾ, ਤਾਂ ਉਹਨਾਂ ਨੂੰ ਘਰ ਰੈਂਟ 'ਤੇ ਰਹਿਣ ਲਈ ਕੋਈ ਦਿੰਦਾ ਨਹੀਂ ਹੈਗਾ। ਜੇ ਆਪਾਂ ਹੁਣ ਇਹ ਚੀਜ਼ ਕਿਸੇ ਨੂੰ ਆਪਾਂ ਕਹਾਂਗੇ, ਆਪਾਂ ਚੰਗੇ ਵਾਸਤੇ ਕਰ ਰਹੇ ਹਾਂ, ਹੈ ਨਾ, ਅਗਲਾ ਕਹੂ ਇਹ ਇਹਨਾਂ ਨੂੰ ਕੀ ਲੋੜ ਆ ਜੀ, ਇਹ ਐਂ ਕਿਉਂ ਕਰਦੇ ਨੇ, ਇਹਨਾਂ ਨੂੰ ਬਥੇਰੀ ਦੁਨੀਆ ਬੈਠੀ ਆ, ਬਥੇਰੇ ਹੋਰ ਵੀ ਜਾ ਕੇ ਮੁੜਿਆ, ਬਥੇਰੇ ਐਂ ਵੀ ਹੋ ਗਏ, ਬਹੁਤ ਕੁਛ ਬੋਲਦੇ ਨੇ ਲੋਕ, ਠੀਕ ਹੈ, ਪਰ ਜਿਹੜੀ ਸੱਚਾਈ ਉਹ ਕੋਈ ਨਹੀਂ ਦੱਸਣਾ ਚਾਹੁੰਦਾ ਉੱਥੋਂ ਦੀ। ਅਗਲਾ ਕਹਿੰਦਾ ਵੀ ਕਿਸੇ ਦੀ ਧੀ ਭੈਣ ਬਾਰੇ ਬੋਲੂ, ਅਗਲਾ 100 ਸਵਾਲ ਜਵਾਬ ਕਰੂਗਾ, ਪਰ ਧੀਆਂ ਭੈਣਾਂ ਸਾਰਿਆਂ ਦੀਆਂ ਸਾਂਝੀ ਹੀ ਨੇ, ਜੇ ਮੇਰੀ ਬੇਟੀ ਉੱਥੇ ਐਪਸੈਟ ਆ ਤਾਂ ਮੇਰੀ ਬੇਟੀ ਦੇ ਹਾਲਾਤ ਉਹੋ ਜਿਹੇ ਨੇ, ਸਾਰੀਆਂ ਦੇ ਹੀ ਉਹੋ ਜਿਹੇ ਨੇ ਹਾਲਾਤ, ਉੱਥੇ $700 ਤਾਂ ਕਮਰੇ ਦੇ ਹੀ ਆ ਉੱਥੇ ਕਹਿੰਦੇ ਨੇ, ਤਾਂ 3500 ਬਣ ਜਾਂਦਾ ਹੋਊ ਤੁਹਾਨੂੰ ਮਹੀਨੇ ਦਾ, ਠੀਕ ਹੈ ਨਾ, ਉਹਦੇ ਵਿੱਚ ਤੁਹਾਡਾ ਖਾਣ ਦਾ ਵੀ ਖਰਚਾ, ਪੀਣ ਦਾ ਵੀ ਖਰਚਾ, ਗੱਡੀ ਦਾ ਵੀ ਖਰਚਾ, ਸਾਰੇ ਘਰ ਦੇ ਖਰਚੇ ਨੇ, ਕੱਢ ਕੇ ਕੀ ਬਚਦਾ ਉਹ ਦੱਸ ਦਿਓ ਤੁਸੀਂ ਮੈਨੂੰ। ਅੱਜ ਦੇ ਹਾਲਾਤ ਦੇ ਹਿਸਾਬ ਨਾਲ ਤੁਸੀਂ ਕਹਿੰਦੇ ਹੋ ਵੀ ਜਾਣ ਦਾ ਕੋਈ ਫਾਇਦਾ ਨਾ, ਨਾ, ਆਪਣੇ ਇੰਡੀਆ 'ਚ ਕੰਮ ਕਰੋ, ਇੰਡੀਆ 'ਚ ਆਪਦੇ ਬੱਚਿਆਂ ਨੂੰ ਆਪਦੇ ਕੋਲੇ ਰੱਖੋ, ਖਾਸ ਕਰਕੇ ਕੁੜੀਆਂ ਤਾਂ ਜਮ੍ਹਾਂ ਹੀ ਕੋਲੇ ਰੱਖੋ, ਪੜ੍ਹਾਓ ਲਿਖਾਓ ਇੱਥੇ ਹੀ, ਜਿਹੜਾ ਬਿਜ਼ਨਸ ਆ ਉਰੀ ਤੋਰੋ, ਉਹੀ 30-35 ਲੱਖ, ਹੈ ਨਾ, 30-35 ਲੱਖ ਨਾਲ ਤਾਂ ਬੰਦਾ ਵਿਆਜ ਨਹੀਂ ਮੁੱਕਦਾ ਹੈਗਾ, ਅਤੇ ਮੈਂ ਵੀ ਤਾਂ ਪਾਗਲਪਣ ਕਰੇ ਹੀ ਹੈ, ਮੈਂ ਤਾਂ ਹੀ ਦੱਸ ਰਹੀ ਹਾਂ ਅਗਲੇ ਨੂੰ।
ਵੱਧਦੇ ਖਰਚ ਤਾਂ ਹੁਣ ਤੱਕ ਇਹਨੂੰ ਦੇ ਦੇ ਕੇ ਪੈਸੇ ਵੀ ਆਹ ਚੱਕ ਕੋਈ ਗੱਲ ਨਹੀਂ ਰੋ ਨਾ, ਆਹ ਚੱਕ ਕੋਈ ਗੱਲ ਨਹੀਂ ਰੋ ਨਾ, ਹੁਣ ਮਾਂ ਬਾਪ ਦੱਸਣ ਜੋਗਾ ਵੀ ਨਹੀਂ ਰਹਿੰਦਾ ਧੀ ਪੁੱਤ ਨੂੰ ਤੋਰ ਕੇ। ਕੁਛ ਇਹ ਸ਼ਰਮ ਵੀ ਮਾਰ ਜਾਂਦੀ ਹੈ ਵੀ ਉਹਨੇ ਕੁੜੀ ਵਾਪਸ ਆ ਗਈ ਭਾਈ। ਹਾਂ ਵਾਪਸ ਆ ਗਈ, ਸਾਨੂੰ ਕੋਈ ਸ਼ਰਮ ਨਹੀਂ ਹੈਗੀ ਵਾਪਸ ਆ ਗਈ, ਮੈਂ ਕਹਿੰਦਾ ਜਾ ਨਾ ਮੈਨੂੰ ਕੋਈ ਸ਼ਰਮ ਨਹੀਂ ਹੈਗੀ। ਅੱਛਾ ਭੈਣੇ, ਤੁਹਾਡਾ ਇਹ ਵਾਲ ਕਟਾਉਣ ਦਾ, ਕੰਨਾਂ 'ਚ ਨੱਤੀਆਂ ਪਾਉਣ ਦਾ ਇਹ ਕਾਰਨ ਕੀ ਰਿਹਾ ਇਹ? ਇਹਦਾ ਸਭ ਤੋਂ ਵੱਡਾ ਕਾਰਨ ਹੈ ਡਿਪਰੈਸ਼ਨ, ਹੈ ਨਾ। ਮਤਲਬ ਉੱਥੋਂ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਮੈਨੂੰ ਲਾਈਕ ਕੰਮ ਕੁੰਮ ਛੁੱਟ ਗਿਆ ਸੀਗਾ, ਹੈ ਨਾ, ਅਤੇ ਉਸ ਤੋਂ ਬਾਅਦ ਲਾਈਕ ਮੈਂ ਡਿਪਰੈਸ਼ਨ ਵਿੱਚ ਜਾਣਾ ਸ਼ੁਰੂ ਹੋ ਗਈ ਸੀਗੀ, ਮਤਲਬ ਸਟੇਜ ਵਾਲੇ ਸ਼ੁਰੂ ਹੀ ਹੋਈ ਸੀਗੀ। ਅਤੇ ਉਸ ਤੋਂ ਬਾਅਦ ਫਿਰ ਹੈ ਨਾ ਜਦੋਂ ਕੰਮ ਨਹੀਂ ਮਿਲਿਆ ਹੈਗਾ ਜਾਂ ਮਤਲਬ ਮੈਂ ਬਿਮਾਰ ਰਹੀ, ਮੈਂ ਤਾਂ ਉੱਠਿਆ ਤੱਕ ਨਹੀਂ ਜਾਂਦਾ ਸੀਗਾ, ਹੈ ਨਾ। ਤਾਂ ਇੱਦਾਂ ਹੁੰਦਾ ਸੀਗਾ ਵੀ ਬੰਦੇ ਦਾ ਨਹਾਉਣ ਨੂੰ ਵੀ ਜੀ ਨਹੀਂ ਕਰਦਾ ਹੁੰਦਾ ਹੈਗਾ, ਹੈ ਨਾ, ਜਦੋਂ ਉੱਠਿਆ ਹੀ ਨਹੀਂ ਜਾ ਰਿਹਾ ਹੈਗਾ, ਹੈ ਨਾ, ਰੋਟੀ ਪਾਣੀ ਬਣਾਉਣ ਤਾਂ ਬਹੁਤ ਦੂਰ ਦੀ ਗੱਲ ਹੁੰਦੀ ਆ। ਫਿਰ ਹੌਲੀ ਹੌਲੀ ਮਤਲਬ ਉਹ ਚੀਜ਼ਾਂ ਮਤਲਬ ਵਰਸ ਹੁੰਦੀਆਂ ਗਈਆਂ, ਹੈ ਨਾ, ਮਤਲਬ ਹੋਰ ਵੀ ਭੈੜੀਆਂ ਹੁੰਦੀਆਂ ਗਈਆਂ, ਹੈ ਨਾ, ਮੈਂ ਸੌਣਾ ਨਹੀਂ ਜਾਂ ਕੁਛ ਵੀ, ਹੈ ਨਾ, ਨਹਾਉਂਦੇ ਤੱਕ ਵੀ ਨਹੀਂ ਸੀ ਕਈ ਵਾਰ। ਹਾਂ ਇੱਦਾਂ ਹੁੰਦਾ ਸੀਗਾ ਵੀ ਮਤਲਬ ਜਦੋਂ ਬੰਦੇ ਦਾ ਬੈੱਡ ਤੋਂ ਉੱਠਣ ਨੂੰ ਹੀ ਜੀ ਨਹੀਂ ਕਰ ਰਿਹਾ, ਬੰਦਾ ਕਰੂਗਾ ਕੀ? ਖਾਣਾ ਨਹੀਂ, ਪੀਣਾ ਨਹੀਂ, ਨਹਾਉਣਾ ਨਹੀਂ, ਬੰਦਾ ਸਾਰਾ ਦਿਨ ਬੈੱਡ 'ਤੇ ਹੀ ਪਿਆ ਆ, ਹੈ ਨਾ, ਕਿਸੇ ਨਾਲ ਗੱਲ ਨਹੀਂ ਕਰਨੀ ਹੈਗੀ, ਫੋਨ ਨਹੀਂ ਚੱਕਣਾ ਹੈਗਾ, ਮਤਲਬ ਨਾ ਬੰਦਾ ਸੁੱਤਾ ਹੁੰਦਾ ਸੀ ਨਾ ਜਾਗਦਾ ਹੁੰਦਾ ਸੀ, ਪਰ ਉੱਠਿਆ ਨਹੀਂ ਜਾਂਦਾ ਹੁੰਦਾ ਸੀਗਾ ਕਿਉਂਕਿ ਬੰਦਾ ਡਿਪਰੈਸ਼ਨ ਦੀ ਹਾਲਤ ਇਹੀ ਮਤਲਬ ਇਹਦੇ ਸਭ ਤੋਂ ਵੱਡਾ ਹੁੰਦਾ ਕਿ ਵੀ ਜਦੋਂ ਬੰਦੇ ਤਾਂ ਆਪਣੇ ਐਂ ਲੱਗਣ ਲੱਗ ਜਾਏ ਵੀ ਆਪਣਾ ਵਧੀਆ ਚੰਗਾ ਭਲਾ ਸਰੀਰ ਹੈ, ਪਰ ਆਪਣਾ ਇਹ ਲੱਗਣ ਲੱਗ ਜਾਂਦੇ ਵੀ ਇਹਦੇ 'ਚ ਤਾਂ ਜਾਨ ਹੀ ਨਹੀਂ ਹੈਗੀ ਅਤੇ ਆਪਾਂ ਕੁਛ ਕਰ ਹੀ ਨਹੀਂ ਸਕਦੇ ਹੈਗੇ, ਹੈ ਨਾ। ਅਤੇ ਉਸ ਤੋਂ ਬਾਅਦ ਮੈਨੂੰ ਇੱਦਾਂ ਹੋਇਆ ਵੀ ਮੈਂ ਆਪਦੇ ਵਾਲ ਵੂਲ ਜੇ ਕੱਟਦਾ, ਮੈਂ ਉਹਦੀ ਸ਼ਕਲ ਚੇਂਜ ਕਰ ਲਾਂ, ਇਹ ਕਰ ਲਾਂ, ਉਹ ਕਰ ਲਾਂ, ਹੈ ਨਾ। ਅਤੇ ਉਹਨੇ ਸਾਰੇ ਜਿਹੜੇ ਮੇਰੇ ਮਤਲਬ ਮੇਰੇ ਨਾਲ ਘਰ ਰਹਿੰਦੇ ਸੀ ਉਹ ਕਹਿੰਦੇ ਵੀ ਤੂੰ ਰਹਿਣ ਦੇ ਪ੍ਰੀਤ, ਮੈਂ ਵਾਲ ਨਾ ਕੱਟਾਂ, ਹੈ ਨਾ, ਵੀ ਬੁਰੇ ਲੱਗਣਗੇ, ਹੈ ਨਾ, ਵੀ ਪੰਜਾਬੀ ਕੁੜੀਆਂ ਦੇ ਨਹੀਂ ਸੋਹਣੇ ਲੱਗਦੇ ਹੈਗੇ ਵਾਲ ਕਟਾਉਣੇ, ਹੈ ਨਾ। ਮੈਂ ਕਿਹਾ ਮੈਨੂੰ ਨਹੀਂ ਪਤਾ, ਮੈਨੂੰ ਜ਼ਿਆਦਾ ਤੁਸੀਂ ਸਵਾਲ ਜਵਾਬ ਨਾ ਕਰੋ, ਹੈ ਨਾ, ਮੈਂ ਕੁਛ ਨਹੀਂ ਹੁੰਦਾ ਹੈਗਾ, ਮੈਂ ਉੱਥੇ ਦੇ ਵਾਲ ਕਟਾ ਲਏ, ਹੈ ਨਾ। ਅਤੇ ਫਿਰ ਉਸ ਤੋਂ ਬਾਅਦ ਮਤਲਬ ਮੇਨ ਰੀਜ਼ਨ ਤਾਂ ਮੇਰਾ ਇਹੀ ਸੀਗਾ, ਹੈ ਨਾ, ਵੀ ਮੈਨੂੰ ਪਤਾ ਹੀ ਨਹੀਂ ਲੱਗੇ ਵੀ ਮੈਂ ਕਦੋਂ ਵਾਲ ਕਟਾ ਲਏ, ਹੈ ਨਾ। ਫਿਰ ਹੌਲੀ ਹੌਲੀ ਚੱਲ ਮੈਂ ਜਦੋਂ ਆਪਣੇ ਆਪ ਨੂੰ ਸੈੱਟ ਕੀਤਾ, ਹੈ ਨਾ, ਸੈੱਟ ਹੋਣ ਲੱਗੀ, ਹੈ ਨਾ, ਫਿਰ ਮੈਂ ਕਿਹਾ ਕੋਈ ਗੱਲ ਨਹੀਂ, ਹੁਣ ਜਦੋਂ ਰਹਿਣਾ ਤਾਂ ਇਸੇ ਲੁੱਕ ਦੇ ਵਿੱਚ ਵਾਲ ਕਿਹੜਾ ਹੁਣੀ ਵੱਧ ਜਾਣਗੇ, 2-4 ਸਾਲ ਲੱਗਣਗੇ। ਫਿਰ ਮੈਂ ਕਿਹਾ ਵੀ ਕੰਨਾਂ ਦੇ ਨੱਤੀਆਂ ਨੁੱਤੀਆਂ ਪਾ ਲੈਂਦੇ ਹਾਂ, ਹੈ ਨਾ। ਫਿਰ ਮੈਂ ਇਹ ਉੱਥੋਂ ਬਾਏ ਕੀਤੀਆਂ ਅਤੇ ਇਹ ਪਾ ਲਈਆਂ, ਫਿਰ ਮੈਂ ਲੁੱਕ ਹੀ ਉੱਦਾਂ ਦੀ ਰੱਖ ਲਈ ਵੀ ਹਾਂ ਵੀ ਹੁਣ ਉਹੀ ਲਾਈਫ ਸਟਾਈਲ ਅਪਣਾ ਲਿਆ, ਹੈ ਨਾ, ਵੀ ਚਲੋ ਕੋਈ ਗੱਲ ਨਹੀਂ ਵੀ ਹੁਣ ਆਪਾਂ ਹੇਅਰ ਸਟਾਈਲ ਤਾਂ ਰੱਖ ਹੀ ਲਿਆ ਭਾਵੇਂ ਉਹ ਕਿਸੇ ਵੀ ਉਹਦੇ ਵਿੱਚ ਰੱਖਿਆ, ਹੈ ਨਾ, ਅਤੇ ਪਰ ਹੁਣ ਉਹੀ ਨੂੰ ਉਸ ਚੀਜ਼ ਨੂੰ ਆਪਾਂ ਨੂੰ ਲਾਈਫ ਬਣਾਉਣਾ ਪੈਣਾ ਹੈ, ਉੱਦਾਂ ਹੀ ਰਹਿਣਾ ਪੈਣਾ। ਫਿਰ ਹੁਣ ਮੇਰਾ ਵਧਾਉਣ ਨੂੰ ਜੀ ਨਹੀਂ ਕਰਦਾ। ਅੱਛਾ, ਹੁਣ ਮੈਨੂੰ ਇਹੀ ਵਧੀਆ ਲੱਗਣ ਲੱਗ ਗਿਆ। ਅੱਛਾ, ਤੁਸੀਂ ਇਹਦੇ ਮੰਮੀ ਘੱਟ ਲੱਗਦੇ ਹੋ, ਇਹਦੀ ਭੈਣ ਜ਼ਿਆਦਾ ਲੱਗਦੇ ਹੋ ਵੱਡੀ, ਹੈ ਨਾ, ਇਹਦਾ ਕੀ ਕਾਰਨ ਰਿਹਾ? ਕਾਰਨ ਇਹਦਾ ਹੈ ਜੀ, ਮੇਰੀ 14 ਸਾਲ ਦੀ ਮੈਰਿਜ ਹੋ ਗਈ ਸੀਗੀ। ਅੱਛਾ, ਲਾ ਲਓ ਵੀ 16-17 ਸਾਲ 'ਚ ਹੈਗੀ ਸੀ ਮੇਰੇ ਕੋਲ, ਬੇਟੀ ਹੈਗੀ ਸੀ ਇਹ ਹੋ ਗਈ ਸੀ 16-17 ਸਾਲ। ਹਾਂਜੀ ਹਾਂ, ਉਦੋਂ ਬਾਅਦ ਸਾਲ ਬਾਅਦ ਬੇਟਾ ਹੋ ਗਿਆ ਸੀਗਾ। ਅੱਛਾ, ਹਾਂਜੀ, ਏਜ ਬਹੁਤ ਘੱਟ ਸੀਗੀ, ਹੁਣ ਮੈਨੂੰ 38-39 ਸਾਲ ਲੱਗਿਆ ਹੋਇਆ। ਚਲੋ, ਤੁਸੀਂ ਸਮਾਂ ਦਿੱਤਾ, ਬਹੁਤ ਕੌੜੀਆਂ ਅਤੇ ਸੱਚੀਆਂ ਗੱਲਾਂ ਤੁਹਾਡੀ ਇੰਟਰਵਿਊ ਦੇ ਵਿੱਚ ਨੇ। ਸ਼ਾਇਦ ਕੁਛ ਲੋਕ ਕਮੈਂਟ ਮਾੜੇ ਕਰਨ ਵਾਲੇ ਵੀ ਹੋਣਗੇ, ਕੁਛ ਲੋਕ ਚੰਗੇ ਵੀ ਹੋਣਗੇ, ਚਲੋ ਜਿੰਨਾ ਕੁ ਨੋ ਡਾਊਟ, ਜੇ ਜਿਹੜਾ ਸੱਚ ਆ ਉਹ ਸੱਚ ਹੀ ਹੈ। ਤੁਸੀਂ ਸਮਾਂ ਦਿੱਤਾ ਭੈਣੇ, ਤੁਸੀਂ ਸਮਾਂ ਦਿੱਤਾ ਭੈਣੇ, ਬਹੁਤ ਸ਼ੁਕਰੀਆ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਚੰਗਾ ਲੱਗਿਆ। ਇੰਟਰਵਿਊ ਚੰਗੀ ਲੱਗੀ, ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸ ਦਿਓ। ਇੱਕ ਕੌੜੀ ਸੱਚਾਈ ਭੈਣ ਹੋਰਾਂ ਨੇ ਅਤੇ ਇਹਨਾਂ ਦੀ ਮਾਤਾ ਹੋਰਾਂ ਨੇ ਜਿਹੜੀ ਹੰਢਾਈ ਉਹ ਦੱਸੀ, ਅਤੇ ਤੁਹਾਡਾ ਵੀ ਕੋਈ ਤਜ਼ਰਬਾ ਇਹੋ ਜਿਹਾ ਜਿਹੜਾ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ, ਥੋੜ੍ਹੇ ਇੱਕ ਇੰਸਟਾਗ੍ਰਾਮ ਆਈ ਡੀ ਦਾ ਲਿੰਕ ਹੈ, ਉਹਦੇ 'ਤੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਜ਼ਰੂਰ ਸਾਂਝੀ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ, ਦੇਖਦੇ ਰਹੋ ਕੰਟ ਪੰਜਾਬ।